ਪਾਤਸ਼ਾਹ ਜੀ ਦੇ ਇਨਕਲਾਬੀ ਸੰਦੇਸ਼ ਰਾਜੇ ਸ਼ੀ ਮੁਕੱਦਮ ਕੁੱਤੇ ਤੋਂ ਲੈ ਕੇ ਦਸਵੇਂ ਪਾਤਸ਼ਾਹ ਜੀ ਦੇ ਇਨਕਲਾਬੀ ਸਫ਼ਰ ਅਤੇ ਕ੍ਰਾਂਤੀਕਾਰੀ ਸਫ਼ਰ ਦੀ ਸੋਚ ਦੇ ਉੱਤੇ ਪਹਿਰਾ ਦਿੰਦਿਆਂ ਅਜੋਕੀ ਸਦੀ ਦੇ ਮਹਾਨ ਸੰਤ ਜਿਨ੍ਹਾਂ ਨੇ ਕੌਮ ਦੇ ਵਿੱਚ ਵਿੱਦਿਆ ਦਾ ਚਾਨਣ ਅਤੇ ਕੁਰਹਿਤਾਂ ਦੀ ਇੱਕ ਬਹੁਤ ਵੱਡੀ ਉਹਨਾਂ ਦੇ ਖਿਲਾਫ਼ ਲੜਾਈ ਲੜੀ ਔਰ ਜਿਨ੍ਹਾਂ ਨੂੰ ਹਮੇਸ਼ਾ ਅੱਜ ਦੁਨੀਆ ਭਰ ਦੇ ਵਿੱਚ ਯਾਦ ਕੀਤਾ ਜਾਂਦਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 69ਵੀਂ ਵਰਸੀ ਜਿਹੜੀ ਹੈ ਉਹ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਨਿਊਯਾਰਕ ਜਿਹੜਾ ਕਿ 114 ਸਟਰੀਟ ਦੇ ਉੱਤੇ ਸਥਿਤ ਹੈ, ਪੰਥਕ ਅਤੇ ਸਮਾਜਿਕ ਕਾਰਜਾਂ ਵਾਸਤੇ ਇਸ ਗੁਰੂ ਘਰ ਦੇ ਪ੍ਰਬੰਧਕ ਔਰ ਖਾਸ ਤੌਰ ਦੇ ਉੱਤੇ ਇਸ ਗੁਰੂ ਘਰ ਦੇ ਸਮੁੱਚੇ ਪ੍ਰਬੰਧਕ ਆਪਣੀ ਇਕਜੁੱਟਤਾ ਵਾਸਤੇ ਦੁਨੀਆ ਭਰ ਦੇ ਵਿੱਚ ਮੰਨੇ ਜਾਂਦੇ ਨੇ ਔਰ ਹਮੇਸ਼ਾ ਹੀ ਧਾਰਮਿਕ ਮਰਿਆਦਾ ਔਰ ਹਰ ਇੱਕ ਸਮਾਜਿਕ ਕੌਜ਼ ਵਾਸਤੇ ਵੱਡੇ ਪੱਧਰ ਦੇ ਉੱਤੇ ਇਕਜੁੱਟਤਾ ਦਿਖਾਉਂਦੇ ਨੇ, ਜਿਸ ਦੀ ਮਿਸਾਲ ਪਿਛਲੇ ਦਿਨੀ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਬਣ ਰਹੀ ਇੱਕ ਫਿਲਮ ਦੇ ਵਾਸਤੇ ਇੱਕ ਵਡਮੁੱਲਾ ਯੋਗਦਾਨ ਪਾਉਣ ਦੀ ਮਿਸਾਲ ਬਣਦੀ ਹੈ। ਜਿੱਥੇ ਅੱਜ ਅਦਾਰਾ ਜਸ ਪੰਜਾਬੀ ਬਕਾਇਦਾ ਤੌਰ ਦੇ ਉੱਤੇ ਸੰਤਾਂ ਦੀ ਇਸ ਬਰਸੀ ਦੇ ਜੋੜ ਮੇਲੇ ਨੂੰ, ਜਿਸ ਦਾ ਤੁਸੀਂ ਬਕਾਇਦਾ ਤੌਰ 'ਤੇ ਜੋੜ ਮੇਲੇ ਦਾ 101 ਸਟਰੀਟ 114 ਸਟਰੀਟ ਸਾਰੀਆਂ ਪ੍ਰਸ਼ਾਸਨਿਕ ਤੌਰ ਦੇ ਉੱਤੇ ਬੰਦ ਕੀਤੀਆਂ ਹੋਈਆਂ ਨੇ, ਸਿਰਫ ਸੰਗਤ ਦਾ ਠਾਠਾ ਮਾਰਦਾ ਇਕੱਠ ਹੈ। ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਸੰਤਾਂ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਔਰ ਦੀਵਾਨ ਹਾਲ ਦੇ ਅੰਦਰੋਂ ਬਕਾਇਦਾ ਤੌਰ ਦੇ ਉੱਤੇ ਸੰਤਾਂ ਦੇ ਪਾਏ ਪੂਰਨਿਆਂ ਦੇ ਉੱਤੇ, ਜੇਕਰ ਅਸੀਂ ਉਹਨਾਂ ਸੰਦੇਸ਼ਾਂ ਨੂੰ ਆਪਣੇ ਘਰ ਲੈ ਕੇ ਜਾਵਾਂਗੇ ਤਾਂ ਹੋ ਸਕਦਾ ਕਿ ਸਾਡੀ ਕੌਮ ਦੇ ਵਿੱਚ, ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਇੱਕ ਸੁਧਾਰਵਾਦੀ ਲਹਿਰ ਚੱਲੇਗੀ। ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਪ੍ਰਬੰਧਕ ਕਮੇਟੀ ਦੇ ਵੱਖ ਵੱਖ ਨੁਮਾਇੰਦਿਆਂ ਵੱਲੋਂ ਸ਼ਰਧਾਂਜਲੀ ਭੇਟ ਕਰਨ ਦੇ ਸ਼ਬਦਾਂ ਤੋਂ ਸ਼ੁਰੂ ਕਰਾਂਗੇ, ਜਿਸ ਦੀ ਆਗਾਜ਼ ਕਰਨਗੇ ਗੁਰੂ ਘਰ ਦੇ ਮੁੱਖ ਪ੍ਰਬੰਧਕ ਸਰਦਾਰ ਗੁਰਮੀਤ ਸਿੰਘ ਮਹਿਮਦਪੁਰ, ਸਮੁੱਚੀਆਂ ਸੰਗਤਾਂ ਔਰ ਖਾਸ ਤੌਰ ਦੇ ਉੱਤੇ ਗੁਰੂ ਘਰ ਦੇ ਪ੍ਰਬੰਧਕ ਔਰ ਸਾਬਕਾ ਪ੍ਰਧਾਨ। ਇਹ ਇੱਕ ਜੁੱਟਤਾ ਇੱਕ ਪਰਿਵਾਰ ਹੈ, ਉਸ ਦੀ ਮਿਸਾਲ ਪੈਦਾ ਕਰਦੇ ਨੇ। ਮੈਂ ਮਾਈਕ ਦੇਵਾਂਗਾ ਸਰਦਾਰ ਗੁਰਮੀਤ ਸਿੰਘ ਮਹਿਮਦਪੁਰ ਹੋਰਾਂ ਨੂੰ, ਜਿਹੜੇ ਸੰਤਾਂ ਨੂੰ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੀ ਆਗਾਜ਼ ਸ਼ਰਧਾਂਜਲੀ ਦੇ ਕੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਤ ਬਾਬਾ ਪ੍ਰੇਮ ਸਿੰਘ ਦੀ 69ਵੀਂ ਜੋ ਬਰਸੀ ਹੈ, ਹਰ ਸਾਲ ਦੇ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਦੇ ਵਿੱਚ ਸਮੁੱਚੇ ਪ੍ਰਬੰਧਕ ਅਤੇ ਸਮੁੱਚੀਆਂ ਸੰਗਤਾਂ ਦੇ ਵੱਲੋਂ, ਟਰਾਈ ਸਟੇਟ ਦੀਆਂ ਸਮੂਹ ਸੁੱਚੀਆਂ ਸੰਗਤਾਂ ਦੇ ਵੱਲੋਂ ਜੋ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ, ਇਸ 'ਤੇ ਸਮੁੱਚੀਆਂ ਸੰਗਤਾਂ ਸਭਾਵਾਂ ਕਮੇਟੀਆਂ ਜਿੰਨੀਆਂ ਵੀ ਗੁਰੂ ਘਰ ਵਿੱਚ ਪਹੁੰਚੀਆਂ ਹਨ ਸਾਰੀਆਂ ਨੂੰ ਅਸੀਂ ਸ਼ਰਧਾ ਦੇ ਗੁਰੂ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਸਾਰਿਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਜੇ ਸੰਤ ਬਾਬਾ ਪ੍ਰੇਮ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਇਹ ਬੇਗੋਵਾਲ ਆ ਕੇ ਬੈਠੇ ਸਨ ਤਾਂ ਉੱਥੇ ਜੋ ਧਰਤੀ ਇੰਨੀ ਉਪਜਾਊ ਨਹੀਂ ਸੀ ਹੈਗੀ, ਅਤੇ ਸੰਗਤਾਂ ਜਿਹੜੀਆਂ ਸੀ ਉਹਨਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਨੂੰ ਜੋ ਕਿਹਾ ਕਿ ਇੱਥੇ ਪੂਰਾ ਮਤਲਬ ਪ੍ਰਬੰਧ ਨਹੀਂ ਹੈ, ਰੋਟੀ ਪਾਣੀ ਤੋਂ ਤੰਗ ਹਾਂ। ਸੋ ਜੋ ਵੀ ਸੰਤ ਬਾਬਾ ਪ੍ਰੇਮ ਸਿੰਘ ਨੇ ਕਿਹਾ ਕਿ ਤੁਸੀਂ ਇੱਥੋਂ ਹਿੱਲਣਾ ਨਹੀਂ, ਇਹ ਧਰਤੀ ਸੋਨਾ ਉਗਲੇਗੀ ਔਰ ਤੁਸੀਂ ਵੀ ਬਹੁਤ ਅੱਗੇ ਵਧੋਗੇ। ਸੋ ਉਹੀ ਹੋਇਆ ਜੋ ਕਿ ਸੰਗਤਾਂ ਨੇ ਆਪਾਂ ਉੱਥੇ ਹੱਠ ਰੱਖ ਕੇ ਬੈਠੇ ਰਹੇ ਅਤੇ ਉਹੀ ਸੰਗਤਾਂ ਨੇ ਜੋ ਕਿ ਉੱਥੇ ਸਕੂਲਾਂ ਦੇ ਕਾਲਜਾਂ ਦੇ ਪ੍ਰਬੰਧ ਨਹੀਂ ਸਨ, ਬਾਬਾ ਜੀ ਨੇ ਥੋੜ੍ਹੇ ਵਾਲੇ ਚੰਦੇ ਇਕੱਠੇ ਕਰਕੇ ਜੋ ਸਕੂਲ ਕਾਲਜ ਖੋਲ੍ਹੇ ਅਤੇ ਉਸ ਤੋਂ ਜੋ ਗਰੀਬ ਜਨਤਾ ਸੀ ਉਹਦੇ ਵਿੱਚ ਸਕੂਲਾਂ ਦੇ ਵਿੱਚ ਬੱਚੇ ਜਾ ਕੇ ਉਹਨਾਂ ਨੇ ਆਪਣੀ ਵਿੱਦਿਆ ਪ੍ਰਾਪਤ ਕੀਤੀ, ਸੋਝੀ ਆਈ ਅਤੇ ਬੜੇ ਬੜੇ ਵੱਡੇ ਅਫਸਰ ਵੀ ਬਣੇ ਉਸ ਧਰਤੀ 'ਤੇ, ਧਰਤੀ ਉਪਜਾਊ ਹੋਈ, ਉਹ ਅੱਜ ਸੋਨੇ ਦੇ ਭਾਅ ਵਿਕ ਰਹੀ ਹੈ। ਤਾਂ ਜੋ ਸੋਝੀ ਦੇ ਨਾਲ ਪੜ੍ਹ ਲਿਖ ਕੇ ਲੋਕ ਜੋ ਇਸ ਪੈਸੇ ਨੂੰ ਅੱਗੇ ਜ਼ਿਆਦਾ ਕਮਾਉਣ ਦੇ ਵਾਸਤੇ ਬਾਹਰਲੇ ਮੁਲਕਾਂ ਦੇ ਵਿੱਚ ਆਏ, ਅੱਜ ਸਮੁੱਚੀਆਂ ਸੰਗਤਾਂ ਬਹੁਤ ਖੁਸ਼ਹਾਲ ਹਨ ਅਤੇ ਬਾਬਾ ਜੀ ਦੇ ਬਹੁਤ ਬਹੁਤ ਧੰਨਵਾਦੀ ਹਨ। ਜੋ ਬਾਬਾ ਸੰਤ ਬਾਬਾ ਪ੍ਰੇਮ ਸਿੰਘ ਜੀ ਜੋ ਕਿ ਆਪ ਦੋ ਵਾਰ MLA ਵੀ ਰਹੇ ਹਨ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਵੀ ਰਹੇ, ਉਹਨਾਂ ਦੀ ਬੜੀ ਵੱਡੀ ਸੋਚ ਸੀ ਕਿ ਕੌਮ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ, ਅੱਜ ਉਹਨਾਂ ਦੀ ਕਿਰਪਾ ਹੈ। ਸੋ ਫਿਰ ਮੈਂ ਦੁਬਾਰਾ ਜਿੰਨੀਆਂ ਵੀ ਸਮੁੱਚੀਆਂ ਸੰਗਤਾਂ ਜਿਨ੍ਹਾਂ ਨੇ ਸਟਾਲ ਲਾਏ ਹਨ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ, ਜਿੰਨੇ ਵੀ ਦੂਰ ਨੇੜੇ ਤੋਂ ਚੱਲ ਕੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਅਗਲੇ ਹਫ਼ਤੇ ਜੋ ਕਿ ਅਸੀਂ
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ, ਉਹ ਵੀ ਇਸ ਤਰ੍ਹਾਂ ਹੀ ਸ਼ਰਧਾ ਭਾਵਨਾ ਨਾਲ ਮਨਾਵਾਂਗੇ। ਸੋ ਸਮੁੱਚੀਆਂ ਸੰਗਤਾਂ ਨੂੰ ਇਹ ਵੀ ਦਾਸ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਅਗਲੇ ਹਫ਼ਤੇ ਵੀ ਇਸੇ ਤਰ੍ਹਾਂ ਹੁੰਮਾ ਮਾ ਕੇ ਪਹੁੰਚੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਸ਼ਰਧਾ ਦੇ ਫੁੱਲ ਭੇਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਜਨਰਲ ਸਕੱਤਰ ਇੱਥੇ ਖੜ੍ਹੇ ਨੇ ਜਿਨ੍ਹਾਂ ਨੇ ਅੰਦਰ ਵੀ ਸੇਵਾ ਨਿਭਾਉਣੀ ਹੈ, ਔਰ ਮੈਂ ਬੇਨਤੀ ਕਰਾਂਗਾ ਭਾਈ ਹਿੰਮਤ ਸਿੰਘ ਹੋਰਾਂ ਨੂੰ ਕਿ ਉਹ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਛੋਟੀ ਛੋਟੀ ਸ਼ਰਧਾ ਦੇ ਫੁੱਲ ਛੋਟੇ ਸ਼ਬਦਾਂ ਦੇ ਵਿੱਚ ਭੇਟ ਕਰੀਏ ਤਾਂ ਜੋ ਕਿ ਸਾਰਿਆਂ ਨੂੰ ਮੌਕਾ ਮਿਲੇ। ਸੋ ਭਾਈ ਹਿੰਮਤ ਸਿੰਘ ਜੀ ਸਰਪੰਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਤ ਬਾਬਾ ਪ੍ਰੇਮ ਸਿੰਘ ਉਰਾਰੇ ਵਾਲਿਆਂ ਦੀ ਬਰਸੀ, ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਵਿੱਚ ਮਨਾਈ ਜਾ ਰਹੀ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਕਿ ਜਿਨ੍ਹਾਂ ਨੇ ਬਹੁਤ ਵੱਡੇ ਜਿਹੜੇ ਪਰਉਪਕਾਰੀ ਸੀ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਕ ਧਰਮ ਦੇ ਪਾਸੇ ਲਾਈ ਅਤੇ ਸੰਤਾਂ ਦਾ ਜੋ ਇੱਕ ਟੀਚਾ ਸੀ ਉਹਨਾਂ ਦਾ ਸੀ ਕਿ ਅਸੀਂ ਆਪਣੇ ਜਿੰਨੇ ਵੀ ਵੱਧ ਤੋਂ ਵੱਧ ਸਿੱਖੀ ਨਾਲ ਜੋੜਿਆ ਜਾਏ। ਜਿਹੜੇ ਉਸ ਸਮੇਂ ਦੇ ਬੱਚੇ ਸੀ, ਸਕੂਲ ਬਣਾ ਕੇ ਉਹਨਾਂ ਨੇ ਉਹਨਾਂ ਨੂੰ ਉੱਥੇ ਦਾਖਲ ਕਰਵਾਏ, ਔਰ ਸਮਾਂ ਇਸ ਤਰ੍ਹਾਂ ਦਾ ਸੀ ਉਸ ਸਮਾਂ ਕਿ ਜ਼ਿਆਦਾ ਇੰਨਾ ਵੱਡਾ ਜਿਹੜਾ ਕਿ ਸੰਗਤ ਜਿਹੜੀ ਸੀ ਥੋੜ੍ਹੀ ਨਸ਼ਿਆਂ ਦੇ ਵਿੱਚ ਸੀ। ਸੋ ਉਸ ਕਰਕੇ ਉਹਨਾਂ ਨੇ ਉਹ ਪਾਸਿਆਂ ਤੋਂ ਰਿਕੁਐਸਟ ਕਰਕੇ ਉਹਨਾਂ ਨੇ ਨਸ਼ਿਆਂ 'ਚੋਂ ਕੱਢ ਕੇ ਸਾਡੀ ਸਿੱਖ ਕੌਮ ਨੂੰ ਉਹਨਾਂ ਨੇ ਪਿੱਛੇ ਪਾਕਿਸਤਾਨ ਜੋੜਿਆ, ਔਰ ਆਪ ਉਹਨਾਂ ਨੇ MLA ਵੀ ਰਿਹਾ, ਔਰ 47 ਦੀ ਵੰਡ ਦੇ ਬਾਅਦ ਆ ਕੇ ਉਹਨਾਂ ਨੇ ਬੇਗੋਵਾਲ ਦੀ ਧਰਤੀ 'ਤੇ ਆ ਕੇ ਉਹਨਾਂ ਨੇ ਡੇਰਾ ਲਾਇਆ, ਔਰ ਲਾਗੇ ਲਾਗੇ ਜਿੰਨੇ ਵੀ ਸਾਰੇ ਆਪਣੇ ਬਰਾਦਰੀ ਦੇ, ਮੈਂ ਕਹਿੰਦਾ ਕਿਸੇ ਕੌਮ ਦੇ ਜਿੰਨੇ ਵੀ ਨੁਮਾਇੰਦੇ ਸੀ, ਉਹਨਾਂ ਨੂੰ ਬਿਠਾਇਆ, ਉਹਨਾਂ ਨੂੰ ਕਿਹਾ ਕਿ ਇੱਥੇ ਤੁਸੀਂ ਰਹੋ, ਔਰ ਇੱਥੇ ਰਹਿ ਕੇ ਆਪਣਾ ਸਾਰਾ ਜਿੰਨਾ ਵੀ ਤੁਹਾਡੇ ਪਰਿਵਾਰ ਨੇ ਆਪਣਾ, ਇਹ ਕਿਸੇ ਦਿਨ ਇਹੋ ਜਿਹੀ ਜਗ੍ਹਾ ਹੋਏਗੀ ਕਿ ਇਹ ਬਹੁਤ ਸੋਨਾ ਉਗਲੇਗੀ। ਪਰ ਅੱਜ ਪ੍ਰਤੱਖ ਹੈ ਕਿ ਆਪਾਂ ਦੇਖ ਰਹੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਕਿ ਇੱਕ ਬੇਗੋਵਾਲ ਦੀ ਧਰਤੀ ਹੈ, ਜਿਹੜਾ ਕਿ ਉਹ ਏਰੀਆ ਜਿਹੜਾ ਕਿ ਆਪਾਂ ਮਕੇਰੀਆ ਅਤੇ ਸੁਭਾਨਪੁਰ ਤੱਕ ਕਹਿੰਦੇ ਹਾਂ ਕਿ ਉਹਦੇ ਵਿੱਚ ਜਿੰਨੇ ਵੀ ਲੋਕ, ਜਿੰਨੇ ਵੀ ਆਪਣੇ ਉੱਥੇ ਵੀਰ ਵੱਸਦੇ ਨੇ, ਜਿੰਨੇ ਘਰ ਨੇ, ਸਾਰਿਆਂ ਨੂੰ ਦੇਖੋ ਕਿ ਅੱਜ ਉਸ ਜਿੰਨੇ ਵੀ ਲੀਡਰ ਨੇ ਵੱਡੇ ਤੋਂ ਵੱਡੇ ਸਾਡੇ ਸਾਰੇ ਉੱਥੇ ਆਉਂਦੇ ਨੇ, ਕਿਉਂਕਿ ਉਹ ਏਰੀਏ ਦੇ ਵਿੱਚ ਮਾਇਆ ਵੀ ਹੈ ਔਰ ਪਿਆਰ ਵੀ ਹੈ। ਸੋ ਇਸ ਕਰਕੇ ਸਾਡੇ ਜੋ ਉੱਥੇ ਦੇ ਲੀਡਰ ਬੀਬੀ ਜਗੀਰ ਕੌਰ ਜੀ, ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ, ਉਹਨਾਂ ਨੇ ਇੱਥੇ ਆਉਣਾ ਸੀ, ਪਹੁੰਚਣਾ ਸੀ, ਪਰ ਉਹ ਵੀ ਕੁਛ ਸਮੇਂ ਕੁਛ ਰੁਝਾਨ ਕਰਕੇ ਨਹੀਂ ਪਹੁੰਚ ਸਕੇ। ਹੋ ਸਕਦਾ ਅਗਲੇ ਮਹੀਨੇ 'ਚ ਆ ਜਾਣ, ਕਿਉਂਕਿ ਅਸੀਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਨੇ ਹਾਂ ਕਿ ਸਾਰੇ ਹੀ ਜਿਸ ਤਰ੍ਹਾਂ ਇੱਥੇ ਬਸਤੀ ਦੇ ਵਿੱਚ ਇਕੱਠ ਹੋਇਆ, ਇਸੇ ਤਰ੍ਹਾਂ ਹੀ ਸਾਰੇ ਮਿਲ ਕੇ ਵਧੀਆ ਬਹੁਤ ਵੱਡੇ ਸਟਾਲ ਲੱਗੇ ਨੇ, ਕੀਰਤਨ ਜਥੇ ਕੀਰਤਨ ਕਰ ਰਹੇ ਨੇ, ਕਥਾ ਵਾਚਕ ਨੇ, ਬੁਲਾਰੇ ਵੀ ਜਸ ਪੰਜਾਬੀ ਲਾਈਵ ਕਰ ਰਿਹਾ। ਸੋ ਇਸ ਕਰਕੇ ਸਾਰਾ ਹੀ ਅਸੀਂ ਜਿੰਨੇ ਵੀ ਸੰਗਤਾਂ ਆਈਆਂ ਬਹੁਤ ਬੰਦੇ ਨਾਲ ਧੰਨਵਾਦ ਕਰਨੇ ਹਾਂ। ਹਜੇ ਤੱਕ ਟਾਈਮ ਵੀ 12 ਵਜੇ ਨੇ ਕਿ 2-3-4 ਵਜੇ ਤੱਕ ਪ੍ਰੋਗਰਾਮ ਚੱਲੇਗਾ ਬਹੁਤ ਵੱਡੇ ਪੱਧਰ 'ਤੇ। ਸੋ ਅਸੀਂ ਇਹੀ ਬੇਨਤੀ ਕਰਨੇ ਹਾਂ, ਔਰ ਮੈਂ ਇੱਕ ਬੇਨਤੀ ਹੋਰ ਕਰਦੇ ਹਾਂ ਕਿ 16 ਤਰੀਕ ਦਿਨ ਐਤਵਾਰ ਅਗਲੇ ਹਫ਼ਤੇ ਅਸੀਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਉਣਾ, ਇਸੇ ਤਰ੍ਹਾਂ ਹੀ ਇਕੱਠ ਹੋਵੇਗਾ ਕਿ ਸੰਗਤਾਂ ਵੱਧ ਤੋਂ ਵੱਧ ਜਿੰਨੀਆਂ ਵੀ ਸੁਣਦੀਆਂ ਨੇ ਘਰਾਂ ਵਿੱਚ ਸਾਡੇ ਬਜ਼ੁਰਗ ਬੱਚੇ ਸਾਰੇ ਹੀ ਆ ਕੇ ਪਹੁੰਚੋ ਸ਼ਹੀਦੀ ਗੁਰਪੁਰਬ 'ਤੇ। ਸੋ ਮੈਂ ਦੁਬਾਰਾ ਫਿਰ ਸਾਰੇ ਸੰਗਤਾਂ ਜਿਹੜੀਆਂ ਆਈਆਂ ਨੂੰ ਜੀ ਆਇਆਂ ਕਹਿੰਦਾ, ਔਰ ਜਸ ਪੰਜਾਬੀ ਦਾ ਧੰਨਵਾਦ ਕਰਨਾ ਜਿਹੜੇ ਕਿ ਸਾਨੂੰ ਲਾਈਵ ਕਵਰ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪ੍ਰਬੰਧਕ ਪਹੁੰਚੇ ਹੋਏ ਨੇ, ਮੈਂ ਬੇਨਤੀ ਇੱਕ ਵਾਰ ਫਿਰ ਕਰਾਂਗਾ ਤਾਂ ਜੋ ਕਿ ਅਸੀਂ ਦੀਵਾਨ ਹਾਲ 'ਚ ਛੇਤੀ ਛੇਤੀ ਜਾ ਸਕੀਏ। ਗੁਰੂ ਘਰ ਦੇ ਫਾਊਂਡਰ ਪ੍ਰਧਾਨਾਂ ਦੇ ਵਿੱਚੋਂ ਭਾਈ ਰਘਵੀਰ ਸਿੰਘ ਜੀ, ਮਾਸਟਰ ਮਹਿੰਦਰ ਸਿੰਘ ਜੀ ਔਰ ਸਾਰੇ ਇੱਥੇ ਹੋਰ ਤਮਾਮ ਨੇ, ਮੈਂ ਰਘਵੀਰ ਸਿੰਘ ਹੋਰਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ 2 ਮਿੰਟ ਜਿਹੜੇ ਆ ਉਹ ਸ਼ਰਧਾ ਦੇ ਫੁੱਲ ਭੇਟ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਵਿੱਚ ਬਹੁਤ ਹੀ ਧੂਮਧਾਮ ਨਾਲ ਸੰਤ ਬਾਬਾ ਪ੍ਰੇਮ ਸਿੰਘ ਮਹਾਰਾਜ ਜਿਨ੍ਹਾਂ ਦੀ ਬਰਸੀ ਜੋ ਹੈ ਬਹੁਤ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਹੈ। ਸੋ ਉਹਨਾਂ ਨੇ ਸਾਡੀ ਬਰਾਦਰੀ ਵਾਸਤੇ ਬਹੁਤ ਕੁਝ ਕੀਤਾ ਅਤੇ ਸਿੱਖੀ ਨੂੰ ਅੱਗੇ ਤੋਰਿਆ। ਬੇਸ਼ੱਕ ਲਬਾਣਾ ਬਰਾਦਰੀ ਗੁਰੂ ਨਾਨਕ ਵੇਲੇ ਸਿੱਖੀ ਨਾਲ ਜੁੜੀ ਹੋਈ ਸੀ, 9ਵੀਂ ਪਾਤਸ਼ਾਹ ਨੂੰ ਪ੍ਰਗਟ ਕੀਤਾ ਬਾਬਾ ਮੱਖਣ ਸ਼ਾਹ ਲਬਾਣਾ ਨੇ। ਬਹੁਤ ਵੱਡਾ ਸਿੱਖ ਕੌਮ ਵਿੱਚ ਲਬਾਣਾ ਬਰਾਦਰੀ ਦਾ ਯੋਗਦਾਨ ਹੈ, ਪਰ ਕੁਝ ਸਮੇਂ ਵਿੱਚ ਕੁਝ ਖੜੋਤ ਆ ਗਈ ਅਤੇ ਇਹ ਜੋ ਬਰਾਦਰੀ ਕੁਝ ਸਮੇਂ ਲਈ ਟੁੱਟ ਚੁੱਕੀ ਸੀ ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਦੁਬਾਰਾ ਉਹਨਾਂ ਨੂੰ ਪੁਕਾਰ ਕੇ ਜਿੱਥੇ ਇੱਕ ਇਲਾਕੇ ਵਿੱਚ ਇਕੱਠੇ ਕੀਤਾ, ਉਸ ਦੇ ਨਾਲ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨਾਲ ਜੋੜਿਆ। ਉਹਨਾਂ ਉਹ ਵਿਦਿਆ ਦੇ ਖੇਤਰ ਵਿੱਚੋਂ ਜਿੱਥੇ ਬਰਾਦਰੀ ਬਹੁਤ ਪਿੱਛੇ ਰਹਿ ਚੁੱਕੀ ਸੀ, ਉਹਨਾਂ ਦੀ ਵਿਦਿਆ ਦੇ ਖੇਤਰ ਵਾਸਤੇ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਸਕੂਲ ਕਾਲਜ ਵਗੈਰਾ ਖੋਲ੍ਹੇ, ਉਹਨਾਂ ਦਾ ਮੈਸੇਜ ਇਹ ਸੀ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ, ਕਿਉਂਕਿ 10ਵੇਂ ਪਾਤਸ਼ਾਹ ਦਾ ਹੁਕਮ ਹੈ ਸਭ ਸਿੱਖਣ ਕੋਈ ਹੁਕਮ ਹੈ ਗੁਰੂ ਮਾਣਿਓ ਗ੍ਰੰਥ। ਦੂਸਰਾ, ਐਜੂਕੇਸ਼ਨ ਲੈ ਕੇ ਤੁਸੀਂ ਤਰੱਕੀ ਕਰ ਸਕਦੇ ਹੋ। ਅੱਜ ਉਹਨਾਂ ਦੇ ਬੋਲ ਜੋ ਹਨ ਕਿ ਜੋ ਇਲਾਕਾ ਜਿੱਥੇ ਬਿਠਾਇਆ ਸੀ ਉੱਥੇ ਚੜ੍ਹਦੀ ਕਲਾ ਹੈ, ਤੁਸੀਂ ਜਾ ਕੇ ਦੇਖੋ। ਆਪਣੇ
ਬਰਾਦਰੀ ਦੇ ਸਿੱਖ ਕੌਮ ਦੇ ਲੋਕ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਬਹੁਤ ਉੱਚੇ ਅਹੁਦਿਆਂ 'ਤੇ ਪਹੁੰਚੇ ਹੋਏ ਹਨ, ਫਾਈਨੈਂਸ਼ੀਅਲ ਤੌਰ 'ਤੇ ਬੜੇ ਸਟਰੋਂਗ ਹਨ। ਹੁਣ ਸਾਡਾ ਕੀ ਫਰਜ਼ ਬਣਦਾ ਹੈ? ਹੁਣ ਸਾਡਾ ਫਰਜ਼ ਬਣਦਾ ਹੈ, ਬੇਸ਼ੱਕ ਸਾਡੇ ਕੋਲ ਪੈਸਾ ਬਹੁਤ ਆ ਗਿਆ ਹੈ, ਪਰ ਸਾਨੂੰ ਉਹਨਾਂ ਦਾ ਉਪਦੇਸ਼ ਹੈ, ਗੁਰੂ ਨਾਨਕ ਦੇਵ ਜੋ ਉਪਦੇਸ਼ ਹੈ, ਗੁਰੂ ਗ੍ਰੰਥ ਸਾਹਿਬ ਉਪਦੇਸ਼ ਹੈ, ਉਹਨਾਂ ਨੂੰ ਮਨ 'ਚ ਲੈ ਕੇ ਆਪਣੇ ਬਰਾਦ ਆਪਣੇ ਬੱਚਿਆਂ ਨੂੰ ਅੱਗੇ ਤੋਰਨਾ ਚਾਹੀਦਾ ਹੈ, ਤਾਂ ਜੋ ਪਤਾ ਲੱਗ ਸਕੇ ਅਸੀਂ ਦਿਨ ਮਨਾਉਂਦੇ ਹਾਂ ਅਤੇ ਉਹਨਾਂ ਦੇ ਉਪਦੇਸ਼ ਅੱਜ ਤੱਕ ਆਪਣੇ ਹਿਰਦੇ 'ਤੇ ਵਸਾਇਆ ਹੈ, ਗੁਰੂ ਗ੍ਰੰਥ ਸਾਹਿਬ 'ਚ ਲੜ ਲੱਗੇ ਹੋਏ ਹਾਂ, ਅਤੇ ਇਸ ਤਰ੍ਹਾਂ ਹੀ ਬਸ ਤੋਂ ਅੱਜ ਆਪਣੇ ਬੱਚਿਆਂ ਦੀ ਆਪਣੀ ਕੌਮ ਦੀ ਸੇਵਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਸਤਨਾਮ ਸਿੰਘ ਚੇਅਰਮੈਨ ਆਪਣਾ ਸੰਦੇਸ਼ ਦੇਣ, ਅੰਦਰ ਵੀ ਕੰਮ ਦੀ ਜ਼ਰੂਰਤ ਹੈ, ਸਾਬਕਾ ਚੇਅਰਮੈਨ ਭਾਈ ਬਲਦੇਵ ਸਿੰਘ ਜੀ ਗਿੱਲ ਜੀਆਂ ਉਹ 2 ਮਿੰਟ ਵਾਸਤੇ ਸੰਬੋਧਿਤ ਕਰਨਗੇ। ਭਾਈ ਬਲਦੇਵ ਸਿੰਘ ਗਿੱਲ ਜੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ, ਜੋ ਕਿ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਗੁਰੂ ਘਰ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਦੀ 70ਵੀਂ ਮੁਰਾਲੇ ਵਾਲਾ ਦੀ 70ਵੀਂ ਬਰਸੀ ਅੱਜ ਅਸੀਂ ਬੜੇ ਧੂਮਧਾਮ ਨਾਲ ਮਨਾ ਰਹੇ ਹਾਂ। ਮੈਂ ਅੱਜ ਦੇ ਦਿਹਾੜੇ 'ਤੇ ਸਮੂਹ ਸਾਧ ਸੰਗਤ ਵੱਲੋਂ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ, ਅਤੇ ਜੋ ਵੀ ਸੰਗਤਾਂ ਘਰ ਬੈਠੀਆਂ ਹਨ ਆਓ ਇੱਥੇ, ਅੱਜ ਬਹੁਤ ਵੱਡਾ ਇਕੱਠ ਹੈ, ਸੰਤਾਂ ਦੀਆਂ ਖੁਸ਼ੀਆਂ ਲਈਏ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਬੱਚੇ ਨੇ ਜੋ ਸਾਨੂੰ ਸੰਤ ਮਹਾਰਾਜ ਜੀ ਦੱਸ ਕੇ ਗਏ ਹਨ, ਨਾਮ ਜਪਣਾ, ਵੰਡ ਕੇ ਛਕਣਾ ਅਤੇ ਕਿਰਤ ਕਰਨੀ, ਅਤੇ ਸਾਨੂੰ ਸਕੂਲਾਂ ਦੇ ਐਜੂਕੇਸ਼ਨ ਦੇ ਵਾਸਤੇ ਦੱਸ ਗਏ ਹਨ, ਸਾਨੂੰ ਸਕੂਲ ਦੇ ਕੇ ਗਏ ਹਨ, ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲੀਏ ਅਤੇ ਉਹਨਾਂ ਦੀਆਂ ਜੋ ਖੁਸ਼ੀਆਂ ਪ੍ਰਾਪਤ ਕਰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਭਾਈ ਗੁਰਮੇਜ ਸਿੰਘ ਅਤੇ ਮਾਸਟਰ ਮਹਿੰਦਰ ਸਿੰਘ ਹੋਣੀ ਅੱਜ ਸ਼ਰਧਾਂਜਲੀ ਭੇਟ ਕਰਨ, ਮੈਂ ਗੁਰੂ ਕਰਦੇ, ਕਿਉਂਕਿ ਮੈਂ ਦੱਸਿਆ ਕਿ ਅੰਦਰ ਵੀ ਬਹੁਤ ਜ਼ਿੰਮੇਵਾਰੀਆਂ ਨੇ। ਭਾਈ ਸਤਨਾਮ ਸਿੰਘ ਹੋਰਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਚੰਦ ਸ਼ਬਦ ਜਿਹੜੇ ਨੇ ਉਹ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਦੇਣ, ਜਿਹੜੇ ਕਿ ਇਸ ਵੇਲੇ ਗੁਰੂ ਕਰਦੇ ਚੇਅਰਮੈਨ ਦੀ ਸੇਵਾ ਨਿਭਾ ਰਹੇ ਨੇ। ਮੈਂ ਧੰਨਵਾਦ ਕਰਦਾ ਬਲਦੇਵ ਸਿੰਘ ਬੀਜੇ ਸਟੂਡੀਓ ਵਾਲਿਆਂ ਦਾ ਇਸ ਲਾਈਵ ਦੇ ਵਿੱਚ, ਜਿਹੜੇ ਪੂਰੀ ਇਸ ਇੱਦਾਂ ਦੇ ਸਾਰੇ ਸਮਾਗਮਾਂ ਨੂੰ ਜਿਹੜੇ ਆ ਇੱਕ ਸ਼ਰਧਾ ਪੂਰਵਕ ਕਵਰ ਕਰਦੇ ਨੇ ਬਲਦੇਵ ਸਿੰਘ। ਸੋ ਭਾਈ ਸਤਨਾਮ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਹਿਲਾਂ ਦੀ ਤਰ੍ਹਾਂ ਬਾਬਾ ਮੱਖਣ ਸ਼ਾਹ ਲਵਾਣਾ ਸੰਤ ਬਾਬਾ ਪ੍ਰੇਮ ਸਿੰਘ ਦੀ ਬਰਸੀ, ਜੋ ਕਿ ਸਾਲਾਨਾ ਬਰਸੀ ਹਰ ਤਰ੍ਹਾਂ ਮਨਾਈ ਜਾਂਦੀ ਆ, ਅੱਜ ਦੇ ਦਿਨ ਜੋ ਸੰਤਾਂ ਨੇ ਸਾਨੂੰ ਉਪਦੇਸ਼ ਦਿੱਤੇ ਨੇ, ਜੋ ਸੰਤ ਸਾਨੂੰ ਸਮਾਜ ਵਾਸਤੇ, ਔਰ ਸੰਤ ਬਹੁਤ ਦਾਨੀ ਪੁਰਸ਼ ਸਨ, ਉਹ ਪੜ੍ਹਾਈ ਵਾਸਤੇ ਔਰ ਸਾਡੀ ਜੋ ਗਰੀਬੀ ਦੇਖਦਿਆਂ ਆ ਉਸ ਇਲਾਕੇ ਨੂੰ ਆਬਾਦ ਕੀਤਾ, ਔਰ ਸਾਡੇ ਲਵਾਣਾ ਬਰਾਦਰੀ ਨੂੰ ਉਹਨਾਂ ਨੇ ਇਕੱਠੇ ਰਹਿ ਕੇ ਕੰਮ ਕਰਨ ਦਾ ਉਪਦੇਸ਼ ਉਹਨਾਂ ਦਾ ਅੱਜ ਸਿਰੇ ਚੜ੍ਹਿਆ। ਅੱਜ ਅਸੀਂ ਸਾਰੇ ਹੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਦੇਣ ਦੇ ਮੁਤਾਬਕ ਬਹੁਤ ਹੀ ਵਧੀਆ ਬਰਾਦਰੀ ਅੱਗੇ ਜਾ ਰਹੀ ਹੈ, ਔਰ ਵਿੱਦਿਆ ਦੇ ਤੌਰ 'ਤੇ ਜਿੱਥੇ ਸੰਤਾਂ ਦਾ ਨਾਂ ਬਹੁਤ ਜ਼ਰੂਰੀ ਲੈਣਾ, ਉੱਥੇ ਬਾਬਾ ਮੱਖਣ ਸ਼ਾਹ ਲਵਾਣਾ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਪਟਨਾ ਬਟਾਲਾ ਦੀ ਧਰਤੀ 'ਤੇ ਪ੍ਰਗਟ ਕੀਤਾ, ਉੱਥੇ ਹੀ ਸਾਡੇ ਸਿੱਖ ਕੌਮ ਦੇ ਵਿੱਚ ਬਹੁਤ ਹੀ ਸਾਰਿਆਂ ਨੂੰ ਇਕੱਠੇ ਕਰਕੇ ਚੰਗਾ ਉਪਦੇਸ਼ ਦਿੱਤਾ, ਔਰ ਵਿੱਦਿਆ ਸਮਾਜ ਦੇ ਤੌਰ 'ਤੇ ਅੱਜ ਜੋ ਸਾਡੇ ਉਪਦੇਸ਼ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕਰਨੇ ਬਾਬਾ ਮੱਖਣ ਸ਼ਾਹ ਲਵਾਣਾ ਸੰਤ ਬਾਬਾ ਪ੍ਰੇਮ ਸਿੰਘ ਦੀ ਦੇਣ ਕਰਕੇ ਹੀ ਅੱਜ ਇੱਥੇ ਸਾਰੇ ਹੀ ਵਿਦੇਸ਼ਾਂ 'ਚ ਬੈਠੇ ਹਾਂ। ਅਸੀਂ ਸਾਰੇ ਸਾਧ ਸੰਗਤ ਦਾ ਬਾਬਾ ਜੀ ਦੀ ਬਰਸੀ 'ਤੇ ਆਉਣ 'ਤੇ ਜੀਆ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਸ ਬ੍ਰੋਡਕਾਸਟਿੰਗ ਦੀ ਪੂਰੀ ਟੀਮ, ਡਾਇਰੈਕਟਰ ਬ੍ਰੋਡਕਾਸਟਿੰਗ ਦੀਪਕ ਧਮਾਨ ਜੀ, ਨਰਿੰਦਰ ਸਿੰਘ, ਜਿਮੀ ਅਲੀਨਾ, ਸਾਰੇ ਇਸ ਅੱਜ ਲਾਈਵ ਦੇ ਬਾਰੇ ਮਿਹਨਤ ਕਰ ਰਹੇ ਨੇ, ਉੱਥੇ ਮਾਸਟਰ ਮਹਿੰਦਰ ਸਿੰਘ ਜੀ ਹੋਰਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਜਿਹੜੇ ਫਾਊਂਡਰ ਪ੍ਰਧਾਨ ਵੀ ਨੇ, ਔਰ ਮੈਂ ਸਮਝਾਂਗਾ ਕਿ ਬੜੀ ਵੱਡੀ ਸੇਧ ਦਿੰਦੇ ਨੇ ਹਰ ਸਮੇਂ ਗੁਰੂ ਘਰ ਦੇ ਵਿੱਚ, ਉਹ ਅੱਜ ਦੇ ਇਸ ਪਾਵਨ ਮੌਕੇ ਦੇ ਉੱਤੇ 4 ਸ਼ਬਦ ਬੋਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਨਿਊਯਾਰਕ ਦੀ ਧਰਤੀ 'ਤੇ ਸੰਤ ਬਾਬਾ ਪ੍ਰੇਮ ਸਿੰਘ ਦੀ ਸਾਲਾਨਾ ਬਰਸੀ ਜਿਹੜੀ ਹੈ ਮਨਾ ਰਹੇ ਹਾਂ। ਮੈਂ ਸਮਝਦਾ ਸੰਤ ਬਾਬਾ ਪ੍ਰੇਮ ਸਿੰਘ ਦਾ ਮਿਸ਼ਨ ਜਿਹੜਾ ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਦੀ ਐਕਸਟੈਂਸ਼ਨ ਹੈ। ਉਹਨਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਦਾ ਪ੍ਰਚਾਰ ਜਿਹੜਾ ਸੰਤਾਂ ਨੇ ਆਪਣੇ ਇਲਾਕੇ ਵਿੱਚ ਕਰਕੇ ਲੋਕਾਂ ਨੂੰ ਗੁਰੂ ਦੇ ਨਾਲ ਜੋੜਿਆ। ਅਸੀਂ ਸਾਰੇ ਯਾਦ ਕਰਦੇ ਹਾਂ ਵੀ ਸੰਤਾਂ ਨੇ ਕਿਹਾ ਸੀ ਵੀ ਇਹ ਧਰਤੀ ਜਿਹਨੂੰ ਤੁਸੀਂ ਕੱਲਰ ਸਮਝਦੇ ਹੋ, ਜਿੱਥੇ ਕੱਲਰ ਹਵਾ ਦੇ ਨਾਲ ਉੱਡਦਾ ਸੀ, ਅਤੇ ਉਹਨਾਂ ਕਿਹਾ ਸੀ ਇੱਥੇ ਬਰਕਤਾਂ ਲੱਗ ਜਾਣਗੀਆਂ, ਇਹ ਧਰਤੀ ਸੋਨਾ ਉਗਲੇਗੀ। ਪਰ ਉਹਦੇ ਨਾਲ ਨਾਲ ਦੂਜੇ ਵਚਨ ਵੀ ਸੰਤਾਂ ਦੇ ਯਾਦ ਰੱਖੀਏ ਵੀ ਜਿਹੜੇ ਅੰਮ੍ਰਿਤ ਛਕਣਗੇ, ਜਿਹੜੇ ਗੁਰੂ ਨਾਨਕ ਦੇ ਮਿਸ਼ਨ ਦੇ ਨਾਲ ਜੁੜਨਗੇ, ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਰਹੇਗੀ। ਮੈਂ ਸਮਝਣਾ ਵਕਤ ਦੀ ਲੋੜ ਹੈ, ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਗੁਰੂ ਨਾਨਕ ਦਾ ਮਿਸ਼ਨ ਕੀ ਹੈ, ਔਰ ਆਪਣਾ ਜੀਵਨ, ਆਪਣਾ ਆਲਾ ਦੁਆਲਾ, ਆਪਣਾ ਬਿਜ਼ਨਸ ਉਹਨਾਂ ਸੂਲਾਂ 'ਤੇ ਚਲਾ ਕੇ ਤਾਂ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰ ਸਕਾਂਗੇ। ਇਸ ਗੱਲ ਦਾ ਮਾਣ ਨਾ ਕਰੀਏ ਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਲਵਾਣਾ ਬਰਾਦਰੀ ਵਿੱਚ ਸੀ,
ਇਹ ਮੈਂ ਸਮਝਦਾ ਉਸ ਅਕਾਲ ਪੁਰਖ ਦੀ ਕਿਰਪਾ ਸੀ ਵੀ ਉਹਨੇ ਨਿਮਾਣਿਆਂ ਨੂੰ ਮਾਣ ਦੇਣਾ ਸੀ ਅਤੇ ਸੰਤ ਵੀ ਕਿਹਾ ਕਰਦੇ ਹੁੰਦੇ ਸੀ ਵੀ ਜਿੱਥੇ ਬਿਮਾਰ ਜ਼ਿਆਦਾ ਹੋਣ ਨਾ ਉੱਥੇ ਡਾਕਟਰ ਦੀ ਲੋੜ ਹੁੰਦੀ ਹੈ। ਸੋ ਇਸ ਬਰਾਦਰੀ ਨੂੰ ਉਹਨਾਂ ਨੇ ਅਡਾਪਟ ਕਰਕੇ ਜੋੜਿਆ ਕਿਹਦੇ ਨਾਲ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ। ਇਸ ਗੱਲ ਨੂੰ ਅਸੀਂ ਆਪਣੇ ਮਨਾਂ 'ਚ ਧਿਆਨ ਰੱਖਣਾ, ਆਪਣੇ ਬੱਚਿਆਂ ਦਾ, ਆਪਣਾ ਜੀਵਨ ਗੁਰੂ ਮਹਾਰਾਜ ਦੇ ਆਸ਼ੇ ਦੇ ਮੁਤਾਬਕ ਚਲਾਉਣਾ, ਔਰ ਤਾਂ ਹੀ ਅਸੀਂ ਜਿਹੜੀਆਂ ਸਫਲਤਾਵਾਂ ਪ੍ਰਾਪਤ ਕਰ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਕਮੇਟੀ ਦੇ ਵਿੱਚੋਂ ਧੰਨਵਾਦ ਕਰਦਾ ਜਿਹੜੇ ਕੈਸ਼ੀਅਰ ਨੇ ਭਾਈ ਦਲੀਪ ਸਿੰਘ ਅਤੇ ਭਾਈ ਜਸਵਿੰਦਰ ਸਿੰਘ, ਜਿਹੜੇ ਅੰਦਰ ਸੇਵਾਵਾਂ ਨਿਭਾ ਰਹੇ ਨੇ। ਸੋ ਮੈਂ ਹੁਣ ਗੁਰੂ ਘਰ ਦੇ ਸਾਬਕਾ ਪ੍ਰਧਾਨ ਰਘਵੀਰ ਸਿੰਘ ਬੱਬੀ ਹੋਰਾਂ ਨੂੰ ਬਰੀਫਲੀ ਕਹਾਂਗਾ ਕਿ ਉਹ ਵੀ ਸ਼ਰਧਾ ਦੇ ਫੁੱਲ ਭੇਟ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਘਵੀਰ ਸਿੰਘ ਬੱਬੀ, ਸਾਬਕਾ ਪ੍ਰਧਾਨ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ, ਗੁਰਪਿਆਰੀ ਸਾਹਿਬ ਸਿੰਘ ਜੀ, ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ, ਜੋ ਅੱਜ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਾਰੀਆਂ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ। ਅਸੀਂ ਸਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਬਾਬਾ ਜੀ ਨੂੰ ਕਰਨੇ ਹਨ। ਔਰ ਇੱਕ ਦੋ ਚੀਜ਼ਾਂ ਜੋ ਜ਼ਰੂਰ ਹਨ ਮੈਂ ਕਹਿਣਾ ਚਾਹਾਂਗਾ ਕਿ ਗੁਰੂ ਆਪਣਾ ਸੰਤ ਬਾਬਾ ਪ੍ਰੇਮ ਸਿੰਘ ਜੀ ਸਾਨੂੰ ਕੀ ਸਿੱਖਿਆ ਦੇ ਕੇ ਗਏ ਸਨ, ਔਰ ਅਸੀਂ ਅੱਜ ਕਿਹੜੇ ਰਸਤੇ 'ਤੇ ਚੱਲ ਰਹੇ ਹਾਂ। ਬਾਬਾ ਜੀ ਨੇ ਸਾਡੇ ਬੱਚਿਆਂ ਨੂੰ ਵੈਲ ਐਜੂਕੇਟਡ ਐਜੂਕੇਸ਼ਨ ਦਿੱਤੀ ਔਰ ਇਹ ਨਸ਼ਿਆਂ ਤੋਂ ਦੂਰ ਕੀਤਾ, ਪਰ ਅੱਜ ਕੱਲ੍ਹ ਸਾਡੇ ਕਈ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕਾਂ ਦਾ ਵੀ ਮਾੜਾ ਹਾਲ ਹੈ ਕਿ ਉਹ ਵੀ ਦਾਰੂ ਵੀ ਪੀਂਦੇ ਹਨ ਔਰ ਪ੍ਰਬੰਧ ਵਿੱਚ ਵੀ ਰਹਿੰਦੇ ਹਨ। ਮੈਂ ਬੇਨਤੀ ਕਰਾਂਗਾ ਕਿ ਆਓ ਆਪਾਂ ਸਾਰੇ ਹੀ ਜੋ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਸਿੱਖਿਆ ਦੇ ਗਏ ਸਨ ਉਹਨਾਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਔਰ ਸਾਰਿਆਂ ਨੂੰ, ਸਾਰੀ ਸਾਧ ਸੰਗਤ ਨੂੰ, ਰਿਚਮੁੰਡ ਹਿੱਲ ਦੇ ਵਿੱਚ 114 ਸਟਰੀਟ 'ਤੇ ਅੱਜ ਹੁੰਮ ਹੁਮਾ ਕੇ ਪਹੁੰਚੋ ਔਰ ਸਰ ਆਪਾਂ ਜੋ ਸਾਰਿਆਂ ਨੇ ਰਲ ਮਿਲ ਕੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਹਨ। ਸਾਰਿਆਂ ਨੂੰ ਇੱਕ ਵਾਰੀ ਫਿਰ ਆਉਣ ਦੀ ਅਪੀਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਬਰੀਫ ਕਰਾਂਗੇ, 5 ਮਿੰਟ ਦੇ ਵਿੱਚ ਅਸੀਂ ਦੀਵਾਨ ਹਾਲ ਦੇ ਵਿੱਚ ਜਾਵਾਂਗੇ। ਭਾਈ ਗੁਰਮੇਸ਼ ਸਿੰਘ, ਉਹ ਵੀ ਸਾਬਕਾ ਪ੍ਰਧਾਨ, ਨੇ ਕੀ ਕਹਿਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਵਿਖੇ ਸਾਡੇ ਮਹਾਨ ਸੰਤ ਬਾਬਾ ਪ੍ਰੇਮ ਸਿੰਘ ਜੀ, ਜੋ ਗੁਰਬਾਣੀ ਦੇ ਵਿੱਚ ਸੰਤ ਦੀ ਪਰਿਭਾਸ਼ਾ ਹੈ ਉਸ 'ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਪੂਰੇ ਉਤਰਦੇ ਹਨ। ਅੱਜ ਉਹਨਾਂ ਦੀ ਬਰਸੀ ਜੋ ਹੈ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ। ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਸੰਤਾਂ ਬਾਰੇ, ਉਹਨਾਂ ਦੀ ਜੀਵਨੀ ਬਾਰੇ ਬਹੁਤ ਕੁਝ ਦੱਸਿਆ ਹੈ, ਪਰ ਆਓ ਅੱਜ ਅਸੀਂ ਆਪਣੇ ਆਪ 'ਤੇ ਝਾਤੀ ਮਾਰੀਏ। ਸੰਤਾਂ ਦਾ ਜੋ ਮਿਸ਼ਨ ਸੀ, ਅਸੀਂ ਅੱਜ ਕਿਹੜੀ ਜਗ੍ਹਾ 'ਤੇ ਖੜ੍ਹੇ ਹਾਂ, ਸੰਤਾਂ ਦੀ ਜੋ ਸੰਤਾਂ ਨੇ ਅਗਵਾਈ ਕੀਤੀ ਸੀ ਸਾਡੀ ਬਰਾਦਰੀ ਲਈ, ਅਤੇ ਅਸੀਂ ਅੱਜ ਇੱਥੇ ਅਮਰੀਕਾ ਦੇ ਵਿੱਚ ਪਹੁੰਚੇ ਹਾਂ, ਕਈ ਹੋਰ ਥਾਵਾਂ 'ਤੇ ਪਹੁੰਚੇ ਹਾਂ, ਉੱਚੇ ਉੱਚੇ ਪਦਵੀਆਂ 'ਤੇ ਬਿਰਾਜਮਾਨ ਹਾਂ। ਪਰ ਅਸੀਂ ਉਹਨਾਂ ਦਾ ਜਿਹੜਾ ਮਿਸ਼ਨ ਸੀ, ਗਰੀਬਾਂ ਦੀ ਮਦਦ ਕਰਨਾ, ਜਿਹੜੇ ਨਿਆਸਰੇ ਨੇ ਉਹਨਾਂ ਨੂੰ ਆਸਰਾ ਦੇਣਾ, ਜਾਂ ਜਿਹੜੇ ਜ਼ਰੂਰਤਮੰਦ ਹਨ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ, ਅੱਜ ਅਸੀਂ ਇੱਥੇ ਇਸ ਵਿਕਾਸਸ਼ੀਲ ਦੇਸ਼ ਦੇ ਵਿੱਚ ਰਹਿੰਦੇ ਹੋਏ ਆਪਣੇ ਵੱਲ ਝਾਤੀ ਮਾਰੀਏ। ਅਸੀਂ ਕੀ ਕੁਛ ਕਰ ਰਹੇ ਹਾਂ, ਸੰਤਾਂ ਦਾ ਜਿਹੜਾ ਮਿਸ਼ਨ ਸੀ ਅਸੀਂ ਉਹਦੇ ਬਾਰੇ ਵੀ ਕੁਛ ਕਰ ਰਹੇ ਹਾਂ ਕਿ ਨਹੀਂ। ਕਿੰਨੇ ਲੋਕ ਅੱਜ ਵੀ ਸੰਤਾਂ ਨੂੰ ਮੰਨਣ ਵਾਲੇ ਜਿਹੜੇ ਗਰੀਬ ਬੈਠੇ ਹਨ, ਅਨਐਜੂਕੇਟਡ ਹਨ, ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ, ਅਸੀਂ ਵੀ ਕੋਸ਼ਿਸ਼ ਕਰੀਏ ਥੋੜ੍ਹਾ ਥੋੜ੍ਹਾ ਉਹਦੇ ਵਿੱਚ ਹਿੱਸਾ ਪਾਈਏ। ਜਿਹੜੇ ਲੋਕ ਅੱਜ ਇਸ ਚੀਜ਼ਾਂ ਤੋਂ ਵਾਂਝੇ ਹਨ, ਐਜੂਕੇਸ਼ਨ ਤੋਂ ਵਾਂਝੇ ਹਨ, ਉਹਨਾਂ ਦੀ ਮਦਦ ਕਰਨ ਲਈ ਜੇ ਅਸੀਂ ਸੰਤਾਂ ਨੂੰ ਸੱਚੀ ਸ਼ਰਧਾਂਜਲੀ ਦੇਣੀ ਹੈ, ਸ਼ਰਧਾ ਦੇ ਫੁੱਲ ਭੇਟ ਕਰਨੇ ਹਨ, ਤਾਂ ਉਹ ਜ਼ਰੂਰ ਪ੍ਰਣ ਕਰੀਏ। ਅਸੀਂ ਜਿਹੜੇ ਜ਼ਰੂਰਤਮੰਦ ਹਨ ਉਹਨਾਂ ਦੀ ਮਦਦ ਵੀ ਜ਼ਰੂਰ ਕਰੀਏ। ਮੈਂ ਦੁਬਾਰਾ ਤੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜਿਹੜੀਆਂ ਸੰਤਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਅੱਜ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਪਹੁੰਚੀਆਂ ਹਨ। ਧੰਨਵਾਦ ਕਰਦਾ ਹਾਂ ਜਸ ਪੰਜਾਬੀ ਦਾ, ਜਿਹੜਾ ਇਹ ਸੰਦੇਸ਼ ਦੂਰੇ ਦੇੜੇ ਪਹੁੰਚਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਿਲਕੁਲ ਕੁਇਕਲੀ ਸਾਹ ਸੁਖਜਿੰਦਰ ਸਿੰਘ ਰਿੰਪੀ, ਜਿਹੜੇ ਕਿ ਗੁਰੂ ਘਰ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਨੌਜਵਾਨ ਨੇ ਪੂਰੇ, ਕੀ ਕਹਿਣਗੇ ਅੱਜ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਗੁਰੂ ਘਰ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਦੇ ਵਿੱਚ ਬੜੇ ਵੱਡੇ ਪੱਧਰ 'ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਮਨਾਈ ਜਾ ਰਹੀ ਹੈ। ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਮੈਂ ਸਾਰੀ ਸੰਗਤ ਨੂੰ ਜੀ ਆਇਆਂ ਕਹਿੰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਣਜੀਤ ਸਿੰਘ ਜੀ, ਸਾਬਕਾ ਚੇਅਰਮੈਨ ਵੀ ਇੱਥੇ ਸਾਡੇ ਕੋਲ ਹੈ ਨੇ। ਮੈਂ ਨੌਜਵਾਨਾਂ ਨੂੰ ਅਗਵਾਈ ਦੇਣ ਵਾਲਾ ਇਹ ਗੁਰਦੁਆਰਾ ਪਹਿਲਾ ਜਿੱਥੇ ਨੌਜਵਾਨ ਜਿਹੜੇ ਨੇ ਉਹ ਪ੍ਰਬੰਧਕ ਸ਼ਾਮਿਲ ਕੀਤੇ ਗਏ। ਭਾਈ ਜਗਵਿੰਦਰ ਸਿੰਘ ਜੀ, ਵਾਈਸ ਪ੍ਰਧਾਨ, ਕੀ ਕਹਿਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਦੀ ਕਮੇਟੀ ਇੱਥੇ ਗੁਰੂ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ, ਅਤੇ ਉਹਨਾਂ ਵਾਸਤੇ ਅਸੀਂ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਇੱਥੇ। ਅਤੇ ਇੱਥੇ
मैं सारी समूह संगत नूं अरदास करांगा कि अज आप ही आके अपने हिस्से दे श्रद्धा दे फुल भेट करो संत बाबा प्रेम सिंह जी नूं। ओ संत बाबा प्रेम सिंह जी जिन्हां ने साडी नौजवान पीढ़ी नूं नशे चों कढ़िया ते सानूं एजुकेशन वाले पासे लाया ते हुण मैं देख रहा कि इत्थे नौजवान पीढ़ी इत्थे अमेरिका च वी पहुँच के इत्थे गुरु घर च वध तों वध सेवावां निभा रहे ने ते अपणियां जिहड़ियां अपणियां कमाईयां ने उह सफलियां कर रहे ने। तो मैं बहुत बहुत धन्यवाद हाँ उन्हों का तो मैं करना तो मैं सारिआं नूं अपील भी करना कि होर जिहड़े घर बैठे ने जिहड़े घर रह गए ने वह भी प्लीज़ आप जरूर आओ। वाहिगुरू जी का खालसा वाहिगुरू जी का फतह। मैं एक मिनट वास्ते भाई निर्मल सिंह होरां नूं बेनती करांगा कि वह मैसेज देण। भाई निर्मल सिंह, सदियां बाद है जग ते आउंदा मुराले वर्गा माही जिसने अपनी सारी जिंदगी कौम दे लेखे लाई निर्मल होएगी शोभा संतां दी रहिंदी दुनिया ताईं। सो अज असी उस महापुरश ब्रह्म ज्ञानी दी जो बरसी मना रहे हाँ जिन्हां ने समाजिक आर्थिक अते राजनीतिक तौर ते जानि कि बड़े ही श्रद्धा भावना के नाल समावां निभाइयां ते अज उन्हां दी जिहड़ी 69वीं बरसी उन्हां नूं हर कोई श्रद्धा दे फुल भेट कर रहा है जो बाबा मक्खन छाल बाणा सिख सेंटर विच बड़ी संगतां दी जो संजोग दे नाल बड़ी श्रद्धा भावना मनाई जा रही है। सो आओ हुण दोबारा फिर फतेह गजाइए। वाहेगुरू जी का खालसा वाहेगुरू जी की फतेह। भाई अमरीक सिंह फतेह गजाउणगे। हाँजी, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਦੀ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ। ਇਹ 69ਵੀਂ ਬਾਬਾ ਸੰਤ ਬਾਬਾ ਪ੍ਰੇਮ ਸਿੰਘ ਦੀ ਬਰਸੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਦੇ ਵਿੱਚ ਮਨਾਈ ਜਾ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਸਰ ਕਰਮਜੀਤ ਸਿੰਘ ਜੀ ਪਟਨੂਰਾ ਵੀ ਖੜ੍ਹੇ ਨੇ, ਰਣਜੀਤ ਸਿੰਘ ਵੀ ਖੜ੍ਹੇ ਨੇ। ਵਕਤ ਘੱਟ ਹੈ ਪਰ ਸਰ ਅਕਾਲ ਸਿੰਘ ਇੱਕ ਮਿੰਟ ਵਾਸਤੇ। ਸਾਧ ਸੰਗਤ ਜੀ, ਉਹ ਸੰਤਾਂ ਦੀ ਬਰਸੀ ਮਨਾਉਂਦੇ ਹੋਏ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਮ ਸਿੱਖ ਕੌਮ ਦੇ ਬਹੁਤ ਹੀ ਵੱਡੇ ਭਾਗ ਸਨ ਜਿਨ੍ਹਾਂ ਸੰਤ ਪ੍ਰੇਮ ਸਿੰਘ ਜੀ ਮਰਾਲੇ ਵਰਗੇ ਲੀਡਰ ਜਿਹੜੇ ਸੀ ਸਾਨੂੰ ਬਖਸ਼ੇ, ਜਿਨ੍ਹਾਂ ਦੀ ਲੰਬੀ ਸੋਚ ਸੀ ਵੀ ਅਸੀਂ ਆਪਣੀ ਕੌਮ ਨੂੰ ਉੱਚ ਤੋਂ ਉੱਚ ਵਿੱਦਿਆ ਦੇਣੀ ਹੈ। ਆਓ ਇਸ ਦਿਨ ਨੂੰ ਆਪਣੇ ਬੱਚਿਆਂ ਨੂੰ ਇਹ ਪ੍ਰਣ ਕਰੀਏ, ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇ ਕੇ ਬੜੇ ਬੜੇ ਅਫਸਰ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਰਫ ਇੱਕ ਮਿੰਟ ਵਾਸਤੇ ਭਾਈ ਰਣਜੀਤ ਸਿੰਘ ਜੀ ਸਾਬਕਾ ਚੇਅਰਮੈਨ ਜੀ, ਉਹਨਾਂ ਨੇ ਵੀ ਧੰਨਵਾਦ ਕਰਤਾ ਫਤਿਹ ਬੁਲਾਤੀ। ਦੋਸਤੋ ਆਓ ਲੈ ਚੱਲਦੇ ਹਾਂ, ਜਸ ਪੰਜਾਬੀ ਦੀ ਪੂਰੀ ਟੀਮ ਅੰਦਰੋਂ ਕਵਰ ਕਰ ਰਹੀ ਹੈ ਔਰ ਦੀਵਾਨ ਹਾਲ ਦੇ ਵਿੱਚ ਤੁਹਾਨੂੰ ਬਕਾਇਦਾ ਤੌਰ ਦੇ ਉੱਤੇ ਕੀਰਤਨ ਔਰ ਕਥਾ ਸਰਵਣ ਕਰਵਾਵਾਂਗੇ। ਮਿਲਦੇ ਹਾਂ ਦੀਵਾਨ ਹਾਲ ਦੇ ਅੰਦਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲਿਹੋ, ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲਿਹੋ, ਬਿਨੋ ਕਰੋ ਕਰ ਜੋੜ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ, ਹਰ ਹਰ ਨਾਮ ਦੇਹੋ, ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲਿਹੋ, ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲਿਹੋ। ਹਰ ਨਾਮ ਮੰਗੋ ਚਰਨ ਲਾਗੋ,
ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ ਮਾਨ ਤਿਆਗੋ ਤੁਮ ਦਇਆ ਕਤਹੂ ਨ ਤਾਵੋ ਸ਼ਰਨ ਕਤਹੂੰ ਨ ਤਾਵੋ ਸ਼ਰਨ ਪਾਵੋ ਕਰੁਣਾ ਮੈਂ ਪ੍ਰਭ ਕਰ ਮਯਾ ਕਰੁਣਾ ਮੈਂ ਪ੍ਰਭ ਕਰ ਮਯਾ ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲਿਹੋ ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲਿਹੋ ਸਮਰਥ ਅਗਨ ਅਪਾਰ ਨਿਰਮਲ ਸਮਰਥ ਅਗਥ ਅਪਾਰ ਨਿਰਮਲ ਸੁਣੋ ਸੁਵਾਮੀ ਬਿਨੋ ਇਹੋ ਕਰ ਜੋੜ ਨਾਨਕ ਦਾਨ ਮੰਗੈ ਕਰ ਜੋੜ ਨਾਨਕ ਦਾਨ ਮੰਗੈ ਵਾਹਿਗੁਰੂ 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 ਸਾਰੇ ਕਰੋ ਕਿਰਪਾ ਜੀ ਵਾਹਿਗੁਰੂ 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 ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲਿਹੋ ਕਰ ਜੋੜ ਨਾਨਕ ਦਾਨ ਮੰਗੇ ਦਾਨ ਮੰਗੇ ਦਾਨ ਮੰਗੇ
ਦਾਨ ਮੰਗੇ ਦਾਨ ਮੰਗੇ ਦਾਨ ਮੰਗੇ ਦਾਨ ਮੰਗੇ ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲਿਹੋ ਮਿਲੋ ਸੰਤਨ ਕੈ ਸੰਗ ਮਿਲੋ ਸੰਤਨ ਕੇ ਸੰਗ ਮੋਹੇ ਉਧਾਰ ਲਿਹੋ ਬਿਨੋ ਕਰੋ ਕਰਜੋੜ ਹਰ ਹਰ ਨਾਮ ਦਿਓ ਹੇ ਸਾਧੂ ਪੁਰਸ਼ਾਂ ਦੀ ਸੰਗਤ ਸਤਿਗੁਰੂ ਆਪ ਕਿਰਪਾ ਕਰਕੇ ਅੱਜ ਦੇ ਦਿਨ ਸਾਡੇ ਸਿੱਖਾਂ ਦੇ ਹਿਰਦਿਆਂ ਦੇ ਅੰਦਰ ਗੁਰੂ ਦਾ ਸ਼ਬਦ ਪ੍ਰਕਾਸ਼ ਹੋਵੇ ਨਾਮ ਦਾ ਚਾਨਣ ਹੋਵੇ ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਦਿਓ ਪਿਆਰ ਦਾ ਸਬੂਤ ਗਾਜ ਵਰ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਕੀਰਤਨ ਜਥਾ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਜਵੱਦੀ ਕਲਾਂ ਵਾਲੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਸਾਡੇ ਕੋਲ ਕੀਰਤਨੀ ਜਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੱਲੜਵਾਲ ਵਾਲੇ ਜੋ ਆਪ ਜੀ ਨੂੰ 2 ਵਜੇ ਤੱਕ ਗੁਰੂ ਸ਼ਬਦ ਨਾਲ ਜੋੜਨਗੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਕੋਲ ਬੁਲਾਰੇ ਵੀ ਨੇ ਅਤੇ ਥੋੜ੍ਹਾ ਥੋੜ੍ਹਾ 2-2 ਮਿੰਟ ਮੈਂ ਇਹੀ ਬੇਨਤੀ ਕਰਨੀ ਹੈ ਕਿਉਂਕਿ ਬਾਹਰ ਵੀ ਆਪਾਂ ਸਾਰੇ ਟੀਵੀਆਂ ਦੇ ਵਿੱਚ ਬੋਲ ਚੁੱਕੇ ਹਾਂ ਸੋ 2-2 ਮਿੰਟ ਜ਼ਰੂਰ ਲਾਓ ਪਰ ਥੋੜ੍ਹਾ ਟਾਈਮ ਦਾ ਆਪਾਂ ਜ਼ਰੂਰ ਸੰਕੋਚ ਕਰਨੀ ਹੈ ਸੋ ਗੁਰੂ ਘਰ ਦੇ ਮੁੱਖ ਸੇਵਾਦਾਰ ਮੈਂ ਇਹਨਾਂ ਨੂੰ ਬੇਨਤੀ ਕਰਨਾ ਕਿ ਸਾਡੇ ਗੁਰਮੀਤ ਸਿੰਘ ਜੀ ਗੁਰੂ ਘਰ ਦੇ ਮੁੱਖ ਸੇਵਾਦਾਰ ਪਿੰਡ ਮਹਿਮਦਪੁਰ ਸੋ ਇਹਨਾਂ ਨੂੰ ਬੇਨਤੀ ਕਰਨਾ 2 ਕੁ ਮਿੰਟ ਵਾਸਤੇ ਆ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਡਿੰਗੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਭਾਗਾਂ ਭਰਿਆ ਦਿਹਾੜਾ ਹੈ ਜੋ ਕਿ ਸੁਬਹਾ ਤੋਂ ਲੈ ਕੇ ਗੁਰਦੁਆਰਾ ਸਾਹਿਬ ਅੰਮ੍ਰਿਤਵਰੇ ਤੋਂ ਲੈ ਕੇ ਪਹਿਲਾਂ ਸੁਖਮਨੀ ਸਾਹਿਬ ਦੇ ਅਖੰਡ ਜਾਪ ਹੋਏ ਬੀਬੀਆਂ ਵੱਲੋਂ ਉਹਨਾਂ ਨੇ ਵੀ ਲੰਗਰ ਲਾਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਪਰੰਤ 5 ਸ਼੍ਰੀ ਅਖੰਡ ਪਾਤਸ਼ਾਹਾਂ ਦੇ ਭੋਗ ਪੁਆ ਕੇ ਜੋ ਸੰਤ ਬਾਬਾ ਪ੍ਰੇਮ ਸਿੰਘ ਮਰਾੜੇ ਵਾਲਿਆਂ ਦੀ ਬਰਸੀ ਦੀ ਸ਼ੁਰੂਆਤ ਕੀਤੀ ਗਈ ਜੋ ਕਿ 9ਵੀਂ ਬਰਸੀ ਹੈ ਅੱਜ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਰੇ ਪ੍ਰਬੰਧਕਾਂ ਦੀ ਇਹ ਸਖਤ ਮਿਹਨਤ ਦੇ ਨਾਲ ਅੱਜ ਬਹੁਤ ਹੀ ਵਧੀਆ ਪ੍ਰੋਗਰਾਮ ਉਲੀਕ ਕੇ ਜੋ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਜਿੰਨੀਆਂ ਵੀ ਸਮੁੱਚੀਆਂ ਜਥੇਬੰਦੀਆਂ ਜੋ ਕਮੇਟੀਆਂ ਗੁਰੂ ਘਰਾਂ ਦੀਆਂ ਔਰ ਜਿੰਨੀ ਵੀ ਟ੍ਰਾਈ ਸਟੇਟ ਏਰੀਏ ਦੀ ਸੰਗਤ ਹੁੰਮ ਹੁਮਾ ਕੇ ਗੁਰੂ ਘਰ ਵਿੱਚ ਪਹੁੰਚੀ ਹੈ ਮੈਂ ਉਹਨਾਂ ਦਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਜੀ ਆਇਆਂ ਕਰਦਾ ਹਾਂ ਔਰ ਇਸੇ ਤਰ੍ਹਾਂ ਹੀ ਜਿੰਨੇ ਵੀ ਮੇਰੇ ਵੀਰ ਭੈਣਾਂ ਨੇ ਬਾਹਰ ਸਟਾਲ ਲਾਏ ਹਨ ਉਹਨਾਂ ਦੇ ਵੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਔਰ ਜਿਹੜੀਆਂ ਸੰਗਤਾਂ ਸੇਵਾ ਗੁਰੂ ਘਰ ਵਿੱਚ ਕਰ ਰਹੀਆਂ ਹਨ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਜੋ ਸਾਡੇ ਕੋਲ ਮੀਡੀਆ ਪਹੁੰਚਿਆ ਹੈ ਰਿਆੜ ਸਾਹਿਬ ਉਹਨਾਂ ਦੇ ਸਾਥੀ ਨੇ ਦੀਪਕ ਜੀ ਆਪਣੇ ਟੀਟੂ ਜੀ ਔਰ ਬਲਦੇਵ ਸਿੰਘ ਜੀ ਬੀਜੇ ਮਨੀਸ਼ ਜੀ ਸਾਰੇ ਜਿੰਨਾ ਵੀ ਮੀਡੀਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋ ਸਾਰਾ ਪ੍ਰੋਗਰਾਮ ਕਵਰ ਕਰ ਰਿਹਾ ਹੈ ਇਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿੱਥੇ ਮੈਂ ਸਮੁੱਚੀਆਂ ਸੰਗਤਾਂ ਦਾ ਧੰਨਵਾਦੀ ਹਾਂ ਉੱਥੇ ਮੈਂ ਸਮੁੱਚੀਆਂ ਸੰਗਤਾਂ ਨੂੰ ਜੀ ਆਇਆਂ ਵੀ ਕਹਿੰਦਾ ਹਾਂ ਸੋ ਸਾਡੇ ਕੋਲ ਜੋ ਪ੍ਰਬੰਧ ਹਨ ਬਹੁਤ ਵਧੀਆ ਸਾਡੇ ਗੁਰੂ ਘਰ ਦੇ ਜੋ ਪ੍ਰਧਾਨ ਹਨ ਸਾਬਕਾ ਜਿੰਨੇ ਵੀ ਸਾਡੇ ਕੋਲ ਹਨ ਸਰਦਾਰ ਮਹਿੰਦਰ ਸਿੰਘ ਜੀ ਮਾਸਟਰ ਮਹਿੰਦਰ ਸਿੰਘ ਜੀ ਰਘਵੀਰ ਸਿੰਘ ਜੀ ਸੁਬਾਨਪੁਰ ਕੁਲਦੀਪ ਸਿੰਘ ਖਾਲਸਾ ਮਨਜੀਤ ਸਿੰਘ ਦਸੂਹਾ ਗੁਰਮੇਜ ਸਿੰਘ ਜੀ ਰਘਵੀਰ ਸਿੰਘ ਬੱਬੀ ਸਰਪੰਚ ਸਾਹਿਬ ਹਿੰਮਤ ਸਿੰਘ ਸਾਰੇ ਹੀ ਜੋ ਅਸੀਂ ਮਿਲ ਕੇ ਪ੍ਰੋਗਰਾਮ ਸਫਲਤਾਪੂਰਵਕ ਮਨਾਉਂਦੇ ਹਾਂ ਸੋ ਇਕੱਲਾ ਇਕੱਲਾ ਬੰਦਾ
कोई नहीं कर सकता और जो साडा स्टाफ है बहुत ही सत्कारयोग है जो मिल के सहयोग देंदे हन और मैं बहुत खुश हाँ कि साडे जिन्हें भी पाठी सज्जन हैं वो साडा बहुत सहयोग देंदे हन और संगतां दा क्या कहना है जो संगतां दे नाल ही गुरु घर चलते हैं। संत बाबा प्रेम सिंह दी जीवनी बारे तुसी बहुत सुनिया है और बार भी टीवियां ते बहुत वधिया तरीके दे नाल सारे प्रबंधकों ने दित्तियां हन स्पीचा और मैं सिर्फ आप संगतां दा धन्नवाद ही करना सी और जिन्हें भी साडे कोल बुलारे हैं साबका प्रधान साहबान जिन्हिया भी कमेटियां हैं साडियां साबका और आने वाले सारे ने मैं बेनती करांगा कि एक एक दो दो मिनट सारे हाजरी लवाओ क्योंकि अज सारिया का फर्ज बनता है कि दो दो मिनट जो कि संत बाबा प्रेम सिंह जी ने श्रद्धा दे फुल भेट करन जो अगले हफ्ते असी गुरु अर्जन देव जी का जो शहीदी पुरब मना रहे हैं उस वास्ते भी आप समूह संगतों के चरणों में बेनती है कि हुम हमा के पहुँचो इस तरह ही इन्नी ही श्रद्धा भावना के नाल उस दिन भी मनाया जा रहेगा जो गुरु नानक देव जी का 550 साल जो असी 14 जुलाई नू समोकी पार्क दे विच मना रहे हाँ उस वास्ते भी संगतां नू अपील करते हाँ कि हुम हम आके पहुँचना अते गुरु दीआं खुशियां प्राप्त करनियां इन्हें ही शब्दां दे नाल किसी भी गुस्ताखी की माफ़ी। वाहिगुरू जी का खालसा वाहिगुरू जी की फतेह। गुरु प्यारी साहिब सिंह जी वाहिगुरू जी का खालसा वाहिगुरू जी की फतेह। ये सन गुरु घर के मुख सेवादार सरदार गुरमीत सिंह जी महमदपुर बहुत बहुत इन्हों का धन्यवाद। सो मैं हुण बेनती करना गुरु घर के चेयरमैन साहब दो मिनट वास्ते भी एक एक दो दो मिनट ही लवो क्योंकि जो साडा कीर्तनी महान जथा जिहड़ा कि गुरप्रीत सिंह बल्लड़वाल वाले जिन्हां नूं आपां सुणना जिन्हां दी आवाज़ दे विच दम है और जदों आपां सुणदे आ साडे रौंटे खड़े हो जाते इन्नी इन्हां दी आवाज़ है। सो इस करके एक एक दो दो मिनट लो कुछ बुला रहे आपां इन्हां तों बाद बुला देंगे। वाहिगुरू जी का खालसा वाहिगुरू जी की फतेह। गुरु ग्रंथ साहब की मिठी गोद का आनंद मा रही साध संगत जी फतेह की सांझ पाओ। वाहिगुरू जी का खालसा वाहिगुरू जी की फतेह। पहला मैं शहीदां दे सरताज श्री गुरु अर्जन देव जी दे शहीदी पुरब नूं आप सारे संगतां अगे श्रद्धा दे फुल भेट करदे आं। ये जो श्री गुरु अर्जन देव जी का शहीदी पुरब 7 जून नूं मनाउणा सी ये जो कोई साडियां जो डेटा सी ये क्रैश होण करके संतां दी बरसी मनाई गई और 16 जून नूं जिदे इसे पद जिदा अज श्री संत बाबा प्रेम सिंह मराले की बरसी मनाई जा रही है इदा ही ये सारा प्रोग्राम उस दिन भी सारे ही संगत अगे बेनती है कि इदा ही हुम हम आके पहुँचो और जो श्री गुरु अर्जन देव जी के शहीदी पुरब से अपने फुल दिल फुल पोटा भेटा करो। साध संगत जी जिथे संतां बारे सारिया ने दसिया उत्थे संतां दा ये साड़ी बरादरी ते जो कहे हुए बोल अज पूरे हो रहे ने अज सारी बरादरी जो कि बाबा मक्खन शाह लवाणा दे विच मनी गई लवाणा बरादरी जो बेगवाल तो लैके सुहानपुर मकेरियां तक संतां ने इन्हां नूं कट्ठे करके उत्थे बिठा के जो साडे गरीबी दा चोला सीगा साडे ते पहलां ते असीं आजादी लई उस तों बाद सानूं गरीबी दी आजादी ये संतां दे बोलां करके अज साडे सारा लवाणा बरादरी बहुत ही परमात्मा की कृपा है और सारी ये बरादरी उन्हां दी देण है। मैं जिथे संतां ने कोई विवादां विच नहीं पाए सानू कोई सानू पुड़ियां कोई मड़ियां मसीतां ते नहीं भेजे उन्होंने सानू गुरु नानक दे मिशन नाल जोड़िया अज ये सारा ही सारा कुछ सेरा संतां नूं जांदा है। मैं सारिया संगतां नूं गुरु संतां दी बरसी ते आउण ते लख लख वधाई दिना जे कुछ बोलदे वध घट कह गया ते माफ़ी दे योग आ। वाहिगुरू जी का खालसा वाहिगुरू जी की फतेह। गुरु प्यारी साध संगत जी वाहिगुरू जी का खालसा वाहिगुरू जी की फतेह। ये सन गुरु घर के चेयरमैन सतनाम सिंह जी पहलवान पिंड टाली। सो इन्हों का बहुत बहुत धन्यवाद जिहड़ा कि जिहड़ी इन्होंने साडी बेनती मनी है कि एक एक दो दो मिनट के अपने
जो संतान ने श्रद्धा के फुल भेट किए हैं। सो बहुत बहुत धन्यवाद। हुण मैं बेनती करना साडे साबका प्रधान सरदार रघुवीर सिंह जी बब्बी वह भी आ जाने एक दो मिनट वास्ते। सो बाकी उस तो बाद कीर्तन होएगा, उस तो बाद असी बुलारे बुलावांगे। सो धन्यवाद करना जस पंजाबी का जेडे लाइव दिखा रहे रियाड साहब जो कि बहुत एक्टिव ने, इन चैनल के मुद्दा भी चलता और PTC तो साढ़े बलवंत सिंह जी आए ने, उन्हों का मैं बहुत बहुत धन्यवाद करना। गर्म पंजाब तो साढ़े T2 जी तो मनीष जी वह भी कवर कर रहे, इन्हों का भी धन्यवाद। ETC तो प्रदीप सिंह जी गिल ये भी पहुँचे ने, इन्हों का भी धन्यवाद। और 30 जून गुरु घर बैटल व्यू माउंटन पेंसिलवानिया दे विच जो कि संत बाबा प्रेम सिंह की बरसी मनाई जा रही है, उन्होंने वालों अपील है सरदार त्रिलोचन सिंह जी बिगवाल तो आए सी, जिन्हों का नंबर 347-3316-2601 है। सो अगर किसी ने भी उन्होंने कोई लागे बन्ने के कोई रिश्तेदार ने किसी ने संपर्क करना होना कर सकता। हूँ साढ़े को सबका प्रधान सरदार रघुवीर सिंह जी बब्बी, वाहेगुरू जी का खालसा वाहेगुरू जी फतेह। सन्मानयोग गुरु रूप गुरुस्वर खालसा जी, आओ फतेह की सांझ पाइए। वाहेगुरू जी का खालसा वाहेगुरू जी की फतेह। गुरप्यारी साध संगत जी, अज संत बाबा प्रेम सिंह मुराले वाले दी जो गुरद्वारा बाबा मक्खन शाह लवाणा दियां संगतां वल्लों हर साल बड़ी ही श्रद्धा भावना दे नाल असी संतां दी जो मिठी याद है उसनूं मनाउने हां। साडा हर एक वीर दा हर एक मां दा फर्ज बनता है, संत महापुरख सानू की सिक्ख्या दे के गए सी कि असी अपने अपने घरां दे विच बच्चियां नू वो सिक्ख्या दे रहे हैं। जे दे रहे हैं तो बहुत वधिया है, अगर नहीं तो प्लीज़ अपने अपने बच्चियां नू सिक्खी दे नाल जोड़िए जो संत महापुरख सानू सिखा के गए सन, फिर ही असी उस मकसद दे विच पूरे होवांगे। गुरु साहब ने संत महापुरखां ने सानू एजुकेशन नाल जोड़िया स्कूलों के अज कल साढ़े बच्चे साढ़े वीर दारू भी पींदे हैं और प्रबंध दे विच भी रहिंदे हैं। असी हाथ जोड़ के बेनती करने हाँ कि जिन्हां ने मेरे वीरां ने गुरु घरां दी सेवा करनिया हैं सानू इस कम्मां तों दूर होना चाहिए है। और जो संत महापुरख संत बाबा प्रेम सिंह जी सानू सिखा के गए हैं और रस्ते ते चलना चाहिए है। दास वल्लों और दास दे परिवार वल्लों असी संत महापुरख संत बाबा प्रेम सिंह मुराले वाले नू श्रद्धा दे फुल भेट करते हाँ। और आने वाले ऐतवार 16 जून नू गुरु अर्जन देव जी महाराज का शहीदी पुरब आपां सारिया ने इस तरह जिस तरह असी संत महापुरखों दी बरसियां मनाने हाँ इस तरह सानू गुरुआं दे पुरब और शहीदी पुरब मनाने चाहिए हैं। दास की बेनती है, अगर दास स्टेज पर बोलद कोई गलती कर गया हो सा संगत बख्शन जोग है। वाहेगुरू जी का खालसा वाहेगुरू जी की फतेह। वाहेगुरू जी का खालसा वाहेगुरू जी की फतेह। इस दिन साढ़े गुरु घर के सबका प्रधान सरदार रघुवीर सिंह जी बब्बी बहुत बहुत धन्यवाद। इस तरह ही टाइम जे दो दो मिनट लगे तो फिर कोई ज़्यादा टाइम नहीं लगता। सो साढ़े को गुरु घर गुरमत कैंप लग रहा 24 जून तो लैके 27 जून तक, 3 बजे तो लैके 7 बजे तक, मंडे टू फ्राइडे। अगर किसी ने भी ये हिस्सा लेना हो साढ़े जनरल सैकटरी सरदार दलेर सिंह जी इन्हों संपर्क करो। सो हूँ साढ़े कोतनी जथा भाई साहब भाई गुरप्रीत सिंह जी बल्लड़वाल वाले वो आप जी ने 2 बजे तक गुरु शब्द जोड़ने। वाहेगुरू जी का खालसा वाहेगुरू जी की फतेह।
वाहे गुरु वाहे गुरु साहिब जियो संत शरण जो जन परे सो जन उदरन हार संत की निंदा नानका बहुर बहुर अवतार नानक कचड़ियां सो तोड़ ढूंढ सज्जन संत पक्कियां ढूंढ सज्जन संत पक्कियां ओए जीवन दे विछड़े ओए मोया ना जाई छोड़ कबीर सेवा को दोए पले एक संत एक राम राम जो दाता मुक्त को संत जपावे ना तन गुरु अर्जन देव महाराज ऐसे संतां तो जिन्हां दा जीवन केवल अपने वास्ते नहीं बल्कि खलकत वास्ते ओ जिउंदे ने मैं बहुत बार ये बेनती करदा सोचदा भी हाँ कि हजारा लोग जमदे ते मरदे कोई एक साल दो साल आने वाली पुश्तां मुड़ के भुल जांदियां दादे पड़दादियां आने वाली पुश्तां बहुता लंबा समा तक याद नहीं करदियां हुण साडे दादे दी बरसी असी मनाउंदे पता नहीं साडे बच्चियां ने अपने पड़दादे दी याद मनाउणी कि नहीं मनाउणी पर मैं कई बार सोचदा कि संत बाबा प्रेम सिंह जी मुराले वाले ऐसे साधु शरीर तो साढ़े वर्गा ही होगा उन्होंने भी पर करमां दे विच जमीन ते असमान का फर्क होगा उन्हां दी करनी ते साड़ी करनी विच जमीन ते आसमान का फर्क होगा कि रहिंदी दुनिया तक लोग उन्होंने याद करते रहेंगे उन्होंने परउपकारां नूं याद करके उन्हां नूं याद करिया करनगे उन्हां दी याद रहिंदी दुनिया तक क्यों रहिंदी है संत इसे करके कहिंदे कि संत मरदा नहीं शरीर करके तां सारे जाने गुरु साहब भी चले गए पर जिहड़े संत दी याद संत दे परउपकार रहिंदी दुनिया तक वह रहिंदे इस करके वह मरदे नहीं तो आओ गुरु अर्जन देव महाराज जी ने बड़ी महिमा संतां दी कीती गुरबाणी दे विच बड़े शब्द ऐसे जिन्हां राहीं सतगुर कहिंदे मैं सदके मैं वारी जावां ऐसे संतां तों जिन्हां ने सारी जिंदगी परउपकार करदिआं खलक दी सेवा करदिआं अपना स्वास स्वास ला दिता तो आओ मिल के गुरु अर्जन देव महाराज जी का पहला शब्द हम संतन की रेन प्यारे महाराज कहिंदे मैं ऐसे साधुआं दी चरण तूड़ हो जावां हम संतन की शरणा मैं ऐसे साधुआं दे संपर्क विच रवां ऐसे साधुआं दी संगत विच रवां ये वाहिगुरु मेरी ये अरदास है आओ मिलके गाइए हम संतन की रेन प्यारे रेन प्यारे हम संतन की शरणा हम संतन की रेन प्यारे हम संतन की शरणा संत हमारी ओट सताणी संत
संत हमारी ओट सतानी, संत हमारा गहना, हम संतन की रेन प्यारे हम संतन की शरणा, हम संतन की शरणा, हम संतन की रेन प्यारे हम संतन की शरणा, हम संतन की शरणा। हम संतन सो बन आई पूरब लिखिया पाई, हम संतन सो बन आई पूरब लिखिया पाई, एह मन तेरा पाई, एह मन तेरा पाई, हम संतन की रेन प्यारे हम संतन की शरणा, हम संतन की शरणा, हम संतन की रेन प्यारे हम संतन की शरणा, हम संतन की शरणा। संतन सो मेरी लेवा देवी, संतन सो ब्योहारा, संतन सो मेरी लेवा देवी, संतन सो ब्योहारा, संतन सो हम लाहा काटिया हर भगत परे भंडारा, हर भगत परे भंडारा, हर भगत परे भंडारा, हम संतन की रेन प्यारे हम संतन की शरणा, हम संतन की शरणा, हम संतन की रेन प्यारे हम संतन की शरणा, हम संतन की शरणा, संत हमारी ओट सतानी, संत हमारी ओट सतानी, संत हमारा गहना, हम संतन की रेन प्यारे हम संतन की शरणा, हम संतन की शरणा, हम संतन की रेन प्यारे
हम संतन की शरणा, हम संतन की शरणा। संतन मोको पूंजी सौंपी तो उतरे मन का तोखा, संतन मोको पूंजी सौंपी तो उतरे मन का तोखा, धर्म राय अब कहाँ करेगो जो फाटे हो सगलो लेखा, जो फाटे हो सगलो लेखा। जो फाटे हो सगलो लेखा, हम संतन की रेन प्यारे हम संतन की शरणा, हम संतन की शरणा, हम संतन की रेन प्यारे हम संतन की शरणा, 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 हम संतन की रेन प्यारे हम संतन की शरणा, हम संतन की शरणा। महानंद पे सुख पाया संतन के प्रसादे, महानंद पे सुख पाया संतन के प्रसादे, कहो नानक हर सो मन मानिया रंग रते बिस्मा दे, रंग रते बिस्मा दे, जी रंग रते बिस्मा दे, हम संतन की रेन प्यारे हम संतन की शरणा, हम संतन की शरणा, हम संतन की रेन प्यारे हम संतन की शरणा, 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 हम संतन की शरणा।
हम संतन की शरणा, हम संतन की शरणा, हम संतन की रेणु प्यारे, रेणु प्यारे, हम संतन की शरणा, हम संतन की शरणा, हम संतन की शरणा, वाहे गुरु। इन्ना प्यार, इन्ना सत्कार धन गुरु अर्जन देव महाराज जी ने जपण वालियां नूं दिता। गुरु ग्रंथ साहब जी की बाणी पढ़िए, सतगुरु जदों भी सद के जाते, बुलाहारे जाते, कदी किसी डॉक्टर तो, कदी किसी तनाड़ तो, कदी किसी साइंटिस्ट तो, कदी किसी अमीर बंदे तो नहीं, सतगुरु जी बुलाहारे गए। जदों भी सतगुरु सद के मैं वारी जावा, मैं कुरबान जावा, जाते तो महाराज जपण वालियां तो सद के जाते। हाँ कुरबाने जाओ मेहरबाना, हाँ कुरबाने जाओ, हाँ कुरबाने जाओ, ते ना कह लैन जो तेरा नाम। महाराज कहिंदे वाहिगुरु जेरे तेरा नाम जपदे मैं तेरे तो भी सदके ते तेरा नाम जपण वालियां तो भी बुलाहारे जांदा हाँ। बहुत वधिया ढंग नाल समागम हो रहा है, तो मैं चैनल वालियां वीरां दा बहुत बहुत असी सारे धन्नवादी हाँ जिहड़े इस प्रोग्राम नूं देश दे कोने कोने तक पहुँचा रहे ने। रियाड़ जी बैठे ने, उन्हां दी सारी टीम जस पंजाबी दी, होर भी चैनल वाले वाले वीर सारे, सब का बहुत बहुत धन्नवाद जिहड़े इस प्रोग्राम नूं, इस प्रोग्राम का कल्ला कल्ला पार्ट सारे प्रोग्राम नूं देश विदेशां दे विच पहुँचा रहे ने। तो आओ गुरु अर्जन देव महाराज जी का उच्चारण किया होया दूजा शब्द, सतगुरु जी कहिंदे मैं सद के ऐसे संतां तों जिन्हां दा स्वास स्वास केवल अपने हित वास्ते नहीं, मनुखता दी खातर, परोपकार दी खातर जिन्हां ने अपना स्वास स्वास ला दिता, उन्हां विचों संत बाबा प्रेम सिंह जी मराले वाले। वार वार जाई लख बरिया, 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 देहो संतन की धूरा जियो, देहो संतन की धूरा जियो, वार वार जाई लख बरिया, 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 देहो संतन की तू राजियो, देहो संतन की तू राजियो, वार वार जाई लख बरिया, वार वार जाई लख बरिया, वार वार जाई लख बरिया, वार वार जाई लख बरिया। सगल संतन पे वस्त एक मांगो, सगल संतन पे वस्त एक मांगो, करो बेनंती मानते आगो, करो
बेनंती मान त्या करो बेनंती मान त्यागो करो बेनंती मान त्यागो वार 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 जाई लख बरिया 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 देहो संतन की तू राजियो देहो संतन की तू राजियो वार वार जाई लख बरिया 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 तुम दाते तुम पुरख विदाते तुम दाते तुम पुरख विदाते तुम समरथ सदा सुख दाते तुम समरथ सदा सुख दाते सब को तुम ही ते बरसावे सब को तुम ही ते बरसावे ओ सर करो हमारा पूरा जियो ओ सर करो हमारा पूरा जियो वार वार जाई लख बरिया 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 देहो संतन की तू राजियो देहो संतन की तू राजियो वार वार जाई लख बरिया वार वार जाई लख बरिया वार वार जाई लख बरिया वार वार जाई लख दर्शन तेरे पवन पुनीता दर्शन तेरे पवन पुनीता आत्मगढ़ बिखम तिनाही जीता आत्मगढ़ बिखम नाही जीता तुम दाते तुम पुरख विदाते तुम दाते तुम पुरख विदाते तुद जे वड अवर नसूरा जी तुद जे वड अवर नसूरा जी वार वार जाई लख बरिया वार वार जाई लख बरिया
वार वार जाई लख बरिया वार वार जाई लख बरिया रेन संतन की मेरा मुख लागी रेन संतन की मेरा मुख लागी दुर्मत बिन सी कबू दे उपागी दुर्मत बिन सी कबुद अपागी सच कर बैस रहे गुण गाए सच कर बैस रहे गुण गाए नानक बिन से कूरा जियो नानक बिन से कूरा जियो वार वार जाई लख बरिया 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 देहो संतन की तू राजियो 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 वार वार जाई लख बरिया 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 हाँ कुर्बाने जाओ मेहरवाना हाँ कुर्बाने जाओ मेहरवाना हाँ कुर्बाने जाओ हाँ कुर्बाने जाओ हाँ कुर्बाने जाओ तिना के लैन जो तेरा नाम हाँ कुर्बान जाओ तिना के लैन जो तेरा नाओ लैन जो तेरा नाओ तिना के हाँ सद कुर्बान जाओ लैन जो तेरा नाओ हाँ सद कुर्बान जाओ लख बरिया लख बरिया लख बरिया लख बरिया देहो संतन की तू राजियो देहो संतन की तू राजियो वार वार जाई लख बरिया 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 जी वार वार जाई लख बरिया वार वार जाई लख बरिया वाहे गुरु सतगुरु कहिंदे एक वार ने मैं हजारां वार लखां वार ऐसे गुरमुखां ऐसे गुरसिख साधुआं तों सद के जांदा हाँ जिन्हां ने आप जपिया
ਇੱਥੇ ਜਪਾਇਆ, ਜਿਨ੍ਹਾਂ ਨੇ ਆਪ ਚੰਗੇ ਕਰਮ ਕਰਕੇ ਅਤੇ ਦੂਸਰਿਆਂ ਨੂੰ ਚੰਗੇ ਕਰਮਾਂ ਨਾਲ ਜੋੜਿਆ। ਐਸੇ ਸਾਧੂਆਂ ਤੋਂ ਮੈਂ ਸੱਦ ਕੇ ਜਾਂਦਾ ਹਾਂ। ਅਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਹਜ਼ਾਰਾਂ ਲੋਕ ਜੰਮਦੇ ਅਤੇ ਮਰਦੇ ਕੋਈ ਇੱਕ ਪੁਸ਼ਤ ਤੱਕ ਯਾਦ ਕਰਦਾ ਹੈ, ਮੁੜ ਕੇ ਹੌਲੀ ਹੌਲੀ ਦਾਦੇ ਪੜਦਾਦਿਆਂ ਨੂੰ ਲੋਕ ਭੁੱਲ ਜਾਂਦੇ। ਪਰ ਐਸਾ ਕੌਣ ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਲੋਕ ਯਾਦ ਕਰਦੇ ਨੇ? ਉਹ ਹਨ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ। ਤੋ ਆਓ ਅਖੀਰ ਵਿੱਚ, ਗੁਰਮੁਖ ਪਰ ਉਪਕਾਰੀ ਵਿਰਲਾ ਆਇਆ। ਐਸੇ ਸਾਧੂ ਹਰ ਥਾਂ 'ਤੇ ਤੁਹਾਨੂੰ ਮਿਲਦੇ ਨਹੀਂ, ਬਹੁਤ ਵਿਰਲੇ ਵਿਰਲੇ ਐਸੇ ਗੁਰਸਿੱਖ ਸਾਧੂਆਂ ਦੇ ਦਰਸ਼ਨ ਹੁੰਦੇ ਜਿਨ੍ਹਾਂ ਨੇ ਸਾਰਾ ਜੀਵਨ ਖਲਕਤ ਵਾਸਤੇ ਸਮਰਪਿਤ ਕੀਤਾ ਹੁੰਦਾ। ਤੋ ਆਓ ਇਸ ਸ਼ਬਦ ਦੀ ਹਾਜ਼ਰੀ ਸਾਰੇ ਮਿਲ ਕੇ ਗਾਇਓ ਪਿਆਰ ਨਾਲ। ਗੁਰਮੁਖ ਪਰ ਉਪਕਾਰੀ ਵਿਰਲਾ ਆਇਆ, 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 ਗੁਰਮੁਖ ਸੁਖ ਫਲ ਪਾਏ ਆਪ ਗਵਾਇਆ, ਗੁਰਮੁਖ ਸੁਖ ਫਲ ਪਾਏ ਆਪ ਗਵਾਇਆ, ਗੁਰਮੁਖ ਪਰ ਉਪਕਾਰੀ ਵਿਰਲਾ ਆਇਆ, ਗੁਰਮੁਖ ਪਰ ਉਪਕਾਰੀ ਵਿਰਲਾ ਆਇਆ, ਗੁਰਮੁਖ ਪਰ ਉਪਕਾਰੀ ਵਿਰਲਾ ਆਇਆ। ਗੁਰਮੁਖ ਸਾਖੀ ਸ਼ਬਦ ਸਿੱਖ ਸੁਣਾਇਆ, ਗੁਰਮੁਖ ਸਾਖੀ ਸ਼ਬਦ ਸਿੱਖ ਸੁਣਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ, ਗੁਰਮੁਖ ਪਰ ਉਪਕਾਰੀ ਵਿਰਲਾ ਆਇਆ, 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 ਵਿਰਲਾ ਆਇਆ, ਵਿਰਲਾ ਆਇਆ, ਵਿਰਲਾ ਆਇਆ ਜੀ, ਵਿਰਲਾ ਆਇਆ, ਵਿਰਲਾ ਆਇਆ, ਗੁਰਮੁਖ ਪਰ ਉਪਕਾਰੀ 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 ਵਿਰਲਾ ਆਇਆ,
ਸੱਚ ਹਿਰਦੈ ਮੋਹੇ ਸੱਚ ਸੱਚ ਸੁਹਾਇਆ ਸੱਚ ਹਿਰਦੈ ਮੋਹੇ ਸੱਚ ਸੱਚ ਸੁਹਾਇਆ ਗੁਰਮੁਖ ਜਨਮ ਸਵਾਰ ਜਗਤ ਤਰਾਇਆ ਜੀ ਗੁਰਮੁਖ ਜਨਮ ਸਵਾਰ ਜਗਤ ਤਰਾਇਆ ਗੁਰਮੁਖ ਪਰ ਉਪਕਾਰੀ ਵਿਰਲਾਇਆ ਗੁਰਮੁਖ ਪਰ ਉਪਕਾਰੀ ਵਿਰਲਾਇਆ ਗੁਰਮੁਖ ਪਰ ਉਪਕਾਰੀ ਵਿਰਲਾਇਆ ਗੁਰਮੁਖ ਪਰ ਉਪਕਾਰੀ ਵਿਰਲਾਇਆ 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 ਜੀ ਗੁਰਮੁਖ ਪਰ ਉਪਕਾਰੀ ਵਿਰਲਾਇਆ ਗੁਰਮੁਖ ਪਰ ਉਪਕਾਰੀ ਵਿਰਲਾਇਆ ਗੁਰਮੁਖ ਪਰ ਉਪਕਾਰੀ ਵਿਰਲਾਇਆ ਗੁਰਮੁਖ ਪਰ ਉਪਕਾਰੀ ਵਿਰਲਾਇਆ ਵਾਹਿਗੁਰੂ ਜਿਹੜਾ ਵੀ ਲੀਡਰ ਉੱਠਦਾ ਹੈ ਕਹਿੰਦਾ ਜੀ ਸਾਰੇ ਜ਼ਿਮੀਂਦਾਰਾਂ ਦਾ ਕਰਜ਼ਾ ਮਾਫ਼ ਕਰ ਦਿਓ ਹਾਊ ਕੈਨ ਇਟ ਬੀ ਜਿਹੜੇ ਲੋਕ ਕਰਜ਼ਾ ਉਤਾਰਨ ਦੇ ਸਮਰੱਥ ਨੇ ਉਹਨਾਂ ਨੂੰ ਕਰਜ਼ਾ ਉਤਾਰਨਾ ਚਾਹੀਦਾ ਅਤੇ ਜਿਹੜੇ ਲੋਕ ਕਰਜ਼ਾ ਉਤਾਰਨ ਦੇ ਸਮਰੱਥ ਨਹੀਂ ਜਿਨ੍ਹਾਂ ਦੀ ਮਲਕੀਅਤ ਥੋੜ੍ਹੀ ਹੈ ਔਰ ਉਹਨਾਂ ਕੋਲ ਹੋਰ ਸਾਧਨ ਨਹੀਂ ਵੀ ਉਹ ਕਰਜ਼ਾ ਉਤਾਰ ਸਕਣ ਉਹਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਸਰਕਾਰ ਲਈ ਵੀ ਸੌਖਾ ਹੋ ਜਾਏਗਾ ਅਤੇ ਜਿਨ੍ਹਾਂ ਲੋਕਾਂ ਨੂੰ ਰਾਹਤ ਚਾਹੀਦੀ ਹੈ ਉਹਨਾਂ ਲੋਕਾਂ ਤੱਕ ਰਾਹਤ ਵੀ ਜਿਹੜੀ ਹੈ ਪਹੁੰਚ ਜਾਏਗੀ 10 ਮੋਟਰਾਂ ਨੇ ਮੇਰੀਆਂ 100 ਕੁ ਮਾਹ ਮੇਰੀ ਜ਼ਮੀਨ ਹੈ ਅਤੇ ਸਾਰੇ ਬਿਜਲੀ ਦੇ ਬਿੱਲ ਮਾਫ਼ ਬਿਜਲੀ ਦੇ ਬਿੱਲ ਤਾਂ ਮਾਫ਼ ਉਹਨਾਂ ਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਦੀ 5 ਏਕੜ ਤੋਂ ਕਿਥਲੀ ਜਾਵੇ ਉਹ ਤੋਂ ਵੱਧ ਉਹਨਾਂ ਲੋਕਾਂ ਦੀ ਸਹਾਇਤਾ ਦੀ ਲੋੜ ਹੈ ਅਤੇ ਉਹ ਲੋਕ ਤਰੱਕੀ ਕਰਨਗੇ ਮੈਂ ਸਮਝਦਾ ਮੋਦੀ ਸਾਹਿਬ ਜਦੋਂ ਇੱਥੇ ਆਏ ਤਾਂ ਮੈਂ ਉਹਨਾਂ ਦੇ ਸਾਹਮਣੇ ਇੱਕ ਗੱਲ ਰੱਖੀ ਵੀ ਜਿੰਨਾ ਚਿਰ ਹਿੰਦੁਸਤਾਨ ਦੀ ਧਰਤੀ ਦਾ ਹਰ ਵਰਗ ਸਿੱਖ ਹਿੰਦੂ ਈਸਾਈ ਮੁਸਲਮਾਨ ਜਿੰਨਾ ਚਿਰ ਇਹ ਤਰੱਕੀ ਨਹੀਂ ਨਾ ਕਰਦੇ ਸਾਰੇ ਇਕੱਠੇ ਰਲ ਕੇ ਉਨੇ ਚਿਰ ਹਿੰਦੁਸਤਾਨ ਤਰੱਕੀ ਜਿਹੜੀ ਹੈ ਨਹੀਂ ਕਰ ਸਕਦਾ ਅੱਜ ਧਰਮ ਦੇ ਆਧਾਰ 'ਤੇ ਸਾਨੂੰ ਵੰਡਿਆ ਜਾ ਰਿਹਾ ਔਰ ਜਿਹੜੇ ਲੋਕ ਨੇ ਉਹ ਇੱਕ ਮੱਤ ਹੋ ਕੇ ਜਿਸ ਤਰੀਕੇ ਨਾਲ ਤੁਸੀਂ ਇਹ ਮੋਦੀ ਸਾਹਿਬ ਦੀ ਸਕਸੈਸ ਦੇਖੀ ਹੈ ਕੋਈ ਮਿਸਾਲ ਨਹੀਂ ਮਿਲਦੀ ਔਰ ਉਹ ਜਿਹੜੀ ਗੱਲ ਅੰਡਰਨੀਥ ਹੈ ਵੀ ਬਹੁ ਗਿਣਤੀ 80% ਜਿਹੜਾ ਹੈ ਉਹ ਹਿੰਦੁਸਤਾਨ ਦੇ ਵਿੱਚ ਹਿੰਦੂ ਰਾਸ਼ਟਰ ਸਥਾਪਿਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਸ ਵਿੱਚ ਲੱਗਾ ਹੋਇਆ ਹੈ ਜਿਸ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ ਜਿਸ ਤੋਂ ਸਾਨੂੰ ਗੱਲ ਨੂੰ ਸਮਝਣੀ ਚਾਹੀਦੀ ਹੈ ਅੱਜ ਅਸੀਂ ਬਰਸੀ ਮਨਾ ਰਹੇ ਹਾਂ ਔਰ ਸੰਤਾਂ ਦਾ ਜੇ ਜੀਵਨ ਦੇਖੀਏ ਸਭ ਉਹਨਾਂ ਦੀਆਂ ਬਖਸ਼ਾਂ ਨੂੰ ਯਾਦ ਕਰਨੇ ਹਾਂ ਕਹਿੰਦੇ ਹਾਂ ਵੀ ਇੱਥੇ ਜਿੱਥੇ ਕਲਰ ਉੱਡਦਾ ਸੀ ਹਨੇਰੀ ਆਉਂਦੀ ਸੀ ਅਤੇ ਕਲਰ ਉੱਡਦਾ ਸੀ ਅਤੇ ਸੰਤਾਂ ਨੇ ਕਿਹਾ ਸੋਨਾ ਉਗਲੇਗੀ ਇਹ ਧਰਤੀ ਨੇ ਸੋਨਾ ਉਗਲਿਆ ਲੇਕਿਨ ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਲਾਈਆਂ ਗਈਆਂ ਉਹਨਾਂ ਪ੍ਰਤੀ ਅਸੀਂ ਕਿੰਨੇ ਸੁਚੇਤ ਹਾਂ ਆਇਆ ਅਸੀਂ ਗੁਰੂ ਵਾਲੇ ਬਣ ਗਏ ਆਇਆ ਅਸੀਂ ਅੰਮ੍ਰਿਤ ਛਕ ਲਿਆ ਆਇਆ ਸਾਡਾ ਵਿਸ਼ਵਾਸ ਗੁਰਬਾਣੀ ਵਿੱਚ ਅੱਗੇ ਨਾਲੋਂ ਪੱਕਾ ਹੋਇਆ ਕਿ ਕੱਚਾ ਹੋਇਆ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਬਖਸ਼ਾਂ ਗੁਰੂ ਮਹਾਰਾਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨੇ ਅਤੇ ਉਹ ਬਖਸ਼ਾਂ ਸਾਨੂੰ ਸੰਤਾਂ ਨੇ ਗੁਰੂ ਸਾਹਿਬ ਦੇ ਨਾਲ ਜੋੜ ਕੇ ਸਾਨੂੰ ਉਹ ਬਖਸ਼ਾਂ ਦਵਾਈਆਂ ਇਹ ਬਖਸ਼ਾਂ ਨਿਕਲ ਵੀ ਸਕਦੀਆਂ ਨੇ ਜੇ ਆਪਾਂ ਗੁਰੂ ਦੇ ਆਸ਼ੇ ਤੋਂ ਪਿੱਛੇ ਹਟ ਗਏ ਅਤੇ ਜਿਨ੍ਹਾਂ ਬਖਸ਼ਾਂ ਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਇਹ ਬਖਸ਼ਾਂ ਸਾਡੇ ਕੋਲੋਂ ਖੁਸ਼ ਵੀ ਸਕਦੀਆਂ ਨੇ ਅੱਜ ਹਰ ਆਦਮੀ ਨੂੰ ਸਟੇਜ ਤੋਂ ਕਹਿਣ ਨੂੰ ਬੜਾ ਫਖਰ ਮਹਿਸੂਸ ਹੁੰਦਾ ਸਿੰਘ ਸਜੋ ਪਰ ਘਰਦਿਆਂ ਦਾ ਵੀ ਕੋਈ ਕੋਸ਼ਿਸ਼ ਕਰੋ ਨਾ ਜਿਹੜੇ ਤੁਹਾਡੇ ਆਪਣੇ ਬੱਚੇ ਨੇ ਉਹਨਾਂ ਦੀ ਵੀ ਕੋਈ ਕੋਸ਼ਿਸ਼ ਕਰੋ ਨਾ ਉਹਨਾਂ ਨੂੰ ਵੀ ਸਿੱਖ ਸਜਾਓ ਨਾ ਔਰ ਜਿੰਨੀਆਂ ਮੇਰੀਆਂ ਮਾਤਾਵਾਂ ਇੱਥੇ ਬੈਠੀਆਂ ਨੇ
ਫਖਰ ਮਹਿਸੂਸ ਹੋਣਾ ਚਾਹੀਦਾ ਵੀ ਮੇਰੇ ਬੱਚੇ ਦੇ ਸਿਰ 'ਤੇ ਕੇਸ ਨੇ, ਫਖਰ ਮਹਿਸੂਸ ਹੋਣਾ ਚਾਹੀਦਾ ਵੀ ਮੇਰਾ ਬੱਚਾ ਗੁਰਦੁਆਰੇ ਦਸਤਾਰ ਸਜਾ ਕੇ ਆਉਂਦਾ, ਫਖਰ ਮਹਿਸੂਸ ਹੋਣਾ ਚਾਹੀਦਾ ਵੀ ਮੇਰਾ ਬੱਚਾ ਗੁਰਬਾਣੀ ਦਾ ਪਾਠ ਕਰਦਾ। ਆ ਦੇਖਿਆ ਨਾ ਬੱਚੇ ਤੁਹਾਡੇ ਸਾਹਮਣੇ, ਇਹ ਕੋਸ਼ਿਸ਼ ਹੈ ਸਰਦਾਰ ਦਲੇਰ ਸਿੰਘ ਦੀ ਔਰ ਗੁਰਦੁਆਰਾ ਦੀ ਮੈਨੇਜਮੈਂਟ ਕਮੇਟੀ ਦੀ ਵੀ ਇਹਨਾਂ ਨੌਜਵਾਨ ਬੱਚਿਆਂ ਨੂੰ ਸਾਂਭਿਆ ਜਾਏ ਔਰ ਇਹਨਾਂ ਨੌਜਵਾਨਾਂ ਨੂੰ ਗੁਰਬਾਣੀ 'ਤੇ ਲੜ ਲਾਇਆ ਜਾਵੇ। ਮੈਨੂੰ ਨਹੀਂ ਸਮਝ ਪੈਂਦੀ, ਮੈਂ ਕਈ ਵਾਰੀ ਕਹਿੰਦਾ ਜੀ ਬੱਚੇ ਨੇ ਵਾਰ ਰੱਖੇ ਨੇ ਜੀ, ਉਹ ਜੀ ਉਹਨੂੰ ਬੜੀ ਸ਼ਰਮ ਆਉਂਦੀ ਹੈ। ਮੈਂ ਆਪਣੇ ਪੁੱਤਰ ਨੂੰ ਇੱਕ ਵਾਰੀ ਪੁੱਛਿਆ, ਉਹ ਮੈਂ ਕਿਹਾ ਤੂੰ ਵੀ ਵਾਰ ਰੱਖੇ ਨੇ, ਦਾੜੀ ਰੱਖੀ ਹੈ, ਪੱਗ ਸਜਾ ਕੇ ਗੁਰਦੁਆਰੇ ਜਾਂਦਾ ਯੂਨੀਵਰਸਿਟੀ 'ਚ ਨਿਊਯਾਰਕ 'ਚ, ਲੋਕ ਬੜੇ ਕਹਿੰਦੇ ਨੇ ਜੀ, ਲੋਕ ਛੇੜਦੇ ਬੜੇ ਨੇ, ਗੱਲਾਂ ਬੜੀਆਂ ਕਰਦੇ ਨੇ, ਬੜੀ ਸ਼ਰਮ ਆਉਂਦੀ। ਅਤੇ ਮੇਰੇ ਪੁੱਤਰ ਨੇ ਮੈਨੂੰ ਜਵਾਬ ਦਿੱਤਾ, ਮੈਂ ਫਖਰ ਮਹਿਸੂਸ ਕਰਨਾ ਔਰ ਯੂਨੀਵਰਸਿਟੀ ਦਾ ਹਰ ਬੱਚਾ, ਹਰ ਪ੍ਰੋਫੈਸਰ, ਹਰ ਕੋਈ ਮੈਨੂੰ ਜਾਣਦਾ ਵੀ ਮੈਂ ਸਿੰਘ ਹਾਂ। ਕਿਸੇ ਕੋਲੋਂ ਜਾ ਕੇ ਪੁੱਛ ਲਓ ਵੀ ਮਿਸਟਰ ਸਿੰਘ ਨੂੰ ਦੇਖਿਆ, ਅਤੇ ਕਹਿੰਦਾ ਉਹ ਦੱਸਣਗੇ ਮੈਂ ਉਹਨੂੰ ਸੈਕਿੰਡ ਫਲੋਰ 'ਤੇ ਦੇਖਿਆ ਸੀ, ਮੈਂ ਉਹਨੂੰ ਥਰਡ ਫਲੋਰ 'ਤੇ ਦੇਖਿਆ ਸੀ, ਹੁਣੇ ਹੀ ਇੱਥੇ ਖਲੋਤਾ ਸੀ। ਸੋ ਇਹੋ ਜਿਹਾ ਫਖਰ ਆਪਣੇ ਬੱਚਿਆਂ 'ਚ ਮਹਿਸੂਸ ਕਰਨ ਵਾਲੀ ਭਾਵਨਾ ਜਿਹੜੀ ਪੈਦਾ ਕਰੋ ਤਾਂ ਤਰੱਕੀ ਕਰ ਸਕਾਂਗੇ। ਬਖਸ਼ਾਂ 'ਤੇ ਰੋਜ਼ ਮੰਗਣੇ ਆ ਵਾਹਿਗੁਰੂ ਕੋਲੋਂ, ਪਰ ਉਹਨਾਂ ਵੱਲੋਂ ਦਿੱਤੇ ਫਰਜ਼ ਜਿਹੜੇ ਨੇ ਉਹਨਾਂ ਨੂੰ ਕਿੰਨਾ ਕੁ ਪੂਰਾ ਕਰਨੇ। ਮੈਂ ਸਮਝਣਾ ਸਾਡਾ ਸਿੱਖਾਂ ਦਾ ਭਵਿੱਖ ਅਮਰੀਕਾ ਦੇ ਬੜਾ ਸੁਰੱਖਿਅਤ ਹੈ, ਅਸੀਂ ਕੋਸ਼ਿਸ਼ ਨਹੀਂ ਕਰਦੇ, ਲੇਕਿਨ ਇੱਥੋਂ ਦੇ ਲੀਡਰ ਜਿਹੜੇ ਨੇ ਉਹ ਸਾਡੇ ਧਾਰਮਿਕ ਫੰਕਸ਼ਨਾਂ ਵਿੱਚ ਆਉਣ ਲਈ ਕਾਲੇ ਨੇ ਔਰ ਸਾਨੂੰ ਉਹ ਡਰੈਸ ਕਰਕੇ ਸਾਡੇ ਨਾਲ ਨੇੜਤਾ ਬਣਾ ਕੇ ਉਹ ਖੁਸ਼ੀ ਮਹਿਸੂਸ ਕਰਦੇ ਨੇ। ਤੁਸੀਂ ਕਦੀ ਸੋਚਿਆ ਸੀ NYPD ਦਸਤਾਰਧਾਰੀ ਹੋ ਜਾਏਗੀ? ਐਵੇਂ ਗੱਲ ਨਹੀਂ ਬਣ ਗਈ। ਜੇ ਕੋਈ ਕਹੇ ਵੀ ਅਸੀਂ ਇੱਕੋ ਕਿਹਾ ਤਾਂ ਉਹਨਾਂ ਮੰਨ ਲਿਆ। ਮੈਨੂੰ ਆਹ ਪਤਾ 15-16 ਸਾਲਾਂ ਦੀ ਲੜਾਈ ਹੈ, ਤੁਹਾਨੂੰ ਯਾਦ ਹੋਏਗਾ ਇੱਕ ਵਾਰੀ ਫੰਕਸ਼ਨ ਜਿਹੜਾ ਉਹ ਸਿਟੀ ਕੌਂਸਲ ਹਾਲ 'ਚ ਹੋਇਆ ਸੀ ਔਰ ਪੁਲਿਸ ਜਿਹੜਾ ਚੀਫ ਸੀ ਉਹਦਾ ਮਤਲਬ ਸੀ ਵੀ ਅੱਠ ਕੋਣੀ ਪੱਗ, ਅੱਠ ਕੋਣੀ ਹੁੰਦੀ ਸਾਡੀ ਟੋਪੀ, ਜੇ ਅਸੀਂ ਪੱਗ ਬਣਾ ਤੀ ਲੋਕ ਕਨਫਿਊਜ਼ ਹੋ ਜਾਣਗੇ। ਪਰ ਮੇਅਰ ਬਲੇਬਲਾਸੀ ਉਹਦਾ ਤੁਸੀਂ ਸਾਥ ਦਿੱਤਾ ਅਤੇ ਅੱਜ NYPD ਸਾਡੇ ਬੱਚੇ ਜਿਹੜੇ ਨੇ ਉਹ ਦਸਤਾਰ ਸਜਾ ਕੇ ਮਾਣ ਤਰਾਣ ਦੇ ਨਾਲ ਸਾਰੇ ਕੰਮ ਕਰ ਰਹੇ ਨੇ। ਅੱਜ ਰਾਸ਼ਟਰਪਤੀ ਦੀ ਇਲੈਕਸ਼ਨ ਹੈ, ਕਿੰਨੇ ਕੁ ਲੋਕ ਤੁਸੀਂ ਜਾਗਰੂਕ ਹੋਏ ਹੋ? ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਹੈਵ ਟੂ ਕੰਟਰੀਬਿਊਟ। ਕਰਦੇ ਨੇ ਔਰ ਮੈਂ ਬੜਾ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਮੈਂ ਕਈ ਵਾਰੀ ਕਹਿੰਦਾ ਹੁੰਦਾ ਗੁਰੂ ਬਿਨਾਂ ਗਤ ਨਹੀਂ ਅਤੇ ਸ਼ਾਹ ਬਿਨਾਂ ਪਤ ਨਹੀਂ। ਮੈਂ ਕਹਿੰਦਾ ਅਸੀਂ ਧੰਨਵਾਦੀ ਹਾਂ ਉਹਨਾਂ ਲੋਕਾਂ ਦੇ ਜਿਹੜੇ 21,000 25,000 ਕੰਟਰੀਬਿਊਟ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਜੇ ਤੁਸੀਂ ਵੀ ਸਾਰੇ ਰਲ ਕੇ $100, $200, $500 ਇਕੱਠੇ ਹੋ ਕੇ ਦਿਓ ਤਾਂ ਅਸੀਂ ਸਿੱਖਾਂ ਦਾ ਭਵਿੱਖ ਅਮਰੀਕਾ 'ਚ ਬਹੁਤ ਜ਼ਿਆਦਾ ਸੁਰੱਖਿਅਤ ਕਰ ਸਕਦੇ ਹਾਂ। ਅੱਜ ਵੀ ਗੱਲ ਆਈ ਹੈ 113 ਸਟਰੀਟ ਬੰਦ ਨਹੀਂ ਹੁੰਦੀ, 101 ਐਵਨੂ ਬੰਦ ਨਹੀਂ ਹੁੰਦਾ ਔਰ ਕੱਲ੍ਹ ਤੱਕ ਸ਼ਾਮ ਤੱਕ 101 ਐਵਨੂ ਬੰਦ ਨਹੀਂ ਹੋ ਸਕਦਾ, ਪੁਲਿਸ ਵਾਲਿਆਂ ਦਾ ਵਰਸ਼ਨ। ਅਤੇ ਮੈਂ ਉਹਨਾਂ ਨੂੰ ਕਿਹਾ ਇਹ ਬੰਦ ਹੋਏਗਾ। ਅਸੀਂ ਜਿਸ ਕਮਿਊਨਿਟੀ ਬੋਰਡ ਦੇ ਮੈਂਬਰ ਹਾਂ ਉਹਦੇ ਰਾਹੀਂ ਅਸੀਂ ਕੋਸ਼ਿਸ਼ ਕੀਤੀ, MTA ਨੂੰ ਬੋਰਡ ਨੇ ਈਮੇਲਾਂ ਕੀਤੀਆਂ ਵੀ 101 ਐਵਨੂ ਦੀ ਟ੍ਰੈਫਿਕ ਜਿਹੜੀ ਹੈ ਬੰਦ ਹੋ ਜਾਣੀ ਚਾਹੀਦੀ ਹੈ, ਕੋਈ ਬੱਸ ਜਿਹੜੀ ਹੈ ਇੱਧਰੋਂ ਨਹੀਂ ਲੰਘਣੀ ਚਾਹੀਦੀ। ਸਾਡੇ ਸਾਹਮਣੇ ਪ੍ਰਤੱਖ ਇਹ ਸ਼ਕਤੀ ਹੈ। ਜਦੋਂ ਤੁਸੀਂ ਇਹਨਾਂ ਦੀਆਂ ਸੰਸਥਾਵਾਂ ਦੇ ਵਿੱਚ ਮੈਂਬਰ ਬਣਦੇ ਹੋ, ਉਹਨਾਂ ਦੀ ਸੰਸਥਾਵਾਂ ਦੇ ਵਿੱਚ ਜਾਂਦੇ ਹੋ ਤਾਂ ਉਹ ਤੁਹਾਡੀ ਗੱਲ ਸੁਣਦੇ ਨੇ। ਮੈਂ ਸਮਝਣਾ ਇੰਡੀਆ 'ਚ ਮੈਂ ਦੇਖਿਆ ਸੀ, ਮੈਂ ਵੀ ਦੇਖਿਆ ਸੀ, ਕੋਈ ਸੁਣਦਾ ਹੀ ਨਹੀਂ। ਜਿਹਨੂੰ ਮਰਜ਼ੀ ਕਹੀ ਜਾਓ, ਮਿਨਿਸਟਰ ਨੂੰ ਕਹਿ ਦਿਓ ਕਹਿੰਦਾ ਕੋਈ ਨਹੀਂ ਜੀ ਦੇਖਾਂਗੇ ਕਰ ਦਾਂਗੇ ਜੀ, ਹੁੰਦਾ ਕੁਝ ਨਹੀਂ। ਲੇਕਿਨ ਮੈਂ ਇੱਥੇ ਦੇਖਿਆ ਵੀ ਬੋਰਡ ਦੇ ਵਿੱਚ ਕੀਤੀ ਗੱਲ ਦਾ ਮੁੱਲ ਪਿਆ। ਅੱਜ 101 ਐਵਨੂ ਸਾਡੇ ਸਾਹਮਣੇ ਬੰਦ ਹੋਇਆ ਜਿਹੜਾ ਕੱਲ੍ਹ ਤੱਕ ਪੁਲਿਸ ਕਹਿੰਦੀ ਸੀ ਬੰਦ ਨਹੀਂ ਹੋਣਾ। ਸੋ ਜੇ ਅਸੀਂ ਕੋਪਰੇਟ ਕਰਾਂਗੇ, ਇਹਨਾਂ ਲੋਕਾਂ ਦੇ ਨਾਲ ਚੱਲਾਂਗੇ, ਇਹਨਾਂ ਸੰਸਥਾਵਾਂ ਦੇ ਵਿੱਚ ਵੜਾਂਗੇ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਉਹਦਾ ਕਰਨ ਦਾ ਤਰੀਕਾ ਹੀ ਇਹ ਵੀ ਇਹਨਾਂ ਦੀ ਪੋਲੀਟੀਕਲ ਸਿਸਟਮ ਦੇ ਵਿੱਚ, ਇਹਨਾਂ ਦੀਆਂ ਪੋਲੀਟੀਕਲ ਚੋਣਾਂ ਦੇ ਵਿੱਚ ਅਸੀਂ ਪੈਸੇ ਨਾਲ ਆਪਣੇ ਕੈਂਡੀਡੇਟਸ ਦੀ ਮਦਦ ਕਰੀਏ ਤਾਂ ਕਿ ਉੱਥੇ ਖਲੋ ਕੇ ਉਹ ਸਾਡੀ ਗੱਲ ਕਰ ਸਕਣ। ਦੇਖਿਆ ਨਾ ਪ੍ਰਤੱਖ, ਕੈਮਨ ਇੰਡੀਅਨ ਸੈਨੇਟਰ ਹੈ ਨਿਊਯਾਰਕ ਸਟੇਟ ਦਾ, ਉਹਦੇ ਨਾਲ ਜੌਨ ਲੂ
ਅਤੇ ਉਹਦੇ ਨਾਲ ਇੱਕ ਹੋਰ ਸੈਨੇਟ ਦਾ ਮੈਂਬਰ ਸੀ ਜਿਨ੍ਹਾਂ ਨੇ ਪਾਸ ਕਰਾਇਆ ਵੀ ਸਿੱਖ ਆਪਣੇ ਧਾਰਮਿਕ ਚਿੰਨ੍ਹਾਂ ਦੇ ਨਾਲ ਹਰ ਫੰਕਸ਼ਨ 'ਚ ਹਰ ਦਫ਼ਤਰ 'ਚ ਹਰ ਥਾਂ ਜਾ ਸਕਦੇ ਨੇ। ਅਸੀਂ ਵੱਡੀਆਂ ਪ੍ਰਾਪਤੀ ਕਰ ਸਕਦੇ ਹਾਂ ਜੇ ਅਸੀਂ ਜੁੜ ਜਾਈਏ ਆਪਸ 'ਚ, ਅਸੀਂ ਇਕੱਠੇ ਹੋ ਜਾਈਏ, ਅਸੀਂ ਇਕੱਠੇ ਹੋ ਕੇ ਗੱਲਾਂ ਕਰੀਏ। ਮੈਂ ਸਮਝਣਾ ਔਰ ਮੈਨੂੰ ਇਸ ਗੱਲ ਦਾ ਗਿਲਾ ਵੀ ਬੜਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 550 ਸਾਲ ਗੁਰੂ ਨਾਨਕ ਸਾਹਿਬ ਦਾ ਮਨਾ ਰਹੀ ਹੈ ਪਰ ਵਿਦੇਸ਼ੀ ਕਿਸੇ ਵੀ ਸਿੱਖ ਦਾ ਕੋਈ ਉਹਦੇ 'ਚ ਸਹਿਯੋਗ ਨਹੀਂ ਹੈ। ਕਿਸੇ ਵਿਦੇਸ਼ੀ ਸਿੱਖ ਨੂੰ ਉਹਨਾਂ ਨੇ ਧੀਮ ਵੀ ਨਹੀਂ ਮਾਰੀ, ਭਾਈ ਆਓ ਰਲ ਕੇ ਤੁਸੀਂ ਵੀ ਸਿੱਖ ਹੋ, ਆਪਾਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾ ਰਹੇ ਹਾਂ ਅਤੇ ਉੱਥੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ। ਔਰ ਪਰਟੀਕੁਲਰਲੀ ਆਨੰਦਪੁਰ ਸਾਹਿਬ ਮੈਂ ਇਸ ਪ੍ਰਧਾਨ ਨੂੰ ਜਿਹੜਾ ਹੁਣ ਐਸ ਜੀ ਪੀ ਸੀ ਦਾ ਪ੍ਰਧਾਨ ਹੈ ਮੈਂ ਟੈਲੀਫੋਨ 'ਤੇ ਗੱਲ ਇਹ ਵੀ ਕਹੀ ਭਾਈ ਪ੍ਰਧਾਨ ਸਾਹਿਬ ਜਿਹੜੇ ਵਿਦੇਸ਼ੀ ਸਿੱਖ ਨੇ ਉਹਨਾਂ ਦੀ ਇਨਪੁੱਟ ਵੀ ਲਓ ਵੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਕਿਸ ਤਰ੍ਹਾਂ ਮਨਾਉਣਾ। ਅਸੀਂ ਇੱਕ ਉਪਰਾਲਾ ਕੀਤਾ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਕੀਤਾ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਲ ਕੇ ਬਾਬਾ ਮੱਖਣ ਸ਼ਾਹ ਲਬਾਣੇ ਦਾ ਫੰਕਸ਼ਨ ਜਿਹੜਾ ਉਹਨਾਂ ਦੀ ਯਾਦ ਵਿੱਚ ਦਿੱਲੀ 'ਚ ਮਨਾਇਆ ਔਰ ਇਸ ਵਾਰੀ ਵੀ ਸਾਨੂੰ ਉਹਨਾਂ ਨੂੰ ਬੇਨਤੀ ਆਈ ਹੈ ਭਈ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਅਤੇ ਹੋਰ ਜਿਹੜੇ ਗੁਰਦੁਆਰਿਆਂ ਦੀਆਂ ਸੰਸਥਾਵਾਂ ਨੇ ਉਹ ਰਲ ਕੇ 550 ਸਾਲਾ ਜਿਹੜਾ ਉਹ ਇੱਥੇ ਨਿਊਯਾਰਕ ਦੀ ਧਰਤੀ 'ਤੇ ਮਨਾਉਣ ਅਤੇ ਅਸੀਂ ਸਾਡੀ ਕਮੇਟੀ ਨੇ ਕਮਿਟ ਕੀਤਾ ਔਰ 14 ਜੁਲਾਈ ਜਿਹੜੀ ਹੈ ਅਸੀਂ ਉਹਦੀ ਡੇਟ ਵੀ ਰੱਖੀ ਹੈ ਔਰ ਸਮੋਕੀ ਪਾਰਕ ਦੇ ਵਿੱਚ ਮਨਾਇਆ ਜਾਣਾ। ਔਰ ਇਸ ਗੱਲ ਦਾ ਮੇਰੇ ਨਾਲ ਸਾਂਝੀਦਾਰ ਨੇ ਆਪਣੇ ਸਿੱਖ ਕਲਚਰ ਸੋਸਾਇਟੀ ਦੇ ਪ੍ਰਧਾਨ ਕੰਗ ਸਾਹਿਬ ਗੁਰਦੇਵ ਸਿੰਘ ਜੀ ਕੰਗ ਔਰ ਕੁਲਦੀਪ ਸਿੰਘ ਜਿਹੜੇ ਉੱਥੇ ਪ੍ਰਧਾਨ ਨੇ ਉਹਨਾਂ ਨੇ ਵੀ ਕਮਿਟਮੈਂਟ ਦਿੱਤੀ ਹੈ ਵੀ ਉਹ ਸਾਡੇ ਨਾਲ ਕੋਪਰੇਟ ਕਰਕੇ ਆਪਾਂ ਸਾਂਝੇ ਤੌਰ 'ਤੇ ਇਹ ਗੁਰੂ ਨਾਨਕ ਦਾ ਗੁਰਪੁਰਬ ਜਿਹੜਾ ਵੱਡੇ ਪੱਧਰ 'ਤੇ ਮਨਾਵਾਂਗੇ ਜਿਹਦੇ ਨਾਲ ਗੁਰੂ ਨਾਨਕ ਦਾ ਮੈਸੇਜ ਜਿਹੜਾ ਉਹ ਲੋਕਾਂ ਦੇ ਤੱਕ ਜਾਵੇਗਾ। ਸੋ ਮੈਂ ਸਮਝਣਾ ਹਾਲੇ ਅਸੀਂ ਪ੍ਰੀਲਿਮਿਨਰੀ ਸਟੇਜ 'ਚ ਹਾਂ, ਆਉਣ ਵਾਲੇ ਸਮੇਂ 'ਚ ਮੈਂ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਉਹ ਡਿਫਰੈਂਟ ਗੁਰਦੁਆਰਿਆਂ ਦੀ ਮੈਨੇਜਮੈਂਟ ਨਾਲ ਸੰਪਰਕ ਕਰਨ ਔਰ ਵੱਡੀਆਂ ਮੀਟਿੰਗਾਂ ਕਰਕੇ ਸਾਰੇ ਪ੍ਰੋਗਰਾਮ ਨੂੰ ਸਾਂਝੇ ਤੌਰ 'ਤੇ, ਕੋਈ ਗੁਰਦੁਆਰਾ ਬਾਬਾ ਮੱਖਣ ਸ਼ਾਹ ਇਕੱਲਾ ਨਹੀਂ, ਕੋਈ ਇਕੱਲੀ ਸਿੱਖ ਕਲਚਰ ਸੋਸਾਇਟੀ ਨਹੀਂ, ਫਲਸ਼ਿੰਗ ਗੁਰਦੁਆਰਾ ਇਕੱਲਾ ਨਹੀਂ, ਸਾਰੇ ਗੁਰਦੁਆਰੇ ਰਲ ਕੇ ਆਪਾਂ ਇੱਕ ਨਮੂਨੇ ਵਜੋਂ ਉਸ ਗੁਰੂ ਨਾਨਕ ਸਾਹਿਬ ਦੀ ਜਿਹਦੀ ਅਸੀਂ ਦੇਣ ਹਾਂ, ਜਿਹਦੇ ਅਸੀਂ ਅਨੁਯਾਈ ਹਾਂ, ਜਿਹਦਾ ਮੈਸੇਜ ਜਿਹੜਾ ਦੁਨੀਆ ਦੇ ਵਿੱਚ ਅਸੀਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦਾ ਗੁਰਪੁਰਬ ਜਿਹੜਾ ਇੱਥੇ ਮਨਾਇਆ ਜਾਵੇ। ਇਹ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ। ਬਾਬਾ ਜੀ ਨੇ ਬਖਸ਼ਿਆ ਮੈਂ ਸਮਝਣਾ ਉਨਾ ਚਿਰ ਹੀ ਨੇ ਜਿੰਨੇ ਚਿਰ ਅਸੀਂ ਗੁਰਸਿੱਖ ਹਾਂ, ਉਨਾ ਚਿਰ ਹੀ ਨੇ ਜਿੰਨੇ ਅਸੀਂ ਨਾਮ ਬਾਣੀ ਦੇ ਨਾਲ ਜੁੜਨੇ ਹਾਂ, ਇਹ ਬਖਸ਼ਿਆ ਉਨੇ ਚਿਰ ਹੀ ਨੇ ਜਿੰਨਾ ਚਿਰ ਅਸੀਂ ਅੰਮ੍ਰਿਤਧਾਰੀ ਸਿੱਖ ਹਾਂ, ਜਿੰਨਾ ਜਿੰਨਾ ਅਸੀਂ ਸਿੱਖੀ ਤੋਂ ਦੂਰ ਹੁੰਦੇ ਗਏ ਉਨੀਆਂ ਉਨੀਆਂ ਬਖਸ਼ਾਂ ਜਿਹੜੀਆਂ ਨੇ ਉਹ ਸੰਤਾਂ ਦੀਆਂ ਸਾਡੇ ਵੱਲੋਂ ਘਟਦੀਆਂ ਜਾਣਗੀਆਂ। ਇਹ ਤੁਸੀਂ ਅਜਮਾਇਸ਼ ਕਰ ਲਿਓ, ਵਕਤ ਆ ਜਾਏਗਾ, ਵਕਤ ਨਾਲ ਤੁਸੀਂ ਸਾਰਿਆਂ ਨੇ ਅਸੀਂ ਦੇਖ ਲੈਣਾ। ਸੋ ਮੈਂ ਅੱਜ ਦੇ ਦਿਨ 'ਤੇ ਬਹੁਤ ਜ਼ਿਆਦਾ ਨਾ ਬੋਲਦਾ ਹੋਇਆ, ਮੈਂ ਸਮਝਣਾ ਘੱਟੋ ਘੱਟ ਸਾਡੇ ਆਪਣੀ ਡਿਫਰੈਂਸਿਸ ਹੈ ਨੇ ਪਰ ਗੁਰਮਤ ਦਾ ਤਾਂ ਕੋਈ ਡਿਫਰੈਂਸ ਨਹੀਂ ਨੀ, ਗੁਰੂ ਤਾਂ ਸਾਡਾ ਗੁਰੂ ਗ੍ਰੰਥ ਸਾਹਿਬ ਹੀ ਨਾ। ਘੱਟੋ ਘੱਟ ਕਿਸੇ ਰਾਜਸੀ ਰੰਜਿਸ਼ ਨੂੰ ਛੱਡਦਿਆਂ ਹੋਇਆਂ ਅਸੀਂ ਕਿਸੇ ਸੰਸਥਾ ਦੇ ਦੁਖੀ ਨਹੀਂ, ਆਪਣੀਆਂ ਆਪਣੀਆਂ ਸੰਸਥਾਵਾਂ ਜਿਹੜਾ ਜਿਹੜਾ ਪ੍ਰੋਗਰਾਮ ਚਲਾਉਂਦੀਆਂ ਨੇ ਅਸੀਂ ਉਹਨਾਂ ਦੇ ਨਾਲ ਹਾਂ, ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ, ਪਰ ਇੱਕ ਦਿਨ ਜਿਹੜਾ ਸਾਨੂੰ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਇਸ ਪੱਧਰ 'ਤੇ ਮਨਾਉਣਾ ਚਾਹੁੰਦਾ, ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਨੀ ਆਪਾਂ, ਕੋਈ ਰਾਜਸੀ ਗੱਲ ਜਿਹੜੀ ਨਹੀਂ ਕਰਨੀ, ਜਿਹੜੀਆਂ ਰਾਜਸੀ ਕੜਾਂ ਨੇ ਉਹ ਬਾਅਦ 'ਚ ਕੱਢ ਲਾਂਗੇ, ਲੇਕਿਨ ਇਸ ਦਿਨ 'ਤੇ ਅਸੀਂ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਦੇ ਦਿੱਤੇ ਮਿਸ਼ਨ ਦਾ ਝੰਡਾ ਬੁਲੰਦ ਕਰੀਏ ਅਤੇ ਮੈਂ ਸਮਝਣਾ ਅਸੀਂ ਸਹੀ ਮਹੀਨਿਆਂ ਦੇ ਵਿੱਚ ਆਪਣੇ ਧਰਮ ਦੇ ਪ੍ਰਸਾਰ ਲਈ ਯਤਨਸ਼ੀਲ ਹੋਵਾਂਗੇ। ਇਹਨਾਂ ਸ਼ਬਦਾਂ ਨਾਲ ਹੀ ਮੈਂ ਮੈਨੇਜਮੈਂਟ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ, ਮੈਨੂੰ ਵੀ ਕਹਿੰਦੇ ਸੀ 2-3 ਮਿੰਟ ਬੋਲ, ਮੈਂ ਕਿਹਾ ਵੀ ਇਸ਼ੂ ਇੰਨੇ ਨੇ ਭਾਵੇਂ ਸਾਰੀ ਦਿਹਾੜੀ ਬੋਲਦੇ ਰਹੇ ਮੁੱਕ ਨਹੀਂ ਸਕਦੇ, ਲੇਕਿਨ ਜਿੰਨੇ ਚਿਰ ਅਸੀਂ ਜਾਗਰੂਕ ਨਹੀਂ ਹੁੰਦੇ, ਜਿੰਨੇ ਚਿਰ ਅਸੀਂ ਪੋਲੀਟੀਕਲ ਲੀਡਰਾਂ ਨੂੰ ਸਹੀ ਸਵਾਲ ਨਹੀਂ ਕਰਦੇ, ਉਹਨਾਂ ਚਿਰ ਗੱਲ ਬਣਨ ਵਾਲੀ ਨਹੀਂ, ਉਹ ਅਸੀਂ ਵੀ ਮਾਸ ਲੈਵਲ 'ਤੇ ਸਵਾਲ ਕਰੀ ਜਾਂਦਾ ਉਹ ਵੀ ਮਾਸ ਲੈਵਲ 'ਤੇ ਜਵਾਬ ਦੇਈ ਜਾਂਦੇ ਨੇ, ਕੋਈ ਜ਼ਿੰਮੇਵਾਰ ਨਹੀਂ, ਫਲਾਣੀ ਚੀਜ਼ ਦੇ ਦਾਂਗੇ, ਨਵਾਂ ਟੀ ਵੀ ਦੇ ਦਾਂਗੇ, ਨਵਾਂ ਉਹ ਦੇ ਦਾਂਗੇ, ਪਰ ਇੱਕ ਜਣਾ ਵੀ ਉੱਠ ਕੇ ਪੁੱਛੇ ਭਾਈ ਪੈਸੇ ਕਿੱਥੋਂ ਲਿਆਓਗੇ, ਜਿੰਨਾ ਚਿਰ ਉਹ ਆਪਣੇ ਬਜਟ ਦਾ ਉਸ ਡਿਮਾਂਡ ਨੂੰ ਹਿੱਸਾ ਨਹੀਂ ਬਣਾਉਂਦੇ ਉਨਾ ਚਿਰ ਉਹ ਕਿੱਥੋਂ ਪੈਸੇ ਲਿਆਉਣਗੇ, ਕਿੱਥੋਂ ਦੇ ਦੇਣਗੇ, ਸਿਰਫ ਗੱਲਾਂ ਨੇ ਲਿਫਾਫੇਬਾਜ਼ੀ ਉਹ ਸੁਣੀ ਸੁਣਾਈ ਜਾਂਦੇ ਨੇ ਅਤੇ ਅਸੀਂ ਸੁਣੀ ਜਾਂਦੇ ਹਾਂ। ਔਰ ਬਜ਼ੁਰਗਾਂ ਦਾ ਹਾਲ ਦੇਖ ਲਓ, ਤੁਸੀਂ ਵੀ ਪਿੰਡਾਂ 'ਚੋਂ ਆਇਓ, ਉਹ ਕਿਸੇ ਦਾ ਧੀ ਭੈਣ ਕੋਈ ਬੰਦਾ ਕੋਈ ਦੂਜੀ ਜਨਾਨੀ ਲੈ ਕੇ ਤੁਰਿਆ ਫਿਰੇ ਨਾ, ਅਤੇ ਸਾਰੀ ਬਰਾਦਰੀ ਉਹਨੂੰ ਗਾਲਾਂ ਕੱਢਦੀ, ਦੇਖੋ ਬੁੱਢਾ ਹੋ ਗਿਆ ਦੀ ਮੱਤ ਮਾਰੀ ਗਈ,
तो अपने चीफ मिनिस्टर का हाल देख लो, कोई सदाचार तो रखो। मैं कोई कहना मैं बिल्कुल साफ पुत्र तो नहीं, पर मिनीम घट्टो घट गुरसिखा वाली फिर महाराज के बख्शिया राजभाज भी वाहगुरु ने उन्होंने बख्शिया, तो किन्ने सिखी के लागे ने किन्ने सिखी के दूर ने, यह गल का फैसला तुम सारे ने आप करना है। इन्हों शब्दों ही भावुक हो के शायद कुछ फालतू कह गया वा, मैं थोड़ा बच्चा और मैं समझना मेरे ते थोड़ी बड़ी बख्शिश है सारी साध संगत की सिख संगत की, और सिख संगत की बख्शिश करके मैं कोई ऐसा अदारा नहीं जिथे गया नहीं, कोई ऐसी थान नहीं जिथे मैनू तुसीं नहीं नवाजिया, और तुहाडी ताकत नाल वाइट हाउस तक प्राइम मिनिस्टर तक बड़े बड़े गवर्नर तक तुहाडी कृपा दे नाल जा सकिया। और इस तरह ही मेरे ते अपने सिर ते मेरे ते हथ रखियो और गुरु महाराज मेरी मैनू बख्शिश करे, तो इस तरह ही आपां सिख धर्म का प्रचार करन लई अगे हो के वध चढ़ के हिस्सा लैंदे रहांगे। वाहिगुरू जी का खालसा वाहिगुरू जी की फतेह। गुरु प्यारी सतसंग जी वाहिगुरू जी का खालसा वाहिगुरू जी की फतेह। ये सन साडे सत्कारयोग मास्टर महेंद्र सिंह जी जिन्होंने बहुत गूढ़े विचार रखे, क्योंकि आप इन्हां ते अमल करिए जो गल्लां कहिंदे ने कि आप सारे मिल के आप क्यों नहीं कट्ठे होंगे, कट्ठे हो के एक जगह एक वड्डी कानफ्रेंस करो, उत्थे सारे ही बोलो एक दूजे दे आपे पता लग जाएगा, क्योंकि जेडे ये प्रोग्राम ने अज दे इहदे विच आपां इन्ना वड्डा टाइम नहीं लै सकते, सो इस करके बहुत बहुत धन्यवाद। सारे अपनी कौम कट्ठी करो, एक दिन पूरा दिन बुलारियां दा लंघे उत्थे अपना कट्ठ हो सकता है। सो हुण मैं बेनती करदा साडे सत्कारयोग साबका प्रधान सरदार रघबीर सिंह जी सुभानपुर वह भी आ जाण, उन्होंने भी एक कविता पढ़नी है, पर जिन्ना भी टाइम तो मैं नहीं कहता पर जिन्ना भी उन्होंने मर्जी है, क्योंकि आप देखना लाइव चल रहा अगे ढाडी जथे का टाइम भी कटिया चलिया, सो उन्होंने कुछ ना कुछ मिनट रह जाने। सो वाहिगुरू जी का खालसा वाहिगुरू जी की फतेह। साहब श्री गुरु ग्रंथ साहब जी की निघी गोच बैठी प्यारी सतसंग फतेह सांझ पाओ। वाहिगुरू जी का खालसा वाहिगुरू जी की फतेह। संत का मार्ग धर्म की पौड़ी कोई वडभागी पावे। संत बाबा प्रेम सिंह जी मराले वाले ब्रह्म ज्ञानी जिन्ह ने सिख कौम की अहम हिस्सा लवाना बरादरी जो उस वेले बहुत ही दुबदा विच पै के सिखी तो दूर जा चुकी सी, एजुकेशन के खेत्र विच बहुत दूर जा चुकी सी, उन्हां दी बांह फड़ के पार्टीशन तो बाद जिथे उन्होंने एक इलाके कट्ठे किया तो अपनी पोलीटिकल पावर है उसनू देखद्या होया कि आने वाले समय में यह पोलिटिक्स में हिस्सा लैणगे, उन्होंने इकट्ठिया किया। उस दे नाल उन्हां दा एजुकेशन का जो खेत्र सी पद्धर सी उन्हें उच्चे करन लई जो पाकिस्तान दे विच स्कूल उन्होंने खोले सी उन्होंने स्कूलों नू इधर शिफ्ट कराया। उस दे नाल उन्होंने जो मेन मकसद सी गुरु ग्रंथ साहिब जी महाराज जी का उस दे नाल उन्होंने जोड़िया। गुरु गोबिंद सिंह जी महाराज जी का हुक्म सी सब सिखण को हुक्म है गुरु माण्यो ग्रंथ, गुरु ग्रंथ जी माण्यो प्रगट गुरां की दे। सो वो जिथे अपने सारी बरादरी जां होर कौमां जो सन उन्होंने उस इलाके एजुकेशन हासिल करके वधिया डिग्रियां लै के उन्होंने बहुत बहुत वड्डियां सर्विसां जो हन हर अहुदे ते साडी बरादरी दा तुसीं कोई ना कोई इंसान देख सकते हो, वो उन्हां स्कूलां च पढ़ के गया है, मिनिस्ट्रियां तक उन्होंने पोलिटिक्स के खेत्र में आके कीतियां, जिथे बीबी जगीर कौर जी अज बेगवाल जो डेरा है जिथे उन्होंने आके बैठे उन्होंने मिनिस्ट्रियां भी कीतियां, अज भी पोलिटिक्स में उन्हां दा बहुत वड्डा हथ है। कहण दा भाव कि धर्म तों धर्म ते जे अगर चलाउणा है तो पावर जरूर चाहीदी है। मीरी ते पीरी दियां जो तलवारां हन उहदा जो संकल्प है इहो दर्शाउंदा है कि शक्ति भगती कठियां होणियां चाहीदियां हन। सो अज मैं अपने विषय च ही रहांगा क्योंकि संत बाबा प्रेम सिंह जी मराले वालियां दी जिन्हां दी बरसी है उन्होंने जो सिख कौम वास्ते कीता मैं शुरू तो लै के हुण तक उन्हां दे बारे एक कविता लिखी है, पिछे मैं पार्क विच भी वो सुनाई सी, अज भी मेरा जी कीता कि मैं जरूर सुनावा क्योंकि इन गल्लां दे उत्ते सानू पहरा देने की जरूरत है। जो उन्हां दे उपदेश हन असी अजे भी उन्हां तों बहुत दूर जा चुके हाँ, सानू उन्हां नू दुबारा
अपने मन में लिया के बरसियां मनाउन दा तां ही फायदा है अगर असी उन्हां दे उपदेशां चल के उन्हां दा कहना मल के दस सकीए कि वाकया जे संतां दी अही बरसी मनाउंदे हाँ उस दे नाल उन्हां दे अही जो उपदेश हन उन्हां ते भी चलदे हाँ। सो मैं पार्टीशन तो शुरू करदा हाँ वो कविता नूं। रब्बी सोच मराले वाले दी आके बैठ के बेगोवाल हो जे कट्ठी बरादरी सारी बाबे कहा सब नूं पकार। देखो ना जि इलाका क्योंकि कलर इलाका सी देखो ना इलाका या कलर जमीना बाबा कहे सब नूं पकार। देखो ना इलाका ज कलर जमीना बाबा आखे कोल बठाल लगनगियां रौनकां दौड़नगियां कारां दुनिया देवेगी मिसाल। स्कूल कॉलेज विद्यालय खोले स्कूल कॉलेज विद्यालय खोले करो पढ़ाइयां ते हो जो तैयार पढ़ के विद्या बनोगे अफसर करोगे चौधर वे सरकार। छड़ दे वो लहन दाज लैण दी जो समाजिक बुराई सी जो अज भी चल रही है छड़ दे वो लहन दाज लैण दी बाबा आके सोच विचार नूहां नूं धीआं अपनियां जाणो नूहां नूं धीआं अपनियां जाणो कराउणा चाहुंदे जे सत्कार। करन उपदेश गुरु ग्रंथ साहिब जी दा करन उपदेश गुरु ग्रंथ साहिब जी दा जुड़ो बाणी नाल संगत नूं दसन ब्रह्म ज्ञानी बाबा जी सन पूरे नाल गातरे रिवाल्वर रखन भगती शक्ति दे प्रतीक नाल गवातर गातरे रिवाल्वर रखन। ब्रह्म ज्ञानी बाबा जी सन पूरे ये गल जाने जार सारा संसार भगती शक्ति चलन जे कठियां धर्म दा हुंदा तां प्रचार। छड्डियो ना कदे पल्ला गुरु दा बाबा जी दा उपदेश है कि छड्डियो ना कदे पल्ला गुरु दा जुड़े रहो गुरु ग्रंथ साहिब जी दे नाल करोगे तरक्कियां ते माणोगे मौजां हुंदी रहेगी तुहाडी जय जयकार। कहिंदा ला के मेले ते मना के बरसियां ला के मेले ते मना के बरसियां धूमां पाईआं विच परदेसां। कहिंदा सुभानपुरी भुलना जाना संत प्रेम सिंह जी दीआं उपदेशां कहिंदा सुभानपुरी भुलना जाना संत प्रेम सिंह जी दीआं उपदेशां। सो जो असी कर सकते हैं घट्टो घट अज फाइनैशियल तौर पर ही बहुत स्ट्रोंग आ जो समाज में बहुत वड्डी बुराई है दाज की अज भी मैं देखिया कि मिलनिया दे एडे एडे कड़े पै जाते सोना पाई जाता पता नहीं किदां दी शर्मा चले गई कि किस तरह गुरु के हजूरी में सब कुछ लै लेंदे किहड़ी गल दा घाटा इत्थे सोने नूं कौन पुछदा। सो बच्चों नूं वध तों वध एजुकेशन दिओ जिहदे करके तुहाडे परिवार ने तुहाडे आने वाली जनरेशन ने तुहाडे आने वाली पनीरी ने तरक्की करनी। बच्चियां पढ़ा लिखा के उन्होंने किसी के घर तोरो ये जरूरी है बच्चे वालों का लड़के वालों का कि दाज सख्ती नाल ना लैन का प्रण करो तो उन्होंने कहो असी दाज बिल्कुल नहीं लैना यह साडा फर्ज बनता अं पिछे भी पंजाब में मैसेज देिए कोई बोलद अखर वाधा घाटा बोलिया कि माफ करना। वाहिगुरु जी का खालसा वाहिगुरु जी की फतेह। गुरु प्यारी सतसंग जी वाहिगुरु जी का खालसा वाहिगुरु जी की फतेह। ये सन साडे सबका प्रधान सरदार रघबीर सिंह जी सुभानपुर जिन्होंने संतां बारे जिक्र किया कविता पढ़ी बहुत बहुत धन्यवाद क्योंकि अजकल कविता लिखते भी ने आप लिखते ने। सो बहुत ही वड्डी गल है कि जेड़े इन्नी उम्र के आके इन्होंने शुरू किया और बहुत वधिया कविता लिखते ने। सो मैं हुण साढ़े को टाइम भी बहुत ज़्यादा हो गया मैं एक दो मिनट वास्ते ज़्यादा नहीं कृपाल सिंह नूं कहना कि आ जाओ उन्होंने दो तीन बारी मैनूं कहा और टाली साहब साढ़े हरबख्श सिंह जी टाली उन्होंने भी आप संगती तौर पर अरदास करनी है कि वह भी ठीक हो के साडे विच पहुँचन थोड़ा जिहा उन्होंने फर्क पिया एक साल हो गया ऑलमोस्ट उन्होंने मंजे ते पिया नूं पर थोड़ा थोड़ा हुण तुरदे ने वाकर दे नाल क्यों घर दा भी बड़ा संघर्ष कर रहे ने उन्हां दी सेवा कर रहे ने। सो एक दो मिनट वास्ते साडे सत्कार जो कृपाल सिंह जी वाहिगुरू जी का खालसा वाहिगुरू जी की फतेह। सतगुरां दी निघी गोद दा आनंद माण रही गुरु रूप खालसा साध संगत जी वाहिगुरू जी का खालसा वाहिगुरू जी की फतेह। अज ओ दिन है जिस दिन संत बाबा प्रेम सिंह जी मुराले वाले
ਸਾਨੂੰ ਆਪਣਾ ਦੇਹੀ ਕਰਕੇ ਵਿਛੋੜਾ ਦੇ ਗਏ ਸੀ, ਪਰ ਉਹਨਾਂ ਦੇ ਪਰ ਪੁਕਾਰ, ਉਹਨਾਂ ਦੇ ਸੰਦੇਸ਼, ਉਹਨਾਂ ਦੀਆਂ ਸਾਨੂੰ ਦਿੱਤੀਆਂ ਹੋਈਆਂ ਨਸੀਹਤਾਂ ਸਾਡੇ ਵਾਸਤੇ ਇੱਕ ਚਾਨਣ ਮੁਨਾਰਾ ਨੇ ਜਿਹੜਾ ਜ਼ਿੰਦਗੀ ਭਰ ਆਉਣ ਵਾਲੀਆਂ ਨਸਲਾਂ ਨੂੰ ਮਾਰਗ ਦਰਸ਼ਕ ਬਣੀਆਂ ਰਹਿਣਗੀਆਂ। ਇਹ ਪ੍ਰੋਗਰਾਮ ਮਨਾਉਣ ਦੇ ਹੋਏ ਅਸੀਂ ਇਸ ਤੋਂ ਪਹਿਲਾਂ ਬੜੇ ਸੂਝਵਾਨ ਕਥਾਵਾਚਕ ਭਾਈ ਸਾਹਿਬ ਨੂੰ ਸੁਣਿਆ, ਜਿਨ੍ਹਾਂ ਨੇ ਬੜੇ ਠਰੰਮੇ ਨਾਲ ਸਾਨੂੰ ਸਭ ਨੂੰ ਇੱਕ ਸੰਦੇਸ਼ ਦਿੱਤਾ ਕਿ ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਸੁਣੋ, ਸਿਰਫ ਪੌਣੇ ਘੰਟੇ ਦੀ ਉਹਨਾਂ ਦੀ ਕਥਾ ਸੀ। ਉਹਦਾ ਜੋ ਸੰਖੇਪ ਹੈ ਉਹ ਇਹੋ ਹੀ ਹੈ, ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਸੁਣੋ। ਸਿਰਫ ਇੰਨੀ ਗੱਲ ਇੱਕ ਉਹਨਾਂ ਨੇ ਕਹੀ ਕਿ ਬੱਚਿਆਂ ਨੂੰ ਇਕੱਠੇ ਕਰਕੇ ਗੁਰਮੁਖੀ ਪੜ੍ਹਾਉਣੀ ਅਤੇ ਨਾਲ ਇਹ ਦੱਸਣਾ ਕਿ ਵੀ ਸ਼ਾਮ ਨੂੰ ਤੁਸੀਂ ਇਕੱਠੇ ਬੈਠ ਕੇ ਪ੍ਰਸ਼ਾਦਾ ਸਕੋ, ਰਹਿ ਰਾਜ ਸਾਹਿਬ ਦਾ ਪਾਠ ਕਰੋ ਅਤੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਵਾਸਤੇ ਗੁਰੂ ਦੀਆਂ ਸੁਣਾਈਆਂ ਹੋਈਆਂ ਸਾਖੀਆਂ ਸੁਣਾਓ। ਨਾਲ ਇਹ ਸਾਨੂੰ ਕੁਐਸਚਨ ਕੀਤਾ ਕਿ ਸਾਡੇ 'ਚੋਂ ਕਿੰਨੇ ਕੁ ਪਰਿਵਾਰ ਨੇ ਜਿਹੜੇ ਉਹਨਾਂ ਦੇ ਇਸ ਗੱਲ ਦੇ ਉੱਤੇ ਅਮਲ ਕਰਦੇ ਨੇ। ਕੁਐਸਚਨ ਕਰਕੇ ਹੀ ਛੱਡ ਗਏ, ਪਰ ਕਿਸੇ ਨੂੰ ਪੁੱਛਿਆ ਨਹੀਂ, ਕਿਸੇ ਨੂੰ ਕਿਹਾ ਨਹੀਂ ਵੀ ਤੁਸੀਂ ਹੱਥ ਕੱਢੋ ਵੀ ਅਸੀਂ ਖੜ੍ਹੇ ਕਰਦੇ ਹਾਂ, ਅਤੇ ਨਾ ਇਹ ਸੰਗਤ ਦੀ ਰਵਾਇਤ ਹੈ ਕਰਾਉਣੀ। ਪਰ ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੇ ਸੂਝਵਾਨ ਕਥਾਵਾਚਕਾਂ ਨੂੰ ਅਸੀਂ ਗੁਰਦੁਆਰੇ ਦੇ ਮਾਹੌਲ ਤੋਂ ਬਾਹਰ ਕਿਤੇ ਵੀ ਬੈਠ ਕੇ ਡਿਬੇਟ ਰੂਪ ਦੇ ਵਿੱਚ ਗੱਲ ਕਰ ਸਕੀਏ ਜੋ ਉਹ ਕਹਿੰਦੇ ਨੇ, ਕਿਉਂਕਿ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਵਾਸਤੇ ਕੋਈ ਨਾ ਆਨਾ ਬਹਾਨਾ ਕਾਨਾ ਛੋਟੀ ਮੋਟੀ ਗੱਲ, ਨਹੀਂ ਜੀ ਇਹ ਤਾਂ ਰਹਿਣ ਦਿਓ ਜੀ, ਤਾਂ ਸਾਡੇ ਬੱਚੇ ਮੰਨਣਗੇ ਨਹੀਂ ਜੀ, ਇਹ ਨਹੀਂ ਜੀ ਫਲਾਣਾ ਜੀ, ਸੋ ਇਸ ਤਰ੍ਹਾਂ ਦੇ ਆਨੇ ਬਹਾਨੇ ਕਰਦੇ ਹਾਂ। ਪਰ ਜੇ ਉਹ ਸਾਡੇ ਵਿੱਚ ਬੈਠੇ ਹੋਣਗੇ ਤਾਂ ਸਾਡੀ ਤਸੱਲੀ ਕਰਾਉਣਗੇ ਵੀ ਜਿਹੜੇ ਸਾਡੇ ਆਨੇ ਬਹਾਨੇ ਨੇ ਇਹ ਠੀਕ ਨਹੀਂ, ਇਹ ਸਹੀ ਨਹੀਂ, ਇਹਨਾਂ 'ਤੇ ਚੱਲਣ ਦਾ ਤੁਹਾਨੂੰ ਜਦੋਂ ਤੁਸੀਂ ਚੱਲੋਗੇ ਨਾ ਫਿਰ ਆਨੰਦ ਦਾ ਜਾਂ ਇਹਦਾ ਫਲ ਰੂਪ ਪਤਾ ਲੱਗੇਗਾ। ਮੈਂ ਮਾਸਟਰ ਮਹਿੰਦਰ ਸਿੰਘ ਉਹਨਾਂ ਦੀ ਜੋ ਬੇਨਤੀ ਹੈ ਉਹਨੂੰ ਦੁਹਰਾਉਣਾ ਚਾਹੁੰਦਾ ਕਿ ਸਾਨੂੰ ਇੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਆਪਣੀ ਸ਼ਮੂਲੀਅਤ ਵਧਾਉਣੀ ਪਏਗੀ। ਮੇਅਰ, ਸੈਨੇਟਰ, ਕਾਂਗਰਸਮੈਨ, ਯੂ ਨੇਮ ਇਟ, ਉਹ ਸਾਡੇ ਵਿੱਚ ਆਉਣ ਵਾਸਤੇ ਉਤਾਵਲੇ ਨੇ, ਆਨੇ ਬਹਾਨੇ ਲੱਭਦੇ ਨੇ, ਪਰ ਅਸੀਂ ਆਪਣੀਆਂ ਬਾਹਾਂ ਖੋਲ੍ਹੀਏ, ਉਹਨਾਂ ਨੂੰ ਬੁਲਾ ਸਕੀਏ। ਇਹ ਮੈਂ ਸੰਦੇਸ਼ ਸਦਾ ਆਪਣੇ ਮਾਸਟਰ ਮਹਿੰਦਰ ਸਿੰਘ ਉਹਨਾਂ ਦਾ ਜੋ ਹੈ ਉਹਨੂੰ ਦੁਹਰਾਉਣਾ, ਅਤੇ ਅਸੀਂ ਇਸ ਦੇ ਉੱਤੇ ਕਾਮਯਾਬ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਇਹ ਸਨ ਸਾਡੇ ਕਿਰਪਾਲ ਸਿੰਘ ਜੀ ਬਿਲਿੰਗ, ਜੋ ਕਿ ਇੱਕ ਮਿੰਟ, ਜੋ ਕਿ ਆਪ ਜੀ ਨੂੰ ਜੋ ਅੱਜ ਸੰਤਾਂ ਦੀ ਬਰਸੀ 'ਤੇ ਫੁੱਲ ਭੇਟ ਕਰ ਰਿਹਾ ਸੀ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਗੱਲਾਂ ਨੇ ਕਿ ਜਿਹੜੀਆਂ ਇਹਨਾਂ ਨੇ ਪੋਲੀਟੀਕਲ ਖੇਤਰ ਦੀਆਂ ਕਹੀਆਂ ਨੇ, ਸਾਨੂੰ ਵਧਾਉਣਾ ਚਾਹੀਦਾ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਕੋਲ ਜੋ ਸੰਤ ਬਾਬਾ ਪ੍ਰੇਮ ਸਿੰਘ ਕਮੇਟੀ ਦੇ ਸਿੱਖ ਸੁਸਾਇਟੀ ਤੋਂ ਪਹੁੰਚੇ ਨੇ, ਵਾਈਸ ਪ੍ਰਧਾਨ ਹਰਜਿੰਦਰ ਸਿੰਘ ਜੀ ਲਾਲੀ, ਨਾਲ ਅਮਰੀਕ ਸਿੰਘ ਜੀ ਪਹੁੰਚੇ ਨੇ ਹਰਿਆਣਾ, ਜੋ ਕਿ ਉੱਥੇ ਦੇ ਪ੍ਰਧਾਨ ਨੇ। ਇਹ ਸਿੱਖ ਕਲਚਰ ਇਹਨਾਂ ਕਮੇਟੀ ਜਿਹੜੀ ਬਣਾਈ ਆ, ਔਰ ਦਸ਼ਮੇਸ਼ ਦਰਬਾਰ ਤੋਂ ਸਰਦਾਰ ਮੱਖਣ ਸਿੰਘ ਜੀ ਵੀ ਆਏ ਨੇ। ਨਾ ਮੈਂ ਤਾਂ ਨਹੀਂ ਸੀ ਲੈ ਰਿਹਾ ਕਿ ਕਈ ਵਾਰ ਪਹਿਲੇ ਵੀ ਕਾਫੀ ਉੱਠ ਕੇ ਗਏ ਨੇ ਸਾਡੇ ਵੀਰ, ਸੋ ਕਈ ਵਾਰ ਨਾਂ ਲੈ ਦਿਓ ਅਤੇ ਕਈ ਵਿੱਚ ਇਤਰਾਜ਼ ਬੜੇ ਉੱਠਦੇ ਨੇ, ਫਿਰ ਇਸ ਕਰਕੇ ਮੈਂ ਨਾਂ ਨਹੀਂ ਸੀ ਲੈ ਰਿਹਾ, ਮੈਂ ਨਾਂ ਲੈਣੇ ਸੀ ਉਹਨਾਂ ਦੇ ਵੀ, ਸੋ ਇਸ ਕਰਕੇ ਨਹੀਂ ਮੈਂ ਲਿਆ ਕਿ ਉਹਦੇ ਬਾਅਦ ਬਹੁਤ ਵਿਵਾਦ ਚੱਲਦਾ ਇਸ ਕਰਕੇ। ਸੋ ਉਹ ਕਹਿੰਦੇ ਕਿ ਸੰਗਤੀ ਤੌਰ 'ਤੇ ਸਾਰਿਆਂ ਦਾ ਉਹਨਾਂ ਦੀ ਸੁਸਾਇਟੀ ਦਾ ਨਾਂ ਲੈ ਦਿਓ, ਉਹ ਠੀਕ ਹੈ। ਸੋ ਹੁਣ ਮੈਂ ਬੇਨਤੀ ਕਰਨਾ, ਸਾਡੇ ਹਰਜਿੰਦਰ ਸਿੰਘ ਦੀ ਪਟਵਾਰੀ ਉਹ ਲੈ ਕੇ ਆਏ ਨੇ ਸੂਬੇਦਾਰ ਭੁਪਿੰਦਰ ਸਿੰਘ ਜੀ ਭੁਲੱਥ, ਅਤੇ ਉਹਨਾਂ ਦਾ ਪਰਿਵਾਰ, ਉਹਨਾਂ ਨੂੰ ਗੁਰੂ ਘਰ ਦੇ ਮੁੱਖ ਸਾਹਿਬਦਾਰ ਸਨਮਾਨ ਕਰਨਗੇ, ਸਰੂਪਾ ਦੇਣਗੇ। ਮੈਂ ਕਹਿੰਦਾ ਨਾਲ ਉਹ ਵੀ ਆ ਜਾਣ, ਅਤੇ ਉਹਨਾਂ ਤੋਂ ਬਾਅਦ ਸਾਡੇ ਕੋਲ ਢਾਡੀ ਜਥਾ ਜਿਹੜਾ
मोहन सिंह जी वडाणा, मैं इन्हां नूं बेनती करना कि टाइम तो ऑलमोस्ट इन्हां दा लग गया, पर इन्हां नूं 15 मिनट होर वधा दिंदे आ कि ये तकरीबन 3 बजे तक आप जी नूं ढाडी बार आना निहाल करनगे, क्योंकि 2:45 तक सी, पर माफ़ करना तुहाडा कुछ टाइम कट लिया, तो कुछ टाइम तुहाडा जिहड़ा कि ये 15 मिनट तुहाडे वधाते ने, इस करके कि भी जरूरी सी जिहड़े साडे बुलारे और जिहड़ियां गल्लां आपां सुनियां ये करके टाइम जब 1.25 घंटा टाइम साडा चला गया। तो 15 मिनट तुसी तुहानू थोड़ी कसार लगेगी और 15 मिनट तुहाडे वधाते ने कि तुसी ये जरूर, असीं ये कहिंदे कि संगतां कई वार इतराज़ करदियां ने, संगतां कई वार ते ओ मतलब इस करके फिर आपां सारे काम विचे करने पैंदे ने, वड्डा प्रोग्राम है और साडे बुलारे ने जिहड़े कि साबका प्रधान रह गए ने, इस तों बाद असीं बुलावांगे। सो हुण ढाडी जत्था मैं मोहन सिंह जी वडाणा उन्हां दे साथी आप जी ढाडी वारां ने निहाल करनगे। वाहिगुरू जी का खालसा, वाहिगुरू जी की फतेह। बाबे बाजा सिंह तो साढ़े उन्होंने हेड ग्रंथी जो बाबा लखविंदर सिंह जी पहुँचे ने उन्होंने भी बहुत बहुत धन्यवाद, रशपाल सिंह जी पहुँचे ने उन्होंने भी बहुत बहुत धन्यवाद। वाहिगुरू जी का खालसा, वाहिगुरू जी की फतेह। ਸ਼ਰਦਾਨਾ ਸੀਸ ਝੁਕਾਈਏ ਸੰਤ ਬਾਬਾ ਪ੍ਰੇਮ ਸਿੰਘ ਨੂੰ, ਆਓ ਸ਼ਰਦਾਨਾ ਸੀਸ ਝੁਕਾਈਏ ਮਰਾਲੇ ਵਾਲੇ ਸੰਤਾਂ ਨੂੰ, ਸਰਬੱਤ ਵਾਲਾ ਲੋੜਿਆ ਸੱਚੇ ਰੱਬ ਨਾਲ ਜਿੰਨਾ ਜੋੜਿਆ ਭਲਾ ਸਦਾ ਸਰਬੱਤ ਵਾਲਾ ਲੋੜਿਆ, ਨਾ ਤਾਂ ਸੱਚੇ ਰੱਬ ਨਾਲ ਜਿੰਨਾ ਜੋੜਿਆ ਭਲਾ ਸਦਾ ਸਰਬੱਤ ਵਾਲਾ ਲੋੜਿਆ, ਸੱਚੇ ਰੱਬ ਨਾਲ ਜਿੰਨਾ ਜੋੜਿਆ ਭਲਾ ਸਦਾ ਸਰਬੱਤ ਵਾਲਾ ਲੋੜਿਆ। ਆਪਾਂ ਸਿੱਖਿਆ ਉਹਨਾਂ ਦੀ ਅਪਣਾਈਏ ਸੰਤ ਬਾਬਾ ਪ੍ਰੇਮ ਸਿੰਘ ਨੂੰ, ਆਓ ਸ਼ਰਦਾਨਾ ਸੀਸ ਝੁਕਾਈਏ ਮੁਰਾਲੇ ਵਾਲੇ ਸੰਤਾਂ ਨੂੰ। ਰੰਗ ਨਾਮ ਵਾਲਾ ਗੂੜਾ ਸੀਗਾ ਚੜਿਆ ਬਾਣੀ ਧੁਰਕੀ ਨੂੰ ਸੱਚੇ ਮਨੋਂ ਪੜਿਆ, ਰੰਗ ਨਾਮ ਵਾਲਾ ਗੂੜਾ ਸੀਗਾ ਚੜਿਆ ਬਾਣੀ ਧੁਰਕੀ ਨੂੰ ਸੱਚੇ ਮਨੋਂ ਪੜਿਆ, ਹੋ ਰੰਗ ਨਾਮ ਵਾਲਾ ਗੂੜਾ ਸੀਗਾ ਚੜਿਆ ਬਾਣੀ ਧੁਰਕੀ ਨੂੰ ਸੱਚੇ ਮਨੋਂ ਪੜਿਆ, ਰੰਗ ਨਾਮ ਵਾਲਾ ਗੂੜਾ ਸੀਗਾ ਚੜਿਆ ਬਾਣੀ ਧੁਰਕੀ ਨੂੰ ਸੱਚੇ ਮਨੋਂ ਪੜਿਆ। ਹੋ ਕਾ ਸੰਤਾਂ ਦਾ ਬਾਣੀ ਨੂੰ ਗਾਈਏ ਮੁਰਾਲੇ ਵਾਲੇ ਸੰਤਾਂ ਨੂੰ, ਜੀ ਆਓ ਸ਼ਰਦਾਨਾ ਸੀਸ ਝੁਕਾਈਏ ਸੰਤ ਬਾਬਾ ਪ੍ਰੇਮ ਸਿੰਘ ਨੂੰ।
उच्चे नीवियां नूं दित्ता सत्कार है बाबा प्रेम सिंह वंड दे प्यार है उच्चे नीवियां नूं दित्ता सत्कार है बाबा प्रेम सिंह वंड दे प्यार है जी उच्चे नीवियां नूं दित्ता सत्कार है बाबा प्रेम सिंह वंड दे प्यार है उच्चे नीवियां नूं दित्ता सत्कार है बाबा प्रेम सिंह वंड दे प्यार है वांग उन्हां दे प्रीति सच्ची पाई है बांग उन्हां दे प्रीति सच्ची पाई है संत बाबा प्रेम सिंह नूं ਜਾਉ ਸ਼ਰਦਾ ਨਾ ਸੀਸ ਝੁਕਾਈਏ ਮੁਰਾਲੇ ਵਾਲੇ ਸੰਤਾਂ ਨੂੰ रूप सुंदर ते हिरदा भी साफ सी रूह रब दी प्यारी बने खास सी रूप सुंदर ते हिरदा भी साफ सी रूह रब दी प्यारी बने खास सी ओ रूप सुंदर ते हिरदा भी साफ सी रूह रब दी प्यारी बने खास सी रूप सुंदर ते हिरदा भी साफ सी रूह रब दी प्यारी बने खास सी बड़ाने सद बल्ले हारे जाइए मुराले वाले संतां तों आओ शरदा ना सीस झुकाइए मुराले वाले संतां नूं आओ शरदा ना सीस झुकाइए मुराले वाले संतां नूं हो हो जन्म मरण दोहों में नहीं जन पर उपकारी आए संत का मार्ग धर्म की पौड़ी कहो बड़भागी पाई ऐसी शख्सियत दे मालक परम सन्मानयोग महान शख्सियत तन तन संत बाबा प्रेम सिंह जी मुराले वाली तिना दी मिठड़ी याद हर साल दी तरह गुरद्वारा बाबा मक्खन शाह लवाणा सिख सेंटर दी समुची मैनेजमेंट प्रबंधक कमेटी अते गुरु की संगत ने श्रद्धा पूर्वक तन गुरु ग्रंथ साहिब महाराज सतगुरु की पावन हजूरी अंदर मनाउण दा उपराला कीता है बहुत वड्डा इकट्ठ बार मेला लग्या होया इत्थे भी संगतां बड़ी चढ़दी कला सज के बैठिया ने ऐसी घड़ी दे अंदर चंद घड़ियां वास्ते समा मिलिया दासरियां नूं आप जी दे नाल विचार सांझे कर सकीए आप जी दी असीस मंगदे आ प्यार सित जिन्ने भी जुड़ बैठे सारे हाथ जोड़ के एक बारी आखिओ जी वाहिगुरु जी का खालसा वाहिगुरु जी की फतेह रस पीने कीर्तन शब्द विचार समय दियां राजनीतिक अते सिद्धांतिक विचारां मुख 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 बुलारियां वल्लों वख वख तरीकियां दे नाल अपनी अपनी बुद्ध दे मुताबक अज दे दीवान विच आखियां गईयां मैं अपने ढाडी जिथे वल्लों सारिआं लई चढ़दी कला दी अरदास करदा हाँ मेरे तो पहलां दो बुलारे बड़े कमाल दे ढंग दे तरीके नाल बोल के गए ने मास्टर जी साहिबान सियाणे विद्वान ने जिन्हां ने अजोके समय अंदर ਕੀ ਮੁਸ਼ਕਲਾਂ ਨੇ ਕਿਵੇਂ ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਹੈ ਉਸ ਵਿਸ਼ੇ ਨੂੰ ਆਪ ਜੀ ਨਾਲ ਸਾਂਝਾ ਕੀਤਾ ਮੈਂ ਆਪਣੀ ਢਾਡੀ ਜਿੱਥੇ ਵੱਲੋਂ ਧੰਨਵਾਦ ਕਰਦਾ ਹਾਂ ਲਿਖਾਰੀਆਂ ਦੀ ਅੱਜ ਕੌਮ ਨੂੰ ਬਹੁਤ ਵੱਡੀ ਲੋੜ ਹੈ ਕਿਉਂਕਿ ਪ੍ਰਿੰਸੀਪਲ ਸਤਵੀਰ ਸਿੰਘ ਨੇ ਇੱਕ ਗੱਲ ਬੜੀ ਕਮਾਲ ਦੀ ਲਿਖੀ ਉਹ ਕਹਿੰਦੇ ਨੇ ਦੁੱਧ ਵਰਗੀਆਂ ਸਿੱਖ ਜਗਤ ਦੀਆਂ ਮਹਾਨ ਸਾਖੀਆਂ ਦੇ ਅੰਦਰ ਇੰਨਾ ਕੁ ਗੰਧਲਾਪਣ ਆ ਗਿਆ ਜਿਹਨੂੰ ਦੂਰ ਕਰਨ ਵਾਸਤੇ ਚੰਗੇ ਲਿਖਾਰੀਆਂ ਦੀ ਲੋੜ ਹੈ ਮੇਰੇ ਦਿਲ ਦੀ ਮੁਰਾਦ ਸਤਿਕਾਰਯੋਗ ਸੁਭਾਨਪੁਰ ਸਾਹਿਬ ਪ੍ਰਧਾਨ ਜੀ ਸਾਹਿਬ ਜਿਹੜੇ ਚੰਗੇ ਲਿਖਾਰੀ ਨੇ ਇੱਕ ਕਵਿਤਾ ਰਾਹੀਂ ਮਹਾਂਪੁਰਖਾਂ ਦੇ ਜੀਵਨ ਨੂੰ ਬਿਆਨ ਕਰਕੇ ਗਏ ਨੇ ਧੰਨਵਾਦ ਕਰਦਾ ਹਾਂ ਸਮੁੱਚਾ ਮੀਡੀਆ ਅੱਜ ਦੇ ਸਮੁੱਚੇ ਸਮਾਗਮ ਨੂੰ ਰਿਕਾਰਡ ਕਰ ਰਿਹਾ ਹੈ ਰਿਆੜ ਸਾਹਿਬ ਦਾ ਧੰਨਵਾਦ ਜਿਹੜੇ ਵਿਸ਼ੇਸ਼ ਤੌਰ 'ਤੇ ਟੀਮ ਲੈ ਕੇ ਆਏ ਨੇ ਸਮੁੱਚੇ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਜਿੰਨੇ ਸਟਾਲ ਲਾ ਰਹੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਮਾਂ ਬੜਾ ਸੰਕੋਚਵਾਂ ਮੈਂ ਆਪ ਜੀ ਨਾਲ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਵਿਚਾਰ ਸਾਂਝੇ ਕਰਨ ਲੱਗਾ ਵਾਂ ਆਸ ਰੱਖਦਾ ਹਾਂ ਆਪ ਜੀ ਮਨ ਕਰਕੇ ਸੁਣਨ ਦਾ ਯਤਨ ਕਰੋਗੇ ਸੱਚ ਜਾਣਿਓ ਹਾਜ਼ਰੀ ਤਾਂ ਉਹਨਾਂ ਦੀ ਲੱਗੇਗੀ ਜਿਹੜੇ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਅੱਜ ਕੁਝ ਸੇਧ ਲੈ ਕੇ ਜਾਣਗੇ ਕੁਝ ਸਿੱਖਿਆ ਲੈ ਕੇ ਜਾਣਗੇ ਨਹੀਂ ਤਾਂ ਦਿਨ ਮਨਾਉਣ ਵਾਸਤੇ ਤਾਂ ਸਾਰੇ ਆਏ ਹਾਂ
ਫੁੱਲ ਵੀ ਚੜਾ ਗਏ, ਮਾਇਆ ਵੀ ਚੜਾ ਗਏ, ਰਸਤਾ ਵੀ ਚੜਾ ਗਏ ਨੇ, ਸਟਾਲ ਵੀ ਲੱਗ ਗਏ ਨੇ, ਸਭ ਕੁਝ ਹੋ ਗਿਆ ਹੈ। ਪਰ ਜੇ ਮਹਾਂਪੁਰਖਾਂ ਦੇ ਦਿੱਤੇ ਹੋਏ ਉਹਨਾਂ ਉਪਦੇਸ਼ਾਂ ਨੂੰ ਨਾ ਕਮਾਇਆ ਕਿਤੇ ਸ਼ਾਇਦ ਸਾਡਾ ਇਹ ਕੀਤਾ ਕਰਾਇਆ ਸਾਰਾ ਨਿਸਫਲ ਨਾ ਹੋ ਜਾਵੇ। ਦੁਨੀਆਂ ਦੇ ਲੋਕ ਕਹਿੰਦੇ ਨੇ ਜਬ ਵੀ ਤੇਰੇ ਦਰ ਪੇ ਗਏ ਹਾਥੋਂ ਮੇਲੇ ਫੂਲ ਗਏ, ਹਰ ਬਾਤ ਤੁਹਾਰੀ ਯਾਦ ਰਹੀ ਪਰ ਪੈਗਾਮ ਤੁਹਾਰਾ ਭੁੱਲ ਗਏ। ਮਹਾਂਪੁਰਖਾਂ ਦਾ ਕੀ ਪੈਗਾਮ ਸੀ ਕਿਤੇ ਉਸ ਨੂੰ ਆਪਾਂ ਭੁੱਲ ਨਾ ਜਾਈਏ। ਵਿਸ਼ੇ ਦੀ ਗੱਲ ਆਪ ਜੀ ਨਾਲ ਸਾਂਝੀ ਕਰਨ ਲੱਗਾ ਵਾਂ। ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ, ਐਸਾ ਸਮਾਂ ਵੀ ਆਇਆ ਜਿਵੇਂ ਸਮੁੰਦਰ ਵਿੱਚੋਂ ਉੱਠੀ ਲਹਿਰ ਨੇ ਨਾਲ ਲੱਗਦੇ ਹਰ ਇੱਕ ਚੀਜ਼ ਨੂੰ ਤੈਸ਼ ਨੈਸ਼ ਕਰ ਦਿੱਤਾ। ਛੋਟੀ ਉਮਰ ਅੰਦਰ ਜਿਸਦੇ ਸਿਰ ਤੋਂ ਮਾਂ ਦਾ ਛਾਇਆ ਉੱਠ ਜਾਵੇ ਸੱਚ ਜਾਣਿਓ, ਬਸ ਇਸੇ ਤਰ੍ਹਾਂ ਜਾਪਦਾ ਜਿਵੇਂ ਸੰਸਾਰ ਹੀ ਉੱਜੜ ਗਿਆ ਹੋਵੇ। ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਮਾਤਾ ਜੀ ਚੜ੍ਹਾਈ ਕਰ ਜਾਂਦੇ ਨੇ, ਬਾਬਾ ਅਰੂੜ ਸਿੰਘ ਦੀ ਪਾਲਣ ਪੋਸ਼ਣ ਕਰਦੇ ਨੇ, ਜਿੱਥੇ ਆਪ ਚੰਗੇ ਖਿਆਲਾਂ ਦੇ ਨੇ, ਛੋਟੀ ਉਮਰ ਦੇ ਅੰਦਰ ਗੁਰੂ ਦੀਆਂ ਸਾਖੀਆਂ ਸੁਣਾ ਸੁਣਾ ਕੇ ਮਨ ਅੰਦਰ ਐਸਾ ਭਰ ਦਿੱਤਾ, ਸਮਾਂ ਬਣਿਆ। ਅਰੋੜਾ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਭਾਈ ਰਾਮ ਸਿੰਘ ਜੀ ਇੱਕ ਚੰਗੇ ਵਪਾਰੀ ਨੇ, ਇੱਕ ਆਪਣਾ ਐਸਿਸਟੈਂਟ ਰੱਖਣ ਵਾਸਤੇ ਭਾਲ ਵਿੱਚ ਸਨ। ਮਹਾਂਪੁਰਖਾਂ ਦੇ ਨਾਲ ਸੰਗ ਬਣਦਾ, ਉਹਨਾਂ ਦੁਆਰਾ ਮਰਾਲੇ ਦੇ ਡੇਰੇ ਦੇ ਅੰਦਰ ਪਹੁੰਚਣਾ ਬਣਦਾ, ਅੱਗੇ ਰੂਹ ਮਿਲ ਜਾਂਦੀ ਹੈ। ਕੌਣ? ਬਾਬਾ ਬਿਸ਼ਨ ਸਿੰਘ ਜੀ। ਬਾਬਾ ਬਿਸ਼ਨ ਸਿੰਘ ਜੀ ਉਹ ਉਸਤਾਦ ਨੇ ਜਿਨ੍ਹਾਂ ਨੂੰ ਉਹਨਾਂ ਨੇ ਪੜ੍ਹਾ ਦਿੱਤਾ, ਉਹ ਸੂਰਜ ਵਾਂਗੂ ਅੱਜ ਦੁਨੀਆਂ ਦੇ ਵਿੱਚ ਚਮਕ ਰਹੇ ਨੇ। ਉਹਨਾਂ ਦੇ ਵਿੱਚੋਂ ਇੱਕ ਨੇ ਧੰਨ ਧੰਨ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਧੰਨ ਧੰਨ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ। ਆਓ ਤੱਕਿਓ ਉਹਨਾਂ ਦੀ ਸੰਗਤ ਕੀਤੀ ਹੈ। ਮੇਰੇ ਕੋਲ ਸਮਾਂ ਨਹੀਂ, ਕਵਿਤਾਵਾਂ ਬੜੀਆਂ ਲਿਖੀਆਂ ਸੀ ਸਮੇਂ ਦੇ ਮੁਤਾਬਕ, ਪਰ ਸਮਾਂ ਬੜਾ ਸੰਕੋਚਮੈਂ। ਏਡੇ ਮੇਲੇ ਦੇ ਅੰਦਰ ਮੈਂ ਇਸ ਗੁਰੂ ਘਰ ਦਾ ਹਜ਼ੂਰੀ ਢਾਡੀ ਹਾਂ, ਬੜਾ ਮਾਣ ਦਿੰਦੇ ਨੇ ਮੈਨੂੰ। ਮੇਰੇ ਲਈ ਤਾਂ 5 ਮਿੰਟ ਵੀ ਇੱਥੇ ਬਹੁਤ ਵੱਡੇ ਹੁੰਦੇ ਨੇ। ਬਹੁਤ ਮਾਣ ਕਰਦਾ ਹਾਂ ਮੈਂ ਇੱਥੋਂ ਦੀ ਸੰਗਤ ਦਾ, ਅਤੇ ਸੰਗਤ ਮੈਨੂੰ ਬੜਾ ਮਾਣ ਦਿੰਦੀ ਹੈ। ਆਓ ਜਿਹੜੀ ਮੈਂ ਕਵਿਤਾ ਕਹਿਣ ਜਾ ਰਿਹਾ ਵਾਂ, ਉਸ ਕਵਿਤਾ ਦੇ ਮਜ਼ਮੂਨ ਨੂੰ ਆਪ ਜੀ ਨੇ ਸਮਝਦੇ ਜਾਣਾ। ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਜਿੱਥੇ ਸਾਡੇ ਵਾਸਤੇ ਬੜਾ ਵੱਡਾ ਪਰਉਪਕਾਰ ਕੀਤਾ, ਉਹ ਪਰਉਪਕਾਰ ਕੀ ਸੀ? ਜੇ ਮਹਾਂਪੁਰਖ ਨਗਰ ਨਗਰ ਵਿੱਚ ਜਾ ਕੇ, ਪਿੰਡ ਪਿੰਡ ਦੇ ਵਿੱਚ ਜਾ ਕੇ ਨਸ਼ਿਆਂ ਦੇ ਖਿਲਾਫ ਬੋਲ ਕੇ ਧਰਮ ਦਾ ਪ੍ਰਚਾਰ ਨਾ ਕਰਦੇ, ਅੱਜ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਨਿਊਯਾਰਕ ਵਿੱਚ ਨਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਉਹਨਾਂ ਦੀ ਬਦੌਲਤ ਹੈ, ਉਹਨਾਂ ਨੇ ਨਗਰ ਨਗਰ ਵਿੱਚ ਜਾ ਕੇ ਜਿਨ੍ਹਾਂ ਹੱਥਾਂ ਦੇ ਅੰਦਰ ਤੰਬਾਕੂ ਫੜਿਆ ਹੋਇਆ ਸੀ, ਸ਼ਰਾਬ ਦੀਆਂ ਬੋਤਲਾਂ ਫੜੀਆਂ ਹੋਈਆਂ ਸਨ, ਨਸ਼ਿਆਂ ਤੇ ਵਿਸ਼ਿਆਂ ਦੇ ਦਲਦਲ ਵਿੱਚ ਧਸੇ ਹੋਏ ਸਨ, ਉਹਨਾਂ ਹੱਥਾਂ ਦੇ ਅੰਦਰ ਜਾ ਕੇ ਗੁਰਬਾਣੀ ਦੇ ਗੁਟਕੇ ਫੜਾ ਦਿੱਤੇ ਤੇ ਆਖਿਆ, ਗੁਰਸਿੱਖਾ ਇਹਦੇ ਨਾਲ ਨਰਕ ਮਿਲੇਗਾ, ਅਤੇ ਜੇ ਇਹ ਬਾਣੀ ਦਾ ਗੁਟਕਾ ਫੜ ਕੇ ਬਾਣੀ ਪੜ੍ਹਨੀ ਆਰੰਭ ਕਰ ਦਿੱਤੀ, ਇਹਦੇ ਨਾਲ ਤੈਨੂੰ ਸੱਚਖੰਡ ਮਿਲ ਜਾਵੇਗਾ, ਤੇਰਾ ਜੀਵਨ ਸਿਵੜ ਜਾਵੇਗਾ। ਭਲਿਆ ਬਾਣੀ ਪੜ੍ਹਿਆ ਕਰ। ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੋਈ, ਰਹਿਮਤ ਹੋਈ, ਮਹਾਂਪੁਰਖਾਂ ਦੇ ਕਰਨੀ ਨਾਮੇ ਦੇ ਵਿੱਚੋਂ ਆਵਾਜ਼ ਨਿਕਲਦੀ ਹੈ। ਜੇ ਕਿਤੇ ਮਹਾਂਪੁਰਖ ਇਹ ਕਾਰਨਾਮਾ ਨਾ ਕਰਦੇ, ਅੱਜ ਇਹ ਦਸਤਾਰਾਂ ਨਾ ਹੁੰਦੀਆਂ, ਸੋਹਣੀਆਂ ਦਾੜੀਆਂ ਨਾ ਹੁੰਦੀਆਂ, ਇਸ ਤਰ੍ਹਾਂ ਦਾ ਪਹਿਰਾਵਾ ਨਾ ਹੁੰਦਾ। ਇਹ ਸਭ ਕੁਝ ਮਹਾਂਪੁਰਖਾਂ ਦੀ ਬਹੁਤ ਵੱਡੀ ਦੇਣ ਹੈ। ਇੱਥੇ ਹੀ ਬਸ ਨਹੀਂ, ਗੱਲ ਕਹਿ ਜਾਵਾਂ, ਮੇਰੀਆਂ ਭੈਣਾਂ ਬੈਠੀਆਂ ਨੇ, ਮੇਰੀਓ ਭੈਣੋ, ਇਸ ਪੁਰਖ ਪ੍ਰਧਾਨਤਾ ਦੀ ਅਗਵਾਈ ਨੇ ਔਰਤ ਨਾਲ ਬੜਾ ਮਾੜਾ ਸਲੂਕ ਕੀਤਾ, ਇਤਿਹਾਸ ਪੜ੍ਹ ਕੇ ਵੇਖਿਓ। ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਕਾਲਜ ਖੋਲ੍ਹੇ ਨੇ, ਆਖਿਆ ਸਾਡੇ ਕਾਲਜ ਦੇ ਅੰਦਰ ਪੂਰਨ ਤੌਰ ਦੇ ਉੱਤੇ ਇਜਾਜ਼ਤ ਹੈ, ਇੱਥੇ ਧੀਆਂ ਭੈਣਾਂ ਵਿੱਦਿਆ ਹਾਸਲ ਕਰ ਸਕਦੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਹੀਂ, ਇਹ ਵੀ ਪਰਮਿਸ਼ਨ ਬੜੀ ਔਖੀ ਮਿਲਦੀ ਸੀ। ਇੱਥੇ ਹੀ ਬਸ ਨਹੀਂ, ਜਿਵੇਂ ਮੇਰੇ ਤੋਂ ਪਹਿਲਾਂ ਆਪ ਜੀ ਨੇ ਸੁਣਿਆ ਸਾਰੇ ਬੁਲਾਰਿਆਂ ਨੇ ਕੋਲੋਂ ਕਿ ਦਾਜ ਇੱਕ ਬਹੁਤ ਵੱਡੀ ਲਾਹਨਤ ਹੈ, ਦਾਜ ਦਹੇਜ ਦੀਆਂ ਬਹੁਤ ਸਾਰੀਆਂ ਧੀਆਂ ਭੈਣਾਂ ਅੱਜ ਬਲੀ ਚੜੀਆਂ ਨਜ਼ਰ ਆਉਂਦੀਆਂ ਨੇ, ਮਾਵਾਂ ਰੋਂਦੀਆਂ ਨੇ ਜਿਨ੍ਹਾਂ ਨੂੰ ਇੱਕ ਇੱਕ ਬੁਰਕੀ ਪਾ ਕੇ ਬੱਚੀ ਨੂੰ ਪਾਲਿਆ ਸੀ ਲਾਡਾਂ ਦੇ ਨਾਲ, ਸਹੁਰੇ ਲਾਲਚੀ ਪਰਿਵਾਰ ਨੇ ਉਸ ਬੱਚੀ ਨੂੰ ਕੇਵਲ ਦਾਜ ਦੇ ਪਿੱਛੇ ਬਲੀ ਚਾੜ ਦਿੱਤਾ, ਉਹਨੂੰ ਮਾਰ ਦਿੱਤਾ। ਮਹਾਂਪੁਰਖਾਂ ਨੇ ਆਖਿਆ ਜੇ ਸਾਡੀ ਸੰਗਤ ਵਿੱਚ ਆਉਣੇ ਨਾ ਤੇ ਸਾਡੇ ਬਚਨਾਂ ਨੂੰ ਕਮਾਉਣੇ ਸੱਜਣਾ, ਸੱਚ ਜਾਣੀ, ਅਸੀਂ ਤੈਨੂੰ ਤਦ ਪਿਆਰ ਕਰਾਂਗੇ ਜੇ ਤੂੰ ਇਸ ਲਾਹਨਤ ਤੋਂ ਬਚਣ ਦਾ ਯਤਨ ਕਰੇਗਾ, ਇਸ ਲਾਹਨਤ ਤੋਂ ਬਚਣ ਦਾ ਯਤਨ ਕਰੇਗਾ। ਬਾਬਾ ਅਨੰਤ ਸਿੰਘ ਜੀ
ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਨੂੰ ਕਹਿੰਦੇ ਨੇ, ਆਖਿਆ ਬਾਬਾ ਜੀ ਤੁਹਾਡੀ ਉਮਰ ਵਡੇਰੀ ਹੋ ਗਈ ਏ, ਏਡੀ ਜ਼ਿੰਮੇਵਾਰੀ ਨਿਭਾਉਣੀ ਔਖੀ ਏ, ਇਹ ਜ਼ਿੰਮੇਵਾਰੀ ਕਿਸੇ ਨੂੰ ਦੇ ਦਿਓ, ਹੁਣ ਕਿਸੇ ਨੂੰ ਜ਼ਿੰਮੇਵਾਰੀ ਦੇ ਦਿਓ ਜੇ। ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਨੇ ਆਖਿਆ, ਸੱਜਣਾ ਇਸ ਜ਼ਿੰਦਗੀ ਦਾ ਵਸਾ ਨਹੀਂ ਕਦੋਂ ਚਲੀ ਜਾਣੀ ਏ, ਅੱਜ ਮੈਂ ਦੋ ਕੁ ਗੱਲਾਂ ਤੁਹਾਡੀ ਗੱਲ ਸੁਣ ਕੇ ਆਪਣੇ ਸਮਾਜ ਨੂੰ ਕਹਿਣਾ ਚਾਹੁੰਦਾ ਵਾਂ, ਇਸ ਸਿੱਖ ਜਗਤ ਨੂੰ ਕਹਿਣਾ ਚਾਹੁੰਦਾ ਵਾਂ, ਦੁਨੀਆ ਦੇ ਅੰਦਰ ਸੋਚਣ ਵਾਲੇ ਰੱਬ ਦੇ ਰਾਹ 'ਤੇ ਤੁਰਨ ਵਾਲੇ ਪਿਆਰਿਆਂ ਨੂੰ ਕਹਿਣਾ ਚਾਹੁੰਦਾ ਵਾਂ, ਸੱਚ ਜਾਣਿਓ ਜੇ ਬਰਸੀ ਮਨਾਉਣ ਵਾਸਤੇ ਆਏ ਹੋ ਫਿਰ ਸੁਣ ਕੇ ਜਾਇਓ ਬਾਬਾ ਜੀ ਕੀ ਚਾਹੁੰਦੇ ਨੇ, ਬਾਬਾ ਜੀ ਦੇ ਮਨ ਵਿੱਚ ਕੀ ਖਿਆਲ ਨੇ, ਬਾਬਾ ਜੀ ਦੀ ਕੀ ਉਪਦੇਸ਼ ਤੇ ਕੀ ਵਿਚਾਰਧਾਰਾ। ਮੇਰੀ ਕਵਿਤਾ ਦਾ ਇੱਕ ਇੱਕ ਬੋਲ ਆਪ ਜੀ ਨੂੰ ਟੁੰਬਣ ਦਾ ਯਤਨ ਕਰੇਗਾ ਮੋਹਰ ਸਿੰਘ ਬਟਾਲੇ ਦੇ ਸਾਥੀ। ਹੇ ਪ੍ਰੇਮ ਸਿੰਘ ਦੀ ਮਹਿਮਾ ਰਲ ਕੇ ਸੰਗਤੇ ਗਾਈਏ, ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ, ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ। ਚਾਵਾਂ ਨਾਲ ਆਏ ਹੋ ਸੁਣਿਓ ਆਪ ਜ਼ਰਾ ਕੰਨ ਲਾ ਕੇ, ਸੰਤਾਂ ਦੀ ਕਰਨੀ ਨੂੰ ਸੁਣ ਲੋ ਸਾਰੇ ਧਿਆਨ ਟਿਕਾ ਕੇ, ਚਾਵਾਂ ਨਾਲ ਆਏ ਹੋ ਸੁਣਿਓ ਆਪ ਜ਼ਰਾ ਕੰਨ ਲਾ ਕੇ, ਸੰਤਾਂ ਦੀ ਕਰਨੀ ਨੂੰ ਸੁਣ ਲੋ ਸਾਰੇ ਧਿਆਨ ਟਿਕਾ ਕੇ। ਜੋ ਜੀਵਨ ਸੰਤਾਂ ਦਾ, ਜੋ ਜੀਵਨ ਸੰਤਾਂ ਦਾ ਉਸ ਦੀ ਗਾਥਾ ਅਸੀਂ ਸੁਣਾਈਏ, ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ, ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ। ਸੀ ਆਪ ਬਾਣੀ ਨਾਲ ਸੰਗਤਾਂ ਤਾਈ ਪੜਾਉਂਦੇ, ਜਪਦੇ ਸੀ ਨਾਮ ਰੱਬ ਦਾ ਮੁਖੋਂ ਵਾਹਿਗੁਰੂ ਵਾਹਿਗੁਰੂ ਗਾਉਂਦੇ, ਪੜਦੇ ਸੀ ਆਪ ਬਾਣੀ ਨਾਲ ਸੰਗਤਾਂ ਤਾਈ ਪੜਾਉਂਦੇ, ਜਪਦੇ ਸੀ ਨਾਮ ਰੱਬ ਦਾ ਮੁਖੋਂ ਵਾਹਿਗੁਰੂ ਵਾਹਿਗੁਰੂ ਗਾਉਂਦੇ, ਓ ਹੋ ਕਾ ਦਿੰਦੇ ਸੀ, ਓ ਹੋ ਕਾ ਦਿੰਦੇ ਸੀ ਸੱਚੇ ਸ਼ਬਦ ਨੂੰ ਮਨ ਵਸਾਈਏ, ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ, ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ। ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਪਿਆਰਿਓ ਜੀਵਨ ਪੜ੍ਹਿਓ, ਉਹਨਾਂ ਦਾ ਚੰਦਨ ਦੇ ਰੁੱਖ ਵਰਗਾ ਜੀਵਨ ਏ, ਜਿੱਧਰ ਨੂੰ ਲੰਘੇ ਨਾ ਜਿਹਦੇ ਨਾਲ ਗੱਲ ਕਰ ਲਈ ਉਹਦਾ ਜੀਵਨ ਬਦਲ ਕੇ ਰੱਖ ਦਿੱਤਾ, ਜਿਹਦੇ ਨਾਲ ਬੈਠ ਕੇ ਦੋ ਕੜੀਆਂ ਵਿਚਾਰ ਕਰ ਲਈ ਨਾ ਸੜਿਆ ਤੇ ਗਲਿਆ ਜੀਵਨ ਸੋਨੇ ਤੇ ਕੰਚਨ ਵਰਗਾ ਬਣਾ ਕੇ ਰੱਖ ਦਿੱਤਾ, ਉਹ ਜਾਦੂਗਰ ਸਨ ਜਾਂ ਅੱਜ ਦੇ ਬਾਬਿਆਂ ਵਰਗੇ ਜਿਹੜੇ ਆ ਭੇਡਾਂ ਤੁਰੀਆਂ ਫਿਰਦੀਆਂ ਨੇ ਬੜੀਆਂ, ਇੱਦਾਂ ਦੇ ਸਨ ਨਹੀਂ। ਉਹਨਾਂ ਦੇ ਜੀਵਨ ਵਿੱਚ ਕੀ ਖੇਡ ਸੀ, ਉਹ ਗੁਰਬਾਣੀ ਪੜ੍ਹਦੇ ਸਨ, ਉਹ ਗੁਰਬਾਣੀ ਦਾ ਉਪਦੇਸ਼ ਸੁਣਾਉਂਦੇ ਸਨ, ਉਹ ਕਿਹਾ ਕਰਦੇ ਸਨ, ਸੱਜਣਾ ਜੇ ਮਨਮਤ ਦੇ ਹਿੱਸੇ ਪੈ ਗਿਆ ਆ ਜੀਵਨ ਦੀ ਬਾਜੀ ਹਾਰ ਜਾਵੇਗਾ, ਸੱਜਣਾ ਜੇ ਤਰਨਾ ਚਾਹੁੰਦਾ ਨਾ ਤੇ ਗੁਰਮਤ ਦਾ ਧਾਰਨੀ ਹੋ ਜਾ, ਗੁਰਮਤ ਦਾ ਪ੍ਰਚਾਰ ਜ਼ਿੰਦਗੀ ਦੇ ਹਰ ਪਲ ਪਲ ਇੱਕ ਸਵਾਸ ਸਵਾਸ ਕਰਨ ਵਾਲੇ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਅੱਜ ਕੇਵਲ ਇੰਡੀਆ ਵਿੱਚ ਨਹੀਂ ਵਰਲਡ ਦਾ ਕੋਈ ਵੀ ਕੋਨਾ ਹੈ, ਕਿਤੇ 20 ਤਰੀਕ ਨੂੰ, ਕਿਤੇ 25 ਤਰੀਕ ਨੂੰ, ਕਿਤੇ 23 ਤਰੀਕ ਨੂੰ, ਕਿਤੇ 9 ਤਰੀਕ ਨੂੰ
महापुरखां नूं याद करिया जा रहा सजणो कौन किसे नूं याद करदा है इह दुनिया तां बड़ी मतलब दी है दुनिया मतलब दी है कौन किसे नूं याद करदा है याद करन लई मजबूर कर दिंदे ने जिहड़े रब दे प्यारे हुंदे ने सुणियो जरा ढाडी ਪੀਂਦੇ ਸੀ ਉਹਨਾਂ ਨੂੰ ਜਾ ਕੇ ਸਮਝਾਇਆ ਇਸ ਭੈੜੀ ਲਾਣਤ ਤੋਂ ਸੰਤਾਂ ਕਰਕੇ ਬਚਨੇ ਹਟਾਇਆ ਜੋ ਹੁੱਕਾ ਪੀਂਦੇ ਸੀ ਉਹਨਾਂ ਨੂੰ ਜਾ ਕੇ ਸਮਝਾਇਆ ਇਸ ਭੈੜੀ ਲਾਣਤ ਤੋਂ ਸੰਤਾਂ ਕਰਕੇ ਬਚਨੇ ਹਟਾਇਆ ਛੱਡ ਕੇ ਬੁਰਿਆਈਆਂ ਨੂੰ ਛੱਡ ਕੇ ਬੁਰਿਆਈਆਂ ਨੂੰ ਆਓ ਜੀਵਨ ਸਫਲ ਬਣਾਈਏ ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ ਸਿੱਖਿਆ ਲਈ ਖੋਲੇ ਨੇ ਕਈ ਕਾਲਜ ਤੇ ਵਿਦਿਆਲੇ ਜੇ ਮਨ ਵਿੱਚ ਸ਼ੱਕ ਕੋਈ ਤੱਕ ਲੋ ਚੱਲਦੇ ਪਏ ਨੇ ਹਾਲੇ ਸਿੱਖਿਆ ਲਈ ਖੋਲੇ ਨੇ ਕਈ ਕਾਲਜ ਤੇ ਵਿਦਿਆਲੇ ਜੇ ਮਨ ਵਿੱਚ ਸ਼ੱਕ ਕੋਈ ਤੱਕ ਲੋ ਚੱਲਦੇ ਪਏ ਨੇ ਹਾਲੇ ਉਹ ਫਰਜ ਨਿਭਾ ਗਏ ਨੇ ਉਹ ਫਰਜ ਨਿਭਾ ਗਏ ਨੇ ਆਪਾਂ ਆਪਣਾ ਫਰਜ ਨਿਭਾਈਏ ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ ਨਾ ਦਾਜ ਲੈਣਾ ਦੇਣਾ ਇਹ ਚੰਦਰੀ ਬੜੀ ਬਿਮਾਰੀ ਸੰਤਾਂ ਦਾ ਬਚਨੀ ਇਹੋ ਸੁਣ ਲੋ ਮਨ ਲਾ ਸੰਗਤ ਸਾਰੀ ਨਾ ਦਾਜ ਲੈਣਾ ਦੇਣਾ ਇਹ ਚੰਦਰੀ ਬੜੀ ਬਿਮਾਰੀ ਸੰਤਾਂ ਦਾ ਬਚਨੀ ਇਹੋ ਸੁਣ ਲੋ ਮਨ ਲਾ ਸੰਗਤ ਸਾਰੀ ਕੈਮੋਨ ਬੜਾਣਾ ਵੀ ਕੈਮੋਨ ਬੜਾਣਾ ਵੀ ਸਿੱਖਿਆ ਕਦੇ ਨਾ ਦਿਲੋਂ ਭੁਲਾਈਏ ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ ਸੰਤਾਂ ਦੀ ਬਰਸੀ ਤੋਂ ਸਿੱਖਿਆ ਗੁਰਮਤ ਦੀ ਲੈ ਜਾਈਏ ਹੋ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਮਨਾਉਣ ਵਾਸਤੇ ਇਕੱਤਰਤ ਹੋਏ ਹਾਂ ਉਹਨਾਂ ਦਾ ਉਪਦੇਸ਼ ਸੀ ਜਦੋਂ ਲਾਸਟ ਸਮਾਂ ਸੀ 1950 ਦੇ ਅੰਦਰ ਜੂਨ ਮਹੀਨੇ ਦੇ ਅੰਦਰ ਗੁਰਸਿੱਖ ਸੰਗਤ ਅੰਮ੍ਰਿਤ ਵੇਲੇ ਆਈ ਹੈ 4 ਵਜੇ ਦਾ ਟਾਈਮ ਸੀ ਉਦੋਂ ਸੰਤਾਂ ਨੂੰ ਆਖਿਆ ਮਹਾਂਪੁਰਖ ਜੀ ਅੱਜ ਤੁਸੀਂ ਜਲ ਪਾਣੀ ਨਹੀਂ ਛੱਕ ਰਹੇ ਕਰੋ ਕਿਰਪਾ ਛੱਕ ਲਵੋ ਆਖਿਆ ਹੁਣ ਪੂਰਾ ਹੋ ਗਿਆ ਸਾਡੇ ਜਾਣ ਦਾ ਸਮਾਂ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਗੁਰਸਿੱਖਾਂ ਨੇ ਆਖਿਆ ਮਹਾਂਪੁਰਖੋ ਆਖਰੀ ਉਪਦੇਸ਼ ਕੀ ਹੈ ਆਖਿਆ ਜੇ ਸੱਚਮੁੱਚ ਖੁਸ਼ੀਆਂ ਚਾਹੁੰਦੇ ਹੋ ਹਰ ਇੱਕ ਬੰਦਾ ਕਹਿੰਦਾ ਮੈਂ ਮਰ ਗਿਆ ਮੈਨੂੰ ਇਹ ਘਾਟਾ ਪੈ ਗਿਆ ਮੇਰੇ ਨਾਲ ਇਹ ਹੋ ਗਿਆ ਸਾਰੀ ਦੁਨੀਆ ਦੁਖੀ ਹੁੰਦੀ ਹੈ ਜੇ ਸੁਖੀ ਹੋਣਾ ਚਾਹੁੰਦੇ ਹੋ ਬਸ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਨਾ ਛੱਡਿਓ ਮਹਾਂਪੁਰਖਾਂ ਦਾ ਲਾਸਟ ਬਚਨ ਇਹ ਸੀ ਪਿਆਰਿਓ ਆਓ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲਈਏ ਮਹਾਂਪੁਰਖਾਂ ਦੀ ਮਨਾਈਏ ਬਰਸੀ ਸਫਲ ਹੋ ਜਾਵੇਗੀ ਸਾਰੀ ਸੰਗਤ ਦਾ ਧੰਨਵਾਦ ਮੈਨੇਜਮੈਂਟ ਪ੍ਰਬੰਧਕ ਕਮੇਟੀ ਦਾ ਉਚੇਚੇ ਤੌਰ 'ਤੇ ਧੰਨਵਾਦ ਸਾਰੇ ਪ੍ਰਬੰਧਕ ਜਨਾਂ ਦਾ ਜੇ ਮੈਂ ਇੱਕ ਇੱਕ ਦਾ ਨਾਂ ਲਵਾਂਗਾ ਸਮਾਂ ਅੱਗੇ ਲੰਘ ਜਾਵੇਗਾ ਸਮਾਂ ਪਹਿਲਾਂ 2-4 ਮਿੰਟ ਅੱਗੇ ਹੋ ਗਏ ਨੇ ਤਹਿ ਦਿਲੋਂ ਧੰਨਵਾਦ ਵਿਸ਼ੇਸ਼ ਤੌਰ 'ਤੇ ਸਿੱਖ ਕਲਚਰ ਸੁਸਾਇਟੀ ਤੋਂ ਸਾਡੇ ਮਾਣਿਓ ਕੰਗ ਸਾਹਿਬ ਆਏ ਨੇ ਮੁੱਦਲ ਸਾਹਿਬ ਆਏ ਨੇ ਚੀਮਾ ਸਾਹਿਬ ਆਏ ਨੇ ਨਾਲ ਉਹਨਾਂ ਦੀ ਸਾਰੀ
करीम आई है, मैं सारे जी आया कहना वा। बाबा लखविंदर सिंह जी आए हैं, तह दिलों धन्यवाद। स्टेज की सेवा सत्कार सरपंच साहब ने बहुत खूबी ना नवाई है, तह दिलों धन्यवाद करता हाँ। प्रधान जी साहब भाई गुरमीत सिंह जी बड़े प्यार वाली रूह है, जिमें कहते ना धन्ने दियाँ गौं रब ने चारियाँ। सचमुच जे अज रब न कह दे रब भी अजे गौं चारण वास्ते आ जाएगी, ऐसी निम्रता ऐसा प्यार है भाई साहब जी के अंदर। भाई कुलदीप सिंह जी खालसा, MLA साहब प्रीतम सिंह जी, सत्कार्य सुभानपुर साहब। एक मैं बेनती करांगा खास तौर पर समुची मैनेजमेंट प्रबंधक कमेटी को, क्योंकि दास नूं इस गुरद्वारा मैनेजमेंट ने जो माण दिता मैं उस नूं बयान नहीं कर सकता, बहुत बड़ा माण दिता संगत दे विच अलाउंस करके एडा वड्डा माण देना, एक बारी दो बारी गोल्ड मैडल दे नाल इस स्थान तो सन्मानित करना एक बहुत वड्डी मेरे लिए वो कीमत रखता। मैं अपने जथे वालों ऋणी हाँ सदा वास्ते। तो मैं एक अपील करांगा, क्योंकि मैं घर का मैंबर बन गया इतों की सारी न्यूयॉर्क की संगत का, एक बेनती करांगा जिन्हें भी तुसी बजुर्ग हो, तुहाडा बच्चों के सिर पर हाथ हो, जिवें जुगविंदर सिंह देखो हुण तुसी वाइस प्रेजिडेंट बनाया तो सामने बैठा, तो तुसी सारे बच्चों इन्हां नूं प्रेर के अपनी कमेटी में लियाओ, तो आने वाला कल जिहड़ा साडा भविख है ना ये सोहने सोहने गुरद्वारे सामभण जोगे बनना है। ये मेरी अपील है, सारी संगत का धन्यवाद करता हाँ। माण ते सन्मान लई अति धन्यवाद। सत्कारयोग मास्टर जी साहब स्पैशल तौर पर पहला ही जदों लगना नहीं सी उदों बैठे सी थले, $100 स्पैशल माण भेज गए सन, धन्यवाद करता हाँ। जिहड़े तुसी बैठे आ तुसी किन्ने किन्ने भेजदे भेजे ने तुसी सारे जाणदे हो, जे कोई रह भी गया होए हजे ढेरी साडी उत्थे ही पई है। वाहेगुरु जी का खालसा वाहेगुरु जी की फतेह। गुरु प्यारी साध संगत जी वाहेगुरु जी का खालसा वाहेगुरु जी की फतेह। ये सन साढ़े सत्कारयोग सदाबहार मोहन सिंह जी वडाणा ढाडी जथा, इन्हों का बहुत बहुत धन्यवाद, क्योंकि एक साडा घर के मैंबर ने, असं इन्हों मैंबर समझने बाबा मखन शाह लबाणा सिख सेंटर तो, कि जिन्ना भी टाइम इन्हों दिता इन्हों टाइम अं लै भी बहुत लिया, भी 25 मिनट इन्हों असी खा लिया, लेकिन फिर भी इन्होंने कोई इतराज नहीं किया, क्यों घर के मैंबर ने, घर के मैंबर को पता होंगे। सो बहुत बहुत धन्यवाद तुहाडा। सो हुण साडे कोल गुरदेव सिंह जी कंग, जो कि सबका प्रधान सिख सोसायटी और घट गिनती कमीशन के चेयरमैन, मैं उन्होंने बेनती करना 2 मिनट वास्ते आ जाओ। सो नाल ही मैं बेनती करना साडे भी है टाइम दस बार भी, वैसे सारिया ने असी बोलिया पर थोड़ा थोड़ा जिन्ना भी टाइम संकोच के लै सकते हो उन्ना ना लो, कि आप सारा प्रोग्राम वधिया तरीके ने कर सकीए। वाहेगुरु जी का खालसा वाहेगुरु जी की फतेह। जुगो जुग अटल चवर तख दे मालक, धन धन श्री गुरु ग्रंथ साहब जी की निघी गोद में बैठी परम सत्कारयोग साध संगत जी, आओ 10वें पिता की दिती हुई फतेह की सांझ पाईए। वाहेगुरु जी का खालसा वाहेगुरु जी की फतेह। अज ओ संत सिपाही महापुरश संत बाबा जिन्हां दी ए मराले वालियां दी बरसी हर साल दी तरह गुरद्वारा मक्खन शाह लबाणा सिख सेंटर विखे मनाई जा रही है, मैं समझदा कि ये सिर्फ इस गुरु घर च नहीं संतां दी, ये संत जिहड़े आ ये सिख कौम दा मसीहा बन के आए सी। संत प्रेम सिंह जी जिहड़े कि सिख कौम दा मसीहा बन के आए सी, जिन्हां ने सिख कौम उस टाइम अपने रीति रिवाजों के जिहड़ियां कि साडियां लड़कियां नूं पढ़ाया नहीं सी जांदा, जिन्हां ने जिस तरह के विद्या विचारी परवकारी जिन्हां ने स्कूल खोले कॉलेज खोले बच्चियां नूं जिहड़ी आ एजुकेशन दा दान जिहड़ा वा उह प्रदान होया, जिथे साडे समाज दे विच दाज दीतियां दीआं क्रियतां सी उहनां नूं खत्म कीता, लखां ही प्राणियां नूं उहनां ने अमृत छका के गुरू दे लड़ लाया। तो अज वो सिखी, मैं समझदा कि सिखी का बूटा जिहड़ा संसार भर दे विच फैलिया होया, असी उन्हां संतां महापुरशां नूं अपने शरदा दे फुल भेट करदे हां। नाल दी नाल मैं समझदा कि जिस तरह बरसियां मनाउने आ उहदा सब तो सानूं वड्डा कारण इह मिलदा कि सानूं अपने समाज दे नाल अपनी सिखी दे नाल जदों साडे बच्चे गुरु घरां दे विच आउंदे ने, उह देखदे ने, उस इतिहास नूं पढ़दे ने, तो उहनां नूं उत्साह पैदा हुंदा कि असी वी अपना समाज दा कोई ना कोई काम कर सकीए। मैं चेचे तौर पर
ਗੁਰਦੁਆਰਾ ਸਿੱਕਲ ਸੈਟੀ ਵਿਖੇ ਵੀ ਜੋ 23 ਜੂਨ ਨੂੰ ਸੰਤ ਪ੍ਰੇਮ ਸਿੰਘ ਦੇ ਨਾਂ 'ਤੇ ਬਣੀ ਸੰਸਥਾ ਜਿਹੜੀ ਆ ਉਹਨਾਂ ਵੱਲੋਂ ਜਿਹੜੀ ਆ ਅਤੇ ਸੁੱਖ ਸਿੱਖਲ ਸਾਰੀ ਦੇ ਸਹਿਯੋਗ ਦੇ ਨਾਲ ਸੰਤ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਬਰਸੀ ਜਿਹੜੀ ਉਹ ਮਨਾਈ ਜਾਣੀ ਆ। ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਸ ਦਿਨ ਉਸੇ ਗੁਰੂ ਘਰ ਦੇ ਵਿੱਚ ਵੀ ਹੋਮ ਆ ਕੇ ਪਹੁੰਚੋ। ਦੂਸਰਾ, ਜਿਸ ਤਰ੍ਹਾਂ ਕਿ ਸਾਡੇ ਮੋਹਨ ਸਿੰਘ ਜੀ ਵਡਾਣਾ ਢਾਡੀ ਸਾਹਿਬ ਨੇ ਦੱਸਿਆ ਕਿ ਭਾਈ ਗੁਰਮੀਤ ਸਿੰਘ ਜੀ ਬੜੇ ਨੇ, ਜਿਨ੍ਹਾਂ ਦੀਆਂ ਜਿੱਦਾਂ ਭਗਤ ਨੇ ਜਿਹੀਆਂ ਮੱਝਾਂ ਆਪ ਚਰਦੀਆਂ ਸੀ, ਉਹ ਮੈਂ ਸਮਝਦਾ ਕਿ ਬੜੇ ਪ੍ਰਭਾਗਾਂ ਵਾਲੇ ਨੇ। ਜਿੰਨੇ ਸਾਬਕਾ ਪ੍ਰਧਾਨ ਨੇ ਉਹਨਾਂ ਸਾਰਿਆਂ ਦਾ ਸਹਿਯੋਗ ਆ ਅਤੇ ਆਪਣੇ ਆਪ ਹੀ ਪ੍ਰਬੰਧ ਜਿਹੜਾ ਉਹ ਬਹੁਤ ਵਧੀਆ ਚੱਲਦਾ। ਦੂਸਰਾ, ਮੈਂ ਵੇਖੋ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਸੋ ਦੇਵੇ, ਇਹ ਇਹਨਾਂ ਦੀ ਸਿਫਤ ਵਾ। ਜਿੰਨੇ ਵੀ ਮੇਰੇ ਵੀਰ ਬੈਠੇ ਨੇ, ਕਿਉਂਕਿ ਮੈਂ 6-7 ਸਾਲ ਪ੍ਰਧਾਨ ਸਿੱਖਲ ਸੈਟ ਦਾ ਰਿਹਾ, ਮੇਰੇ ਨਾਲ ਇਹਨਾਂ ਵੀਰਾਂ ਨੇ ਸੇਵਾ ਨਿਭਾਈ ਆ। ਮੈਂ ਇੱਕ ਸਮਝਦਾ ਕਿ ਜਿੱਥੇ ਵੀ ਸਿੱਖੀ ਦਾ ਕਾਜ ਹੁੰਦਾ, ਗੁਰਦੁਆਰਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਜਿਹੜੀ ਵੀ ਮੌਜੂਦੇ ਦੇ ਉੱਤੇ ਹੋਈ ਆ, ਭਾਵੇਂ ਇਹਨਾਂ 'ਚੋਂ ਪ੍ਰਧਾਨ ਕੋਈ ਹੋਵੇ, ਪਰ ਇਹ ਸਾਰੇ ਬਰਾਬਰ ਦਾ ਜਾ ਕੇ ਯੋਗਦਾਨ ਪਾਉਂਦੇ ਆ, ਚਾਹੇ ਸਿਟੀ ਦਾ ਪ੍ਰੋਗਰਾਮ ਹੋਵੇ ਚਾਹੇ ਜਿੱਥੇ ਮਰਜ਼ੀ ਹੋਵੇ। ਮੈਂ ਆਪਣੇ ਵੱਲੋਂ ਵੀ ਇਹਨਾਂ ਦਾ ਬਹੁਤ ਤਹਿ ਦਿਲ ਧੰਨਵਾਦੀ ਹਾਂ, ਕਿਉਂਕਿ ਜਦੋਂ ਸਾਨੂੰ ਆਪਣੀਆਂ ਦਸਤਾਰਾਂ ਨਜ਼ਰ ਆਉਂਦੀਆਂ ਤਾਂ ਅਸੀਂ ਉੱਥੇ ਬੜੇ ਜਿਹੜੇ ਆ ਖੁਸ਼ ਹੁੰਦੇ ਹਾਂ। ਮੈਂ ਚੇਚੇ ਤੌਰ 'ਤੇ ਅੱਜ ਇਸ ਬਰਸੀ ਦੇ ਮੌਕੇ ਦੇ ਉੱਤੇ ਸਮੂਹ ਸਖਸ ਜਗਤ ਨੂੰ ਵਧਾਈਆਂ ਦਿੰਦਾ, ਸੰਤਾਂ ਦੇ ਸ਼ਰਧਾ ਦੇ ਫੁੱਲ ਭੇਟ ਕਰਦਾ। ਇਹ ਬੇਨਤੀ ਕਰਦਾ ਕਿ ਸਾਡਾ ਜਿਹੜਾ ਸਿੱਖ ਸਮਾਜ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੋਰ ਜੁੜੇ, ਇਹੋ ਜਿਹੇ ਸੰਤ ਮਹਾਂਪੁਰਸ਼ ਦੁਨੀਆ ਦੇ ਹੋਰ ਆਉਣ, ਜਿਹੜੇ ਕਿ ਸਾਡੇ ਸਿੱਖ ਪੰਥ ਨੂੰ ਸਹੀ ਰਾਹ ਦਿਖਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ। ਚੇਤੇ ਤੌਰ 'ਤੇ ਮੇਰੇ ਵੀਰ ਮੀਡੀਆ ਵਾਲੇ ਰਵਿੰਦਰ ਰਿਆੜ ਜੀ ਇਹ ਬੈਠੇ ਨੇ, ਇਹਨਾਂ ਦਾ ਵੀ ਧੰਨਵਾਦ, ਕਿਉਂਕਿ ਜਦੋਂ ਕੋਈ ਸਿੱਖ ਪੰਥ ਦਾ ਮਸਲਾ ਹੁੰਦਾ ਵੀ ਬੜਾ ਬਿਲਕੁਲ ਉਹਨੂੰ ਛਾਣਬੀਣ ਕਰਕੇ ਜਿਹੜਾ ਉਹ ਦਿਖਾਉਂਦੇ ਨੇ। ਚੇਚੇ ਤੌਰ 'ਤੇ ਮੀਡੀਆ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਤਿਉਹਾਰ, ਸਾਡੇ ਵੀਰ ਸਕੱਤਰ ਸਾਹਿਬ ਜਿਹੜੇ ਕਿ ਪ੍ਰਧਾਨ ਵੀ ਰਹਿ ਚੁੱਕੇ ਨੇ, ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਦੇ ਸਾਰੇ ਐਕਸਪੀਰੀਅੰਸ ਨੇ, ਕੁਲਦੀਪ ਸਿੰਘ ਜੀ ਖਾਲਸਾ, ਰਘਵੀਰ ਸਿੰਘ ਜੀ, ਗੁਰਮੇਜ ਸਿੰਘ ਜੀ। ਜਦੋਂ ਇੱਥੇ ਥੋੜ੍ਹਾ ਜਿਹਾ ਪ੍ਰੋਬਲਮ ਸੀ, ਇਹ ਮੇਰਾ ਵੀਰ ਇੱਧਰ ਪ੍ਰਧਾਨ ਸੀ, ਮੈਂ ਉੱਧਰ ਸੀ, ਉਸ ਟਾਈਮ ਦੇ ਮੌਕੇ ਦੇ ਨਾਲ ਜੋ ਦੋ ਕਮੇਟੀਆਂ ਦੇ ਰਿਲੇਸ਼ਨ ਬਣੇ ਨੇ ਉਸ ਟਾਈਮ ਤੋਂ ਲੈ ਕੇ ਅੱਜ ਸਾਡੇ ਦੋ ਕਮੇਟੀਆਂ ਦੇ ਵਿੱਚ, ਉਹ ਤੋਂ ਮਗਰੋਂ ਕਦੀ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਨਹੀਂ ਆਈ। ਅਸੀਂ ਸਾਰਾ ਸਿੱਖ ਭਾਈਚਾਰਾ, ਸਾਰੇ ਭਰਾ ਭੈਣਾਂ, ਮੈਂ ਚੇਚੇ ਤੌਰ 'ਤੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ, ਵਧਾਈ ਦਿੰਦਾ ਗੁਰਦੁਆਰਾ ਸਿੱਖ ਸੈਟੀ ਵੱਲੋਂ। ਦੂਸਰਾ, ਕਿ ਜਿਹੜਾ ਸਾਡੇ ਪ੍ਰਧਾਨ ਸਾਹਿਬ ਆ ਉਹ ਅੱਜ ਇੱਥੇ ਨਿਊਯਾਰਕ ਹੈ ਨਹੀਂ ਸੀ, ਇਸ ਕਰਕੇ ਜਿਹੜੀ ਬਾਕੀ ਦੀ ਪ੍ਰਬੰਧਕ ਕਮੇਟੀ ਆ, ਚੇਅਰਮੈਨ, ਸਕੱਤਰ ਸਾਹਿਬ, ਸਾਡੇ ਬੋਰਡ ਆਫ ਟਰਸਟੀ ਸਾਰੇ ਹੀ ਇਸ ਕਰਕੇ ਚੇਚੇ ਤੌਰ 'ਤੇ ਪਹੁੰਚੇ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਬਕਾ ਪ੍ਰਧਾਨ ਸਿੱਖ ਕਲਚਰ ਸੁਸਾਇਟੀ ਗੁਰਦੇਵ ਸਿੰਘ ਜੀ ਕੰਗ, ਜਿਨ੍ਹਾਂ ਨੇ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬਹੁਤ ਬਹੁਤ ਧੰਨਵਾਦ ਇਹਨਾਂ ਦੇ ਨਾਲ ਪੂਰੀ ਕਮੇਟੀ ਜੋ ਪਹੁੰਚੀ ਹੈ, ਜੋ ਸੁਰਜੀਤ ਸਿੰਘ ਜੀ ਮੋਦਲ, ਬੂਟਾ ਸਿੰਘ ਜੀ ਜੋ ਸਾਡੇ ਵਿੱਚ ਨੇ, ਆਪਣੇ ਕੁਲਦੀਪ ਸਿੰਘ ਜੀ ਵੜੈਚ, ਔਰ ਦਵਿੰਦਰ ਸਿੰਘ ਜੀ ਬੋਪਾ ਰਾਏ, ਜਿਹੜੇ ਸਾਡੇ ਬਹੁਤ ਪੁਰਾਣੇ ਪਰਮ ਮਿੱਤਰ ਨੇ, ਬੜੇ ਲੰਬੇ ਸਮੇਂ ਤੋਂ ਜਾਣਦੇ ਹਾਂ, ਔਰ ਸੁਲੱਖਣ ਸਿੰਘ ਜੀ ਬਾਬਾ ਮਾਝਾ ਸਿੰਘ ਤੋਂ ਪਹੁੰਚੇ ਨੇ, ਸੁਮਿੱਤਰ ਸਿੰਘ ਜੀ ਜੋ ਬਾਬਾ ਮਾਝਾ ਸਿੰਘ ਤੋਂ ਪਹੁੰਚੇ ਨੇ, ਉੱਥੇ ਬਹੁਤ ਵੱਡੇ ਪੱਧਰ 'ਤੇ ਸੇਵਾ ਕਰਦੇ ਨੇ, ਔਰ ਗਿਆਨੀ ਲਖਵਿੰਦਰ ਸਿੰਘ ਜੀ ਜੋ ਉੱਥੇ ਦੇ ਹੈੱਡ ਗ੍ਰੰਥੀ ਨੇ, ਹੋਰ ਵੀ ਜਿਨ੍ਹਾਂ ਦੇ ਨਾਮ ਮੈਂ ਨਾ ਲੈ ਸਕਿਆ, ਸਾਰਿਆਂ ਵੱਲੋਂ ਮੈਂ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ। ਸੋ ਸਾਡੇ ਕੋਲ ਸਾਡੇ ਪਰਮ ਮਿੱਤਰ ਸੁਭਾਸ਼ ਜੀ ਪਹੁੰਚੇ ਨੇ ਦਿੱਲੀ ਤੋਂ, ਕਿ ਬਹੁਤ ਸਾਡਾ ਇਹਨਾਂ ਦੇ ਨਾਲ ਪਿਆਰ ਹੈ। ਪ੍ਰੀਤਮ ਸਿੰਘ ਗਿੱਲ ਜੀ, ਰਘਵੀਰ ਸਿੰਘ ਜੀ ਸੁਭਾਨਪੁਰ, ਸਾਰੇ ਅਸੀਂ ਇਕੱਠਾ ਇੱਕ ਗਰੁੱਪ ਸੀ ਸਾਰੇ। ਇਹਨਾਂ ਨੂੰ ਮੈਂ ਬੇਨਤੀ ਕਰਨਾ ਕਿ ਗੁਰੂ ਘਰ ਦੇ ਮੁੱਖ ਸੇਵਾਦਾਰ ਇਹਨਾਂ ਨੂੰ ਸਰਪ ਦੀ ਬਖਸ਼ਿਸ਼ ਦੇਣਗੇ। ਸੋ ਆ ਜਾਓ, ਅਤੇ ਨਾਲ ਹੀ ਮੈਂ ਬੇਨਤੀ ਕਰਨਾ 15 ਮਿੰਟ ਵਾਸਤੇ ਸਾਡੇ ਡਾਕਟਰ ਅਮਰੀਕ ਸਿੰਘ ਜੀ, ਉਹ ਵੀ ਆਪਣੇ ਵਿਚਾਰ ਰੱਖਣਗੇ, ਸੰਗਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਧੰਨ 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 ਜਨ ਆਇਆ,
ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਦੋਏ ਘਰ ਜੋੜ ਰਸਨਾ ਪਵਿੱਤਰ ਕਰੀਏ ਗੁਰੂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ ਮਿਹਰ ਕੀਤੀ ਹੈ ਬਹੁਤ ਹੀ ਅਦਬ ਸਤਿਕਾਰ ਸਹਿਤ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਨਿਊਯਾਰਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਮਹਾਂਪੁਰਸ਼ਾਂ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 69ਵੀਂ ਮਿੱਠੀ ਅਤੇ ਨਿੱਘੀ ਯਾਦ ਦੇ ਸੰਬੰਧ ਵਿੱਚ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਵਿੱਚ ਰੱਬੀ ਬਾਣੀ ਦੇ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਵਾਰਾਂ ਸਰਵਣ ਕਰਕੇ ਜਿੱਥੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਉੱਥੇ ਮਹਾਂਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਜੀਵਨ ਦੇ ਸੰਬੰਧ ਵਿੱਚ ਮੈਂ ਕੁਝ ਕਹਿ ਸਕਾਂ ਜਿਤਨਾ ਵੀ ਸਮਾਂ ਮਾਨਯੋਗ ਸਕੱਤਰ ਸਾਹਿਬ ਜੀ ਵੱਲੋਂ ਪ੍ਰਾਪਤ ਹੋਇਆ ਯਤਨ ਕੀਤਾ ਜਾਏਗਾ ਸਮੇਂ ਵਿੱਚ ਰਹਿ ਕਰਕੇ ਆਪ ਜੀ ਦੇ ਨਾਲ ਮਹਾਂਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੀ ਕਰ ਸਕੀਏ ਵੱਡੇ ਪੱਧਰ ਦੇ ਉੱਤੇ ਇਹ ਸਮਾਗਮ 1-2-3 ਜੂਨ ਤੋਂ ਔਰ ਨਿਰੰਤਰ ਲਗਾਤਾਰ ਇੱਕ ਮਹੀਨਾ ਇਹ ਮਹਾਨ ਸਮਾਗਮ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਬੇਗੋਵਾਲ ਦੇ ਸਥਾਨ ਦੇ ਉੱਤੇ ਇੱਕ ਮਹੀਨਾ ਲਗਾਤਾਰ ਸਮਾਗਮ ਚੱਲਦੇ ਨੇ ਮਾਨਯੋਗ ਬੀਬੀ ਜਗੀਰ ਕੌਰ ਜੀ ਜਿਵੇਂ ਸਤਿਕਾਰਯੋਗ ਮੇਰੇ ਵੱਡੇ ਵੀ ਸਰਦਾਰ ਰਘਵੀਰ ਸਿੰਘ ਜੀ ਨੇ ਦੱਸਣਾ ਕੀਤਾ ਉੱਥੇ ਦੇ ਮੁੱਖ ਪ੍ਰਬੰਧਕ ਉਹਨਾਂ ਦੀ ਰਹਿਨਮਾਈ ਹੇਠ ਮਹਾਨ ਗੁਰਮਤਿ ਸਮਾਗਮਾਂ ਦੀ ਲੜੀ ਇੱਕ ਮਹੀਨਾ ਚੱਲਦੀ ਹੈ ਜਿਹਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਰੋਜ਼ਾਨਾ ਵਿਦਵਾਨ ਜਨ ਸਿੰਘ ਸਾਹਿਬਾਨ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਔਰ 1 ਤਰੀਕ ਨੂੰ ਵੱਡੇ ਪੱਧਰ 'ਤੇ ਅੰਮ੍ਰਿਤ ਸੰਚਾਰ ਬੇਬੇ ਨਾਨਕੀ ਨੂੰ ਸਮਰਪਿਤ ਕਰਕੇ 1 ਤਰੀਕ ਦਾ ਮਹਾਨ ਗੁਰਮਤਿ ਸਮਾਗਮ ਜੋ ਸਿੱਖ ਇਸਤਰੀਆਂ ਵਾਸਤੇ ਵਿਸ਼ੇਸ਼ ਤੌਰ 'ਤੇ ਹੁੰਦਾ ਹੈ ਦੇ ਜਿਹਦੇ ਵਿੱਚ ਮਾਨਯੋਗ ਮੇਰੀਆਂ ਬੀਬੀਆਂ ਭੈਣਾਂ ਹੀ ਰੱਬੀ ਬਾਣੀ ਦਾ ਕੀਰਤਨ ਕਰਦੀਆਂ ਨੇ ਕਥਾ ਕਰਦੀਆਂ ਨੇ ਢਾਡੀ ਵਾਰਾਂ ਗਾਉਂਦੀਆਂ ਨੇ ਗੁਰਮਤਿ ਵਿਚਾਰਾਂ ਕਰਦੀਆਂ ਨੇ ਇੱਕ ਦਿਨ ਵਿਸ਼ੇਸ਼ ਤੌਰ 'ਤੇ ਸਾਰਾ ਦਿਨ ਦੀਵਾਨ ਜਿਹੜਾ ਹੈ ਉਹ ਮੇਰੀਆਂ ਬੀਬੀਆਂ ਭੈਣਾਂ ਨੂੰ ਸਮਰਪਿਤ ਹੁੰਦਾ ਹੈ ਇਸੇ ਤਰੀਕੇ ਨਾਲ ਦੂਸਰੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਢਾਡੀ ਦਰਬਾਰ ਕਵੀ ਦਰਬਾਰ ਇਹ ਸਮਾਗਮ ਉਲੀਕੇ ਜਾਂਦੇ ਨੇ ਸੰਤ ਮਹਾਂਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਦੀ ਯਾਦ ਵਿੱਚ ਮੈਂ ਕੁਝ ਉਹਨਾਂ ਦੇ ਬਾਰੇ ਵਿੱਚ ਕਹਿ ਸਕਾਂ ਮੇਰੇ ਤੋਂ ਪਹਿਲਾਂ ਸਟੇਜ ਦੇ ਉੱਤੇ ਬਹੁਤ ਹੀ ਸਤਿਕਾਰਯੋਗ ਵਿਦਵਾਨਾਂ ਨੇ ਥੋੜ੍ਹੇ ਸਮੇਂ ਵਿੱਚ ਬਹੁਤ ਕੁਝ ਕਹਿ ਕੇ ਗਏ ਨੇ ਮਾਨਯੋਗ ਮਾਸਟਰ ਮਹਿੰਦਰ ਸਿੰਘ ਜੀ ਔਰ ਪੰਥ ਦੇ ਮਹਾਨ ਸ਼ਾਇਰ ਸਤਿਕਾਰਯੋਗ ਸਰਦਾਰ ਰਘਵੀਰ ਸਿੰਘ ਜੀ ਜਿਹੜੇ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ ਅਕਸਰ ਹੀ ਕੁਝ ਨਾ ਕੁਝ ਲਿਖਦੇ ਰਹਿੰਦੇ ਨੇ ਮੈਂ ਉਹਨਾਂ ਦੀਆਂ ਕਵਿਤਾਵਾਂ ਅਕਸਰ ਪੜ੍ਹਦਾ ਰਹਿੰਦਾ ਉਹਨਾਂ ਨੇ ਵੀ ਮਹਾਂਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਦੇ ਜੀਵਨ ਦੇ ਉੱਤੇ ਵਿਸਥਾਰ ਦੇ ਨਾਲ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਝ ਆਖਿਆ ਮਹਾਂਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਦੇ ਜੀਵਨ ਨੂੰ ਜੇ ਵੇਖੀਏ ਤਾਂ ਪ੍ਰਮੁੱਖ ਤੌਰ ਦੇ ਉੱਤੇ 4 ਭਾਗਾਂ ਦੇ ਵਿੱਚ ਉਹਨਾਂ ਦੇ ਜੀਵਨ ਨੂੰ ਵੰਡਿਆ ਜਾ ਸਕਦਾ ਵਿਦਵਾਨ ਜਨ ਬੈਠੇ ਨੇ ਭਾਈ ਜਸਪਾਲ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਉਹਨਾਂ ਦਾ ਮੁੱਢਲਾ ਜੀਵਨ ਉਹਨਾਂ ਦਾ ਦੂਸਰਾ ਪਹਿਲੂ ਹੈ
ਸਮਾਜ ਸੁਧਾਰ ਦੇ ਖੇਤਰ ਵਿੱਚ ਉਹਨਾਂ ਨੇ ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਕੀਤੀਆਂ। ਪਹਿਲਾ ਉਹਨਾਂ ਦਾ ਪੱਖ ਹੈ ਕਿ ਉਹਨਾਂ ਦਾ ਬਚਪਨ, ਉਹਨਾਂ ਦਾ ਮੁੱਢਲਾ ਜੀਵਨ ਕਿਵੇਂ ਬਤੀਤ ਹੋਇਆ, ਕਿਵੇਂ ਉਹਨਾਂ ਨੂੰ ਗੁਰੂ ਦੇ ਘਰ ਦੀ ਲਗਨ ਲੱਗੀ। ਮੈਨੂੰ ਉਹ ਬਾਤ ਯਾਦ ਹੈ, ਮਾਨਯੋਗ ਗਿਆਨੀ ਸੰਸੇ ਮਸ਼ਕੀਨ ਜੀ ਕਥਾ ਵਿੱਚ ਇੱਕ ਬਚਨ ਕਿਹਾ ਕਰਦੇ ਸਨ। ਉਹ ਇੱਕ ਬਾਤ ਕਹਿੰਦੇ ਸਨ ਕਿ ਸੰਤ ਬਣਨਾ ਕੋਈ ਔਖੀ ਗੱਲ ਨਹੀਂ ਹੈ, ਔਖੀ ਗੱਲ ਨਹੀਂ ਹੈ ਕੋਈ ਸੰਤ ਬਣਨਾ, ਸੰਤ ਕਹਾਉਣਾ ਵੀ ਕੋਈ ਔਖੀ ਗੱਲ ਨਹੀਂ ਹੈ। ਪੰਜ ਦਸ ਚੇਲੇ ਰੱਖੋ, ਉਹ ਤੁਹਾਨੂੰ ਸੰਤ ਕਹਿਣ, ਦੇਖਾ ਦੇਖੀ 20 ਹੋ ਜਾਣ, 40 ਹੋ ਜਾਣ, ਤੁਸੀਂ ਸੰਤ ਹੋ ਜਾਓਗੇ। ਸੰਤ ਕਹਾਉਣਾ ਸ਼ੁਰੂ ਕਰ ਦਿਉ, ਸੰਤ ਬਣ ਜਾਓਗੇ। ਸੰਤ ਬਣਨਾ ਵੀ ਕੋਈ ਔਖੀ ਗੱਲ ਨਹੀਂ ਹੈ, ਪਹਿਰਾਵਾ ਧਾਰਨ ਕਰ ਲਓ, ਵੱਡਾ ਡੇਰਾ ਬਣਾ ਲਓ, ਤੁਸੀਂ ਸੰਤ ਕਹਾਉਣਾ ਸ਼ੁਰੂ ਕਰ ਦਿਓਗੇ। ਇਹ ਮਾਨਯੋਗ ਗਿਆਨੀ ਸੰਸੇ ਮਸ਼ਕੀਨ ਜੀ ਦੇ ਵਿਚਾਰ ਸਨ। ਤੀਸਰੀ ਬਾਤ ਉਹ ਗੱਲ ਕਹਿੰਦੇ ਸਨ, ਸੰਤ ਕਹਾਉਣਾ ਬਹੁਤ ਵੱਡੀ ਗੱਲ ਨਹੀਂ ਹੈ, ਸੰਤ ਬਣਨਾ ਵੀ ਬਹੁਤ ਵੱਡੀ ਗੱਲ ਨਹੀਂ ਹੈ, ਪਰ ਸਭ ਤੋਂ ਵੱਡੀ ਗੱਲ ਹੈ ਸੰਤ ਹੋ ਜਾਣਾ, ਕੋਈ ਸੰਤ ਹੋ ਜਾਵੇ। ਸੰਤ ਮਹਾਂਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਨਾ ਆਪਣੇ ਆਪ ਨੂੰ ਸੰਤ ਕਹਾਇਆ, ਨਾ ਸੰਤ ਬਣੇ, ਉਹ ਸੰਤ ਹੋਏ ਨੇ। ਅਤੇ ਵਿਸ਼ੇਸ਼ ਤੌਰ 'ਤੇ ਇੱਕ ਉਹਨਾਂ ਦੀ ਵਿਲੱਖਣਤਾ ਇਹ ਹੈ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੋਈ ਚੇਲਾ ਨਹੀਂ ਜੇ ਬਣਾਇਆ। ਬਾਲ ਉਮਰ ਦੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜੀਵਨ ਬਾਰੇ ਮੈਨੂੰ ਇੱਕ ਛੋਟੀ ਜਿਹੀ ਗਾਥਾ ਯਾਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਬਜੈਕਟ ਵੀ ਹੈ ਸੰਤਾਂ ਦੇ ਬਾਰੇ ਵਿੱਚ। ਇੱਕ ਦਿਨ ਕਿਸੇ ਵਜ਼ੀਰ ਨੇ, ਰਾਜੇ ਨੇ ਇੱਕ ਇੱਛਾ ਪ੍ਰਗਟ ਕੀਤੀ। ਇਹ ਮੈਂ ਇੱਕ ਮਿੰਨੀ ਕਹਾਣੀ ਪੜ੍ਹੀ ਸੀ, ਮੈਨੂੰ ਉਹ ਬੜੀ ਚੰਗੀ ਲੱਗੀ। ਉਸ ਨੇ ਆਪਣੇ ਵਜ਼ੀਰ ਨੂੰ ਇੱਕ ਬਾਤ ਆਖੀ ਕਿ ਜਾਓ, ਜਿਹੜੇ ਮੇਰੇ ਸ਼ਹਿਰ ਦੇ ਵਿੱਚ ਜਿਹੜੇ ਸੰਤ ਹੈ ਨਾ, ਸੰਤ, ਉਹਨਾਂ ਨੂੰ ਸੋਨੇ ਦੀਆਂ ਅਸ਼ਰਫੀਆਂ ਦੇ ਕੇ ਆਓ, ਇਕੱਲੀ ਇਕੱਲੀ ਸੋਨੇ ਦੀ ਅਸ਼ਰਫੀ ਜਿਹੜੇ ਮੇਰੇ ਰਾਜ ਭਾਗ ਦੇ ਵਿੱਚ ਸੰਤ ਨੇ ਉਹਨਾਂ ਨੂੰ ਦੇ ਕੇ ਆਓ। ਵਜ਼ੀਰ ਬੜਾ ਸਿਆਣਾ ਸੀਗਾ, ਸੋਨੇ ਦੀਆਂ ਅਸ਼ਰਫੀਆਂ ਥੈਲੀ ਵਿੱਚ ਪਾ ਲਈਆਂ, ਜਿੰਨੀਆਂ ਲੈ ਕੇ ਗਿਆ ਸੀ ਨਾ ਅਸ਼ਰਫੀਆਂ, ਸ਼ਾਮ ਨੂੰ ਵਾਪਸ ਉਨੀਆਂ ਹੀ ਮੈਂ ਲੈ ਕੇ ਆ ਗਿਆ। ਰਾਜੇ ਨੇ ਪੁੱਛਿਆ ਕੀ ਗੱਲ, ਜਿੰਨੀਆਂ ਅਸ਼ਰਫੀਆਂ ਲੈ ਕੇ ਗਿਆ ਸੀ ਉਨੀਆਂ ਹੀ ਵਾਪਸ ਲੈ ਕੇ ਆ ਗਿਆ, ਕੀ ਗੱਲ ਮੇਰੇ ਰਾਜ ਭਾਗ ਦੇ ਵਿੱਚ ਕੋਈ ਸੰਤ ਨਹੀਂ ਹੈ? ਅਤੇ ਵਜ਼ੀਰ ਬੜਾ ਸਿਆਣਾ ਸੀ, ਸਿਆਣਪ ਦੀ ਲੋੜ ਹੈ। ਉਸਨੇ ਆਖਿਆ, ਰਾਜਨ ਨਹੀਂ, ਐਸੀ ਗੱਲ ਨਹੀਂ ਹੈ, ਤੁਹਾਡੇ ਰਾਜ ਭਾਗ ਦੇ ਵਿੱਚ ਸੰਤ ਵੀ ਹੈ। ਕਹਿੰਦੇ ਫਿਰ ਤਾਂ ਮੈਂ ਤੁਹਾਨੂੰ ਇੱਕ ਗੱਲ ਆਖੀ ਸੀ ਕਿ ਜਿਹੜਾ ਕੋਈ ਸੰਤ ਹੋਵੇ ਸਾਰਿਆਂ ਨੂੰ ਇੱਕ ਇੱਕ ਸੋਨੇ ਦੀ ਅਸਰਫੀ ਦੇ ਕੇ ਆਉਣੀ, ਤੁਸੀਂ 100 ਲੈ ਕੇ ਗਏ ਸੀ, 100 ਦੀਆਂ 100 ਹੀ ਵਾਪਸ ਲੈ ਕੇ ਆ ਗਏ ਹੋ, ਕੀ ਕਾਰਨ ਹੈ? ਉਸ ਵਜ਼ੀਰ ਨੇ ਆਖਿਆ, ਰਾਜਨ ਕਾਰਨ ਇਹ ਹੈ, ਜਿਹੜੇ ਅਸੰਤ ਸੀਗੇ, ਅਸੰਤ, ਉਹ ਮੰਗਦੇ ਸੀ, ਮੈਂ ਦਿੱਤੀਆਂ ਨਹੀਂ। ਜਿਹੜੇ ਸੰਤ ਸੀ ਮੈਂ ਉਹਨਾਂ ਨੂੰ ਦਿੰਦਾ ਸੀ, ਉਹਨਾਂ ਨੇ ਲਈਆਂ ਨਹੀਂ। ਗੱਲ ਬੜੀ ਸਮਝ ਵਾਲੀ ਹੈ, ਜਿਹੜੇ ਅਸੰਤ ਸੀਗੇ ਉਹ ਮੰਗਦੇ ਸੀ, ਮੈਂ ਦਿੱਤੀਆਂ ਨਹੀਂ, ਜਿਹੜੇ ਸੰਤ ਸੀ ਮੈਂ ਦਿੰਦਾ ਸੀ, ਉਹਨਾਂ ਨੇ ਲਈਆਂ ਨਹੀਂ। ਸੰਤ ਬਾਬਾ ਪ੍ਰੇਮ ਸਿੰਘ ਜੀ ਉਹਨਾਂ ਦੇ ਵਿੱਚੋਂ ਸਨ। ਛੋਟੀ ਉਮਰ ਹੈ, ਬਾਲ ਉਮਰ ਹੈ, ਧਿਆਨ ਮਾਰ ਕੇ ਵੇਖੀਏ, ਮੁਲਾਂਕਣ ਕਰੀਏ, ਜੇ ਅਸੀਂ 69ਵੀਂ ਵਰਸੀ ਉਹਨਾਂ ਦੀ ਮਨਾ ਰਹੇ ਹਾਂ ਨਾ, ਤਾਂ ਕੌਮ 69ਵੀਂ ਵਰਸੀ ਦਾ ਲੇਖਾ ਜੋਖਾ ਵੀ ਕਰੇ। ਹਰੇਕ ਕੌਮ, ਹਰੇਕ ਦੁਕਾਨਦਾਰ ਆਪਣੇ ਸਾਲ ਦਾ ਕੀਤੇ ਹੋਏ ਕੰਮਾਂ ਦਾ ਲੇਖਾ ਜੋਖਾ ਕਰਦਾ, ਹਰੇਕ ਜ਼ਿਮੀਂਦਾਰ ਸਾਲ ਬਾਅਦ ਆਪਣੇ ਕੰਮ ਦਾ ਲੇਖਾ ਜੋਖਾ ਕਰਦਾ ਕਿ ਮੈਂ ਕਿੰਨਾ ਬੀਜ ਪਾਇਆ, ਕਿੰਨੀ ਸੇਵਾ ਕੀਤੀ, ਮੈਨੂੰ ਕਿੰਨਾ ਫਲ ਪ੍ਰਾਪਤ ਹੋਇਆ, ਕਿੰਨਾ ਲਾਭ ਹੋਇਆ। ਸਰਕਾਰਾਂ ਵੀ ਆਪਣੇ ਕੰਮਾਂ ਦਾ ਸਾਲਾਨਾ ਬਜਟ ਪੇਸ਼ ਕਰਦੀਆਂ ਨੇ, ਲੇਖਾ ਜੋਖਾ ਕਰਦੀਆਂ ਨੇ। ਮੈਂ ਬੇਨਤੀ ਕਰਾਂ, 69 ਸਾਲ ਹੋ ਗਏ ਨੇ ਸਾਨੂੰ ਸੰਤ ਬਾਬਾ ਪ੍ਰੇਮ ਸਿੰਘ ਦੀ ਬਰਸੀ ਨੂੰ ਮਨਾਉਂਦਿਆਂ ਹੋਇਆਂ, ਕੌਮ ਵੀ ਲੇਖਾ ਜੋਖਾ ਕਰੇ ਕਿ 69 ਸਾਲ ਦੇ ਵਿੱਚ ਸਾਡੀਆਂ ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਹੋਈਆਂ ਨੇ, ਕਿਹੜੇ ਕਿਹੜੇ ਖੇਤਰ ਦੇ ਵਿੱਚ ਅਸੀਂ ਮੱਲਾਂ ਮਾਰੀਆਂ ਨੇ। ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜੇ ਜੀਵਨ ਵਾਲੇ ਪਾਸੇ ਵੇਖੀਏ, ਵਿੱਦਿਆ ਦੇ ਪ੍ਰਸਾਰ ਵਾਲੇ ਪਾਸੇ ਵੇਖੀਏ, ਦਾਸ ਨੇ ਇੱਕ ਵਾਰੀ ਸਟੇਜ ਦੇ ਉੱਤੇ ਇੱਕ ਬੇਨਤੀ ਕੀਤੀ ਸੀ, ਤੁਸੀਂ ਧਿਆਨ ਮਾਰ ਕੇ ਵੇਖਿਓ, ਇਹ ਠੀਕ ਹੈ, ਚੰਗੀ ਗੱਲ ਹੈ ਕਿ ਅਸੀਂ ਉਹਨਾਂ ਦੇ ਦਿਹਾੜੇ ਬੜੀ ਸ਼ਾਨੋ ਸ਼ੌਕਤ ਨਾਲ ਮਨਾਉਂਦੇ ਨੇ, ਜਿਵੇਂ ਭਾਈ ਸਾਹਿਬ ਜੀ ਕੱਲ੍ਹ ਕਹਿ ਕੇ ਗਏ ਸਨ ਸਟੇਜ 'ਤੇ, ਮਾਨਯੋਗ ਸਿੰਘ ਸਾਹਿਬ, ਗਿਆਨੀ ਤਰਲੋਚਨ ਸਿੰਘ ਜੀ,
जहदार श्री केसगढ़ साहब जी ये बचन क्या करते सन, जिनके पुरब मनाते हो उनकी बात भी माना करो। विद्या के खेत्र में दास ने कई बार बेनती की तुसी झाती मार के वेख लो पंजाब वाली धरती के उत्ते जिथों असी मुड़ के वापस आए हैं। इस धरती के उत्ते 69वीं बरसी असी मनाई है ते मैं एक सुझाव दिता सी पिछली बारी प्रबंधक जना कि गुरमुख प्यार वाले इदा करिया करिए, किसी चीज़ की कोई भी घाट नहीं है। तुसी ध्यान मार के वेख लो पंजाब की धरती के उत्ते तुहाडे आई एस अफसर किन्ने आ गए, तुहाडे आई पी अफसर किन्ने आ गए, तुहाडे डीसी किन्ने हैं, तुहाडे एसएसपी किन्ने हैं, तुहाडे जज किन्ने हैं। क्यों नहीं असी लेखा जोखा करदे हां संत बाबा प्रेम सिंह जी मराले वालियां दी बरसी नूं मनाउंदे होया इस पासे वल ध्यान दईए भी घट्टो घट्ट असी गल कह सकीए, माण नाल गल कह सकीए भी असी हर साल एक बच्चा कोई ना कोई जिहड़ा टैलेंट है जिहदे विच उह भावना रखता है, स्पिरिट रखता है, कौमी तौर दे उत्ते मैं कल्ली एक खेत्र की गल नहीं कहांगा, वर्ल्ड लेवल दे उत्ते एक फैसला कर लईए कि असी साल दे विच एक बंदे नूं आई एस अफसर जरूर बनाउणा है। जदों अगली बार संत बाबा प्रेम सिंह की बरसी आवे तो असी एक आई पी एस अफसर जरूर बनाउणा है। साडे डीसी होण, डीसी कौन है, राम मूर्ति खान, एस एस पी कौन है, मुहम्मद खान, तो सिंह किधर चले गए। असी विद्या के खेत्र विच क्यों पछड़ चुके हैं, की कारण है। संत बाबा प्रेम सिंह जी ने जिहड़ी म्यारी सिक्ख्या दित्ती सी विद्या दे खेत्र दे विच पे कौम अनपढ़ ना रह जावे, अज इस गल दी तां मैनूं खुशी हुंदी है जदों विदेशां दी धरती ते असी आ के देखदे हां साडे बच्चे विद्या दे खेत्र विच बड़ियां मल्लां मार रहे ने, चंगे चंगे डाक्टर बन रहे ने, इंजीनियर बन रहे ने, अच्छियां अच्छियां पोस्टां ते जा रहे ने। पर जदों मैं पंजाब वाली धरती वाले पासे वेखदा, तुसीं पिछले पासे अपने पेके घर वाले पासे झाती मार के वेखो, दस दस जमातां पढ़े ने, पासवर्ड बनाउंदे ने, जंगलां विच तुर तुर के असी कोई टीचा रख्या होया कि असी विदेशां नूं तुर जाणा है। एजुकेशन साडे कोल जांदी रही है। संत बाबा प्रेम सिंह जी ने विशेष तौर दे उत्ते जिहड़ी सुधार समाज सुधार लहर चलाई सी आपां उहदे विच किन्ने कामयाब हो गए हैं, इस पासे वल भी ध्यान देण दी लोड़ है। सत सत दिन दीआं बरातां संत बाबा प्रेम सिंह जी ने आख्या इवें नहीं करना, लड़की वालियां ते बोझ नहीं जे पाउणा, समां घटाओ, दो दो दिन दीआं बरातां रखियां, एक एक दिन की बरात रखी। तो मैनू एक वीर मेरा कह रहा सी भी भाई साहब हुण तां एक दिन की बरात ही है, मैं कहा एक दिन की बरात भी इदां दी हुंदी आ, साल जोगा बंदे नूं उठण जोगा नहीं छड्डदे। तो कहण दा भाव है संत बाबा प्रेम सिंह जी जे बरातां दे विच एक मैसेज दिंदे सी, उह क्या करदे सन कि भाई बरात दे विच तुसीं उहनां दा जीवन पढ़ो, उहनां दा इतिहास पढ़ो। वह गल क्या करते सन कि बरात दे विच कोई शराबी बंदा बराती ना जावे, यह गल उहनां दे मैसेज दे विच सी, स्नेह दे विच सी, जिनके पुरब मनाते हो तिनकी बात भी माना करो। वह विशेष तौर दे उत्ते जदों बरातां रहिंदियां सी रात रहिंदियां सन ते विशेष तौर पर घर वालियां नूं इह हदायत की जाती सी तुसीं शक्कर ते देसी घिओ का प्रबंध करना है, तो शाम के टाइम के उत्ते बरातियां दीआं कुश्तियां कराया करते सन, भार चुकाउणा, मोहड़ियां चुकाउणियां, उन्हां दा शरीरक बल वेखना किन्ना क तकड़े आ। संत बाबा प्रेम सिंह जी ये मिशन लैके चले सन, वह तो प्रबंध करते होंगे सन इस गल का कि शक्कर का प्रबंध किया जाए, घ्यो का प्रबंध किया जाए, पर अज असी किस चीज़ का प्रबंध करते तुसी आप झाती मार के वेख लो। संत बाबा प्रेम सिंह जी मराले वालियां दा जे धार्मिक खेत्र दे विच जीवन वेखण दा यतन करिए, 15 साल की उम्र है ना जदों डेरे मराले दे विच पहुंचे आ, 15 साल की उम्र दे विच 7 साल लगातार उस स्थान ते सेवा कीती, 7 साल उस स्थान दे फाउंडर संत बाबा अमीर सिंह जी जिन्हां ने उस स्थान की स्थापना कीती, संत बाबा अमीर सिंह जी, उन्हां दे उत्तराधिकारी बाबा बिशन सिंह जी, ते बाबा बिशन सिंह जी दी पारखू अख ने एक गल वेख ली सी कि 7 साल की उम्र में संत बाबा प्रेम सिंह जी ने रज के सेवा कीती, रज के सिमरन कीता, और उस सेवा ते सिमरन दे सदका उन्हां ते बख्शिश होई। बाबा बिशन सिंह दी पारखू अख ने यह ज्ञान ये जान लिया सी कि इस डेरे की सेवा संभाल केवल तो केवल संत बाबा प्रेम सिंह जी कर सकते हैं।
ਕਈਆਂ ਨੇ ਇਤਰਾਜ਼ ਵੀ ਕੀਤਾ ਵੀ ਇਹ ਬਾਲ ਉਮਰ ਦੇ ਵਿੱਚ ਛੋਟੀ ਉਮਰ ਦੇ ਵਿੱਚ ਤੁਸੀਂ ਇਹਨਾਂ ਨੂੰ ਇਸ ਡੇਰੇ ਦੇ ਮੁਖੀ ਬਣਾ ਦਿੱਤਾ। ਅਤੇ ਬਾਬਾ ਬਿਸ਼ਨ ਸਿੰਘ ਜੀ ਨੇ ਆਖਿਆ ਐਸਾ ਨਹੀਂ, ਇਹ ਮਹਾਂਪੁਰਸ਼ ਐਸੇ ਇਸ ਸਥਾਨ ਦੇ ਸੇਵਾ ਕਰਨਗੇ ਕਿ ਇੱਕ ਡੇਰੇ ਦੀ ਇੱਕ ਇੱਟ ਇੱਟ ਜਿਹੜੀ ਆ ਉਹ ਪੂਜਣ ਯੋਗ ਹੋਵੇਗੀ। 1924 ਦੇ ਵਿੱਚ ਤੁਸੀਂ ਵੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੁਸੀਂ ਜਾਂਦੇ ਹੋ, ਉਸ ਸਥਾਨ ਦੇ ਉੱਤੇ ਜਦੋਂ ਤੁਸੀਂ ਹਰਿਮੰਦਰ ਸਾਹਿਬ 'ਚ ਮੱਥਾ ਟੇਕਦੇ ਆ ਨਾ, ਤੁਹਾਨੂੰ ਪਹਿਲੀ ਸਲੇਟ ਮਿਲੇਗੀ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਦੀ। ਇਤਿਹਾਸ ਲੰਬਾ, ਮੈਂ ਉਸ ਪਾਸੇ ਵੱਲ ਨਾ ਜਾਵਾਂ। ਜਦੋਂ ਪਰਿਕਰਮਾ ਕਰਦਿਆਂ ਹੋਇਆਂ ਹਰਕੀ ਪੌੜੀ ਦੇ ਉੱਤੋਂ ਚੂਲੀ ਲੈ ਕਰਕੇ ਤੁਸੀਂ ਦੱਖਣੀ ਬਾਹੀ ਵਾਲੇ ਪਾਸੇ ਵੇਖਦੇ ਹੋ ਤਾਂ ਉਸ ਪੱਖ ਦੀ ਸੇਵਾ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਨੇ ਕੀਤੀ ਹੈ। ਕੌਮ ਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਦਾ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਧੁਰਾ ਕੇਂਦਰ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੀਗਾ, ਔਰ ਆਪ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਿਲ ਹੋ ਕਰਕੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ, ਔਰ ਆਪ ਰੱਬੀ ਬਾਣੀ ਦਾ ਕੀਰਤਨ ਬਹੁਤ ਸੁੰਦਰ ਅੰਦਾਜ਼ ਦੇ ਵਿੱਚ ਉਹ ਕਰਿਆ ਕਰਦੇ ਸਨ। ਮੈਂ ਜ਼ਿਆਦਾ ਕੁਝ ਨਾ ਕਹਾਂ, ਇਹ ਗੱਲ ਕਹਿ ਕਰਕੇ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਸਮਾਜ ਸੁਧਾਰ ਲਹਿਰ ਦੇ ਵਿੱਚ ਅਤੇ ਵਿਹਾਰ ਲਹਿਰ ਦੇ ਵਿੱਚ ਇੱਕ ਗੱਲ ਆਖੀ ਸੀ ਕਿ ਕੌਮ ਦੀ ਖੁਰਾਕ ਅਤੇ ਪੁਸ਼ਾਕ ਇਹ ਗੁਰਮਤ ਦੇ ਅਨੁਕੂਲ ਹੋਣੀ ਚਾਹੀਦੀ ਹੈ। ਭਾਵੇ ਹੈ ਜੇ ਸਾਡੀ ਖੁਰਾਕ ਸਹੀ ਹੋ ਜਾਵੇ, ਸਾਡੀ ਪੁਸ਼ਾਕ ਸਹੀ ਹੋ ਜਾਵੇ। ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਦੋਨਾਂ ਪਹਿਲੂਆਂ 'ਤੇ ਯਤਨ ਕੀਤਾ। ਅੱਜ ਅਸੀਂ ਆਪਣੀ ਖੁਰਾਕ ਵਾਲੇ ਪਾਸੇ ਵੀ ਧਿਆਨ ਮਾਰ ਲਈਏ ਅਤੇ ਆਪਣੀ ਪੁਸ਼ਾਕ ਵਾਲੇ ਪਾਸੇ ਵੀ ਧਿਆਨ ਮਾਰ ਲਈਏ। ਪੱਛਮੀ ਸਭਿਅਤਾ ਦੇ ਪ੍ਰਭਾਵ ਥੱਲੇ ਸਾਡੀ ਖੁਰਾਕ ਸਾਡੀ ਪੁਸ਼ਾਕ ਦੇ ਵਿੱਚ ਫਰਕ ਆ ਗਿਆ। ਤੋ ਜ਼ਿਆਦਾ ਕੁਝ ਨਾ ਮੈਂ ਕਹਿੰਦਾ ਹੋਇਆ ਆਖਿਰਕਾਰ ਇੱਕ ਬੇਨਤੀ ਕਰਕੇ ਮੈਂ ਖਿਮਾ ਦਾ ਜਾਚਕ ਹੋ ਜਾਣਾ। ਸਾਧ ਸੰਗਤ ਜੀ, ਜਿਵੇਂ ਹਰ ਗੁਰੂ ਨਾਨਕ ਨਾਮ ਲੇਵਾ ਗੁਰੂ ਕਾ ਸਿੱਖ ਜਦੋਂ ਇੰਡੀਆ ਦੇ ਵਿੱਚ ਜਾਂਦਾ ਨਾ, ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਜ਼ਰੂਰ ਟੇਕ ਕੇ ਜਾਵਾਂ। ਚੰਗੀ ਗੱਲ ਹੈ, ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਹੈ, ਜਿਹੜੇ ਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਉਪਾਸ਼ਕ ਨੇ, ਪੈਰੋਕਾਰ ਨੇ, ਉਹ ਇਹ ਮਨ ਵਿੱਚ ਜ਼ਰੂਰ ਬਾਤ ਧਾਰਨ ਕਰਿਆ ਕਰਨ, ਜਦੋਂ ਹਿੰਦੁਸਤਾਨ ਦੀ ਧਰਤੀ 'ਤੇ ਜਾਣ, ਪੰਜਾਬ ਦੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦਾ ਜਿਹੜਾ ਸਥਾਨ ਹੈ ਨਾ ਬੇਗੋਵਾਲ ਦੇ ਵਿੱਚ, ਉੱਥੇ ਜਾ ਕਰਕੇ ਜ਼ਰੂਰ ਨਤਮਸਤਕ ਹੋ ਕੇ ਆਇਆ ਕਰੋ। ਤੁਸੀਂ ਉਸ ਧੁਰੇ ਨਾਲ, ਉਸ ਕੇਂਦਰ ਦੇ ਨਾਲ ਵੀ ਜੁੜਨ ਦਾ ਯਤਨ ਕਰੋ ਜਿਹੜਾ ਮਹਾਂਪੁਰਸ਼ਾਂ ਦਾ ਸਥਾਨ ਹੈ। ਮੈਂ ਇੱਕ ਵਾਰੀ ਫਿਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਜੀ ਦਾ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਜੀ ਦਾ, ਸਰਦਾਰ ਹਿੰਮਤ ਸਿੰਘ ਜੀ ਦਾ, ਸਰਦਾਰ ਰਘਵੀਰ ਸਿੰਘ ਜੀ ਬੈਠੇ ਨੇ, ਮੇਰੇ ਵੱਡੇ ਭਰਾ ਜੀ, ਬੜਾ ਮਾਣ ਦਿੰਦੇ ਨੇ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਵਧਾਈ ਵੀ ਦਿੰਦਾ ਹਾਂ। ਬੜੀ ਖੁਸ਼ੀ ਵੀ ਹੋਈ ਹੈ, ਮੈਂ ਬਹੁਤ ਸਾਰੀਆਂ ਸ਼ਖਸੀਅਤਾਂ ਐਸੀਆਂ ਵੇਖੀਆਂ ਨੇ ਅੱਜ ਜਿਨ੍ਹਾਂ ਨੇ ਬਹੁਤ ਵੱਡਾ ਫਾਸਲਾ ਬਣਾ ਕੇ ਰੱਖਿਆ ਹੋਇਆ ਸੀ, ਸੰਸਥਾ ਤੋਂ ਮੁੜ ਕੇ ਜੁੜ ਗਏ ਨੇ ਸਾਰੇ। ਇਸ ਗੱਲ ਦੀ ਵੀ ਬਹੁਤ ਬਹੁਤ ਵਧਾਈ ਹੈ। ਅਰਦਾਸ ਕਰਾਂਗੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ, ਇਹ ਸੰਸਥਾ ਬਾਬਾ ਮੱਖਣ ਸ਼ਾਹ ਲਬਾਣਾ ਜਿਹਦੇ ਨਾਂ ਦੇ ਉੱਤੇ, ਜਿਹਦਾ ਇਤਿਹਾਸ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਆਪ ਬਾਬਾ ਹਰਨਾਮ ਸਿੰਘ ਤੋਂ ਲਿਖਾਇਆ ਸੀ। ਮੈਂ ਇੱਕ ਗੱਲ ਉਹਨਾਂ ਦੀ ਕਹਿ ਕੇ ਫਤਿਹ ਬੁਲਾਵਾਂ, ਜਦੋਂ ਉਸ ਸਮੁੰਦਰੀ ਬੇੜੇ ਦੇ ਵਿੱਚ ਕਹਿੰਦੇ ਉਹ ਸਮੁੰਦਰੀ ਜਹਾਜ਼ ਡਾਵਾ ਡੋਲ ਹੋਲਣ ਲੱਗਾ ਅਤੇ ਉਦੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਉਸ ਉਪਾਸ਼ਕ ਬਾਬਾ ਮੱਖਣ ਸ਼ਾਹ ਲਬਾਣਾ ਜੀ ਨੇ ਅਰਦਾਸ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਡੁੱਬਦਾ ਬੇੜਾ ਜਿਹੜਾ ਹੈ ਇਹ ਪਾਰ ਹੋ ਜਾਵੇ। ਅਤੇ ਕਹਿੰਦੇ ਜਿਹੜੇ ਜਿਗਿਆਸੂ ਨਾਲ ਸੀਗੇ ਉਹਨਾਂ ਨੇ ਬਾਬਾ ਮੱਖਣ ਸ਼ਾਹ ਨੂੰ ਆਖਿਆ, ਮੱਖਣ ਸ਼ਾਹ ਕੀ ਗੱਲ, ਮੌਤ ਤੋਂ ਡਰ ਗਿਆ, ਮਰਨ ਤੋਂ ਡਰ ਗਿਆ, ਅਰਦਾਸ ਕਰਦਾ? ਕਹਿੰਦੇ ਨਹੀਂ। ਬਾਬਾ ਮੱਖਣ ਸ਼ਾਹ ਨੇ ਆਖਿਆ ਕਿ ਮੈਂ ਮੌਤ ਤੋਂ ਨਹੀਂ ਡਰਿਆ, ਮੈਂ ਮਰਨ ਤੋਂ ਨਹੀਂ ਡਰਿਆ, ਮੈਂ ਇਸ ਕਰਕੇ ਅਰਦਾਸ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਬੇੜਾ ਪਾਰ ਹੋ ਜਾਵੇ, ਸਿੱਖ ਕਦੇ ਡੁੱਬ ਕੇ ਨਾ ਮਰੇ। ਇਸ ਕਰਕੇ ਮੇਰੀ ਇਹ ਅਰਦਾਸ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਚਰਨਾਂ ਦੇ ਵਿੱਚ, ਮਹਾਂਪੁਰਸ਼ਾਂ ਦੇ ਚਰਨਾਂ ਵਿੱਚ। ਬਹੁਤਾ ਕੁਝ ਨਾ ਕਹਿੰਦਾ ਹੋਇਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਹੈੱਡ ਗ੍ਰੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਦਾ, ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਮਾਣਯੋਗ ਬੀਬੀ ਜਗੀਰ ਕੌਰ ਜੀ ਵੱਲੋਂ ਵੀ, ਜਿਨ੍ਹਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰਨੀ ਸੀ, ਕੁਝ ਕਾਰਨਾਂ ਕਰਕੇ ਉਹ ਨਹੀਂ ਆ ਸਕੇ, ਉਹਨਾਂ ਵੱਲੋਂ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਇਸ ਸ਼ੁਭ ਕਾਰਜ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਸੁਚੱਜੇ ਢੰਗ ਨਾਲ ਪ੍ਰਬੰਧ ਜਿਹੜਾ ਤੁਸੀਂ ਕੀਤਾ, ਵਧਾਈ ਦੇ ਪਾਤਰ ਹੋ, ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਸਤਿਕਾਰਯੋਗ ਡਾਕਟਰ ਅਮਰੀਕ ਸਿੰਘ ਜੀ ਮਕੇਰੀਆਂ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਸੰਤਾਂ ਬਾਰੇ ਦੱਸਿਆ।
क्योंकि बीबी जी दे बहुत क्लोज ने, इंडिया तो आए ने स्पैशल तौर पर। सो मैं इन्हों का बहुत बहुत धन्यवाद करना, मैं धन्यवाद करना जस पंजाबी का जिन्होंने तकरीबन 3.5 घंटे तो उपर जिन्होंने लाइव रिकॉर्ड किया, जो कि रियाड साहब और दीपक धमान जेड़े उन्होंने खास करके रिले कर रहे थे। सो बहुत बहुत धन्यवाद। इस तरह ही ये समाज की सेवा करते रहन, सिख कौम की सेवा करते रहन, और सारा इन्होंने लाइव दिखाया। सो मैं बहुत बहुत धन्यवाद करना इन्हों का, रियाड साहब का। सो साढ़े को कीर्तनी जत्था भाई साहब भाई जसवीर सिंह जी, भाई साहब भाई जसवीर सिंह जी, वो भी आप जी ने 20 मिनट वास्ते कीर्तन नाल निहाल करन गया संतां दी बरसी ते। 2 मिनट वास्ते मैं साढ़े रियाड साहब नूं बेनती करना, सतकार योग साढ़े वीर जो कि राइटर भी ने, इन्हां नूं बेनती करना कि 2 मिनट वास्ते ये जरूर जिदा लाइव इन्हें चलाया सी इस तरह ही ये समाप्ति करनगे। वाहिगुरु जी का खालसा, वाहिगुरु जी की फतेह। ਧੰਨ ਧੰਨ ਦੀ ਪਾਤਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਰ ਹਜ਼ੂਰੀ ਦੇ ਵਿੱਚ ਵਿਰਾਜਮਾਨ, ਔਰ ਜਿੱਥੇ ਤੱਕ ਵੀ ਬਾਹਰ ਤੱਕ ਆਵਾਜ਼ ਸੁਣਦੀ ਸਾਧ ਸੰਗਤ ਜੀ ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸ ਪੰਜਾਬੀ ਅਦਾਰੇ ਨੂੰ ਇਸ ਭਾਗ ਪ੍ਰਾਪਤ ਹੁੰਦਾ ਹੈ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਨਿਊਯਾਰਕ ਦੀ ਧਰਤੀ ਤੋਂ, ਅਮਰੀਕਾ ਦੀ ਧਰਤੀ ਤੋਂ, ਕੈਨੇਡਾ ਦੀ ਧਰਤੀ ਤੋਂ ਬਹੁਤ ਹੀ ਸਾਰਥਕ ਢੰਗ ਦੇ ਨਾਲ ਇਹ ਵੱਡੇ ਵੱਡੇ ਪ੍ਰੋਗਰਾਮ ਜਿਹੜੇ ਕਿ ਸਿੱਖ ਕੌਮ ਵਾਸਤੇ ਇੱਕ ਵੱਡਾ ਆਦਰਸ਼ ਬਣਦੇ ਨੇ, ਉਹਨਾਂ ਨੂੰ ਅਸੀਂ ਦੁਨੀਆ ਦੀ ਨਜ਼ਰ ਕਰਨ ਦੇ ਵਿੱਚ ਕਾਮਯਾਬ ਹੁੰਦੇ ਹਾਂ, ਜਿਸ ਦੇ ਵਿੱਚ ਮੈਂ ਸਮਝਾਂਗਾ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ। ਮੈਂ ਇਸ ਗੁਰੂ ਘਰ ਦੇ ਵਿੱਚ ਇੱਕ ਸੰਤੋਖ ਦੇਖਿਆ ਕਿ ਅੱਗੇ ਆਉਣ ਦੀ ਹੋੜ ਨਹੀਂ, ਪਿੱਛੇ ਰਹਿ ਕੇ ਜਿਹੜੇ ਲੋਕ ਸੇਵਾ ਕਰ ਰਹੇ ਨੇ ਇੱਕ ਲੱਤ ਦੇ ਭਾਰ ਖੜ੍ਹੇ 8-8 ਘੰਟੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਦੇ ਵਿੱਚ ਭਾਈ ਦਲੀਪ ਸਿੰਘ ਜੀ, ਭਾਈ ਜਸਵਿੰਦਰ ਸਿੰਘ ਜੀ ਕੈਸ਼ੀਅਰ ਖਾਸ ਤੌਰ ਦੇ ਉੱਤੇ, ਗੁਰੂ ਘਰ ਦੇ ਸਾਰੇ ਸੇਵਾਦਾਰ ਖਾਸ ਤੌਰ ਦੇ ਉੱਤੇ। ਮੈਂ ਸ਼ਰਾਫਤ ਦੇ ਸਿਖਰ ਦੀ ਗੱਲ ਕਰਾਂਗਾ, ਭਾਈ ਗੁਰਮੀਤ ਸਿੰਘ ਮਹਿਬਤਪੁਰ, ਔਰ ਖਾਸ ਤੌਰ ਦੇ ਉੱਤੇ ਹਿੰਮਤ ਸਿੰਘ ਜੀ ਸਰਪੰਚ ਸਾਹਿਬ, ਔਰ ਮੇਰੇ ਵੱਡੇ ਵੀਰ ਰਸਦਾਰ ਰਘਵੀਰ ਸਿੰਘ ਜੀ ਜਿਹੜੇ ਸਾਹਿਤਕ ਵਿਰਤੀ ਦੇ ਬੰਦੇ ਨੇ, ਔਰ ਗਿਆਨੀ ਜਸਪਾਲ ਸਿੰਘ ਜੀ, ਔਰ ਜਿੰਨੇ ਵੀ ਹੋਰ ਸਾਡੇ ਸਤਿਕਾਰਯੋਗ ਗੁਰੂ ਘਰ ਦੇ ਪ੍ਰਚਾਰਕ ਹੈ, ਔਰ ਇਹ ਮਾਣ ਹੁੰਦਾ ਕਿ ਗੁਰੂ ਘਰ ਦੇ ਪ੍ਰਚਾਰਕ ਜਿਹੜੇ ਸੇਵਾ ਵੀ ਕਰਦੇ ਨੇ ਉਹ ਵੀ ਇਸ ਪਰਿਵਾਰ ਦੇ ਮੈਂਬਰ ਨੇ। ਡਾਕਟਰ ਸਾਹਿਬ ਨੇ ਵਿਚਾਰਾਂ ਕੀਤੀਆਂ ਨੇ, ਜਿੱਥੇ ਮੈਂ ਗੁਰੂ ਘਰ ਦੇ ਹਰ ਇੱਕ ਜਿਹੜਾ ਸੇਵਾਦਾਰ ਹੈ, ਹਰ ਇੱਕ ਸੰਗਤ ਦਾ ਜਿਹੜਾ ਵਿਅਕਤੀ ਇੱਥੇ ਨਮਸਤਕ ਹੋਣ ਆਉਂਦਾ, ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਜਿੱਥੇ ਮੈਂ ਧੰਨਵਾਦ ਕਰਾਂਗਾ ਕਿ ਤੁਸੀਂ ਜਸ ਬ੍ਰੌਡਕਾਸਟਿੰਗ ਨੂੰ ਹਰ ਇਸ ਤਰ੍ਹਾਂ ਦਾ ਮੌਕਾ ਦਿੰਦੇ ਹੋ, ਔਰ ਇਹ ਅਦਾਰਾ ਤੁਹਾਡਾ ਆਪਣਾ ਅਦਾਰਾ ਹੈ। ਮੈਨੂੰ ਉਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਖੁਸ਼ੀ ਹੋਈ ਜਦੋਂ ਮੈਨੂੰ ਸਰਦਾਰ ਰਘਵੀਰ ਸਿੰਘ ਸਵਾਨਪੁਰ ਹੋੜਾ ਨੇ ਇੱਕ ਲਫ਼ਜ਼ ਕਿਹਾ ਕਿ ਰਿਆੜ ਸਾਹਿਬ ਮੈਂ ਵਿਚਾਰਾਂ ਕਰਨੀਆਂ, ਆਪਾਂ ਟੈਲੀਵਿਜ਼ਨ ਦੇ ਉੱਤੇ ਬੈਠ ਕੇ ਆਹ ਜਿਹੜੇ ਲੋਕਾਂ ਨੇ ਰਾਜਨੀਤੀ ਦੇ ਬੁਰਕੇ ਪਾਏ ਹੋਏ ਨੇ ਇਹਨਾਂ ਤੋਂ, ਇਹਨਾਂ ਨੂੰ ਉਤਾਰ ਕੇ ਸਿੱਖੀ ਅਤੇ ਸਮਾਜ ਦੀ ਇਕਜੁੱਟਤਾ ਵਾਸਤੇ ਗੱਲ ਕਰ ਸਕਦੇ ਹਾਂ, ਕਿਤੇ ਮੇਰੇ ਮਨ 'ਤੇ ਬੜਾ ਬੋਝ ਹੈ, ਮੇਰਾ ਦਿਲ ਬਾਗੋ ਬਾਗ ਹੋ ਗਿਆ ਕਿ ਅੱਜ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਬੰਧਕ ਚਾਹੀਦੇ ਨੇ। ਅੱਜ ਗੁਰੂ ਘਰਾਂ ਦੇ ਵਿੱਚ ਜਿਵੇਂ ਸੰਤੋਖ ਹੈ ਵਗੈਰਾ ਤੌਰ ਦੇ ਉੱਤੇ, ਔਰ ਜਗਵੀਰ ਸਿੰਘ ਮੀਤ ਪ੍ਰਧਾਨ ਨੌਜਵਾਨ ਕਿੰਨੀ ਕੰਮ ਕਰਨ ਦੀ ਇਹਨਾਂ ਦੇ ਵਿੱਚ ਸਮਰੱਥਾ ਹੈ, ਔਰ ਇਸੇ ਤਰ੍ਹਾਂ ਨੌਜਵਾਨ ਪੀੜ੍ਹੀ ਨੂੰ ਅੱਗੇ ਲਿਆ ਕੇ ਭਾਈ ਦਲੇਰ ਸਿੰਘ ਨੇ ਕਿੱਡੀ ਵੱਡੀ, ਮੈਂ ਸਮਝਾਂਗਾ, ਮਾਰਸ਼ਲ ਆਰਟ ਦੀ ਫੌਜ ਪੈਦਾ ਕੀਤੀ ਹੈ ਇਸ ਗੁਰੂ ਘਰ ਦੇ ਕੰਮਾਂ ਨੂੰ। ਮੇਰਾ ਸੀਸ ਚੁੱਕਦਾ, ਵਕਤ ਜ਼ਿਆਦਾ ਨਹੀਂ, ਸਾਡੇ ਭਾਈ ਸਾਹਿਬ ਹੁਣੇ ਕੀਰਤਨ ਵਾਸਤੇ ਤਿਆਰ ਬੈਠੇ ਨੇ, ਜਿੱਥੇ ਮੈਂ ਕੋਟੀ ਕੋਟੀ ਧੰਨਵਾਦ ਕਰਦਾ, ਔਰ ਮੈਂ ਇਹ ਵਾਅਦਾ ਕਰਦਾ ਕਿ ਤੁਸੀਂ ਜਦੋਂ ਵੀ ਸੱਦੋਗੇ ਅਸੀਂ ਇਹਨਾਂ ਕਾਰਜਾਂ ਵਾਸਤੇ ਖੜ੍ਹੇ ਪੈਰ ਆਵਾਂਗੇ, ਕਿਉਂਕਿ ਮਸਜਿਦ ਦੇ ਆਖਣ 'ਤੇ ਜਾਂ ਫਿਰ ਕਾਜ਼ੀ ਦੇ ਫਤਵੇ 'ਤੇ ਅੱਲਾ ਦਾ ਕਤਲ ਕਰਨਾ ਇਸਲਾਮ ਨਹੀਂ ਹੋਇਆ ਕਰਦਾ, ਸਿਜਦੇ ਨਹੀਂ, ਸਿਰ ਮੰਗਦਾ,
ਯਾਰਾਂ ਦਾ ਸੁਨੇਹਾ ਇਲਹਾਮ ਨਹੀਂ ਹੋਇਆ ਕਰਦਾ, ਤੁਸੀਂ ਸੰਗਤ ਨੂੰ ਸਾਨੂੰ ਪਿਆਰ ਦਿੰਦੇ ਹੋ ਔਰ ਇਹ ਪਿਆਰ ਔਰ ਇਹ ਸਤਿਕਾਰ ਅਤੇ ਵਾਅਦਾ ਸਾਡਾ ਇਸੇ ਤਰ੍ਹਾਂ ਤੁਹਾਡੇ ਨਾਲ ਇਸ ਅਦਾਰੇ ਦਾ ਵਫਾ ਰਹੇਗਾ। ਮੈਂ ਸਮੁੱਚੀ ਆਪਣੀ ਟੀਮ ਜਿਨ੍ਹਾਂ ਦੇ ਵਿੱਚ ਡਾਇਰੈਕਟਰ ਬ੍ਰੌਡਕਾਸਟਿੰਗ ਦੀਪਕ ਧਮਾਨ ਜੀ, ਜਿਨ੍ਹਾਂ ਨੇ ਬਹੁਤ ਖੂਬਸੂਰਤੀ ਨਾਲ ਇਹ ਪ੍ਰੋਗਰਾਮ ਨੂੰ ਬਾਹਰੋਂ ਅਤੇ ਅੰਦਰੋਂ ਮਿਕਸ, ਜਿਹਨੂੰ ਅਸੀਂ ਆਲਮੋਸਟ 3 ਤੋਂ 4 ਦਿਨਾਂ ਦੇ ਵਿੱਚ ਪੂਰੇ ਪ੍ਰੋਗਰਾਮ ਨੂੰ, ਇਸ 4 ਘੰਟੇ ਦੇ ਪ੍ਰੋਗਰਾਮ ਨੂੰ ਯੂਟਿਊਬ 'ਤੇ ਪਾਵਾਂਗੇ ਔਰ ਤੁਸੀਂ ਇੱਥੇ ਕੈਮਰੇ ਲੱਗੇ ਦੇਖਿਓ, ਜਦੋਂ ਉਸ ਪ੍ਰੋਗਰਾਮ ਦੀ ਖੂਬਸੂਰਤੀ ਦੇਖੋਗੇ, ਨੁੱਕਰ ਨੁੱਕਰ ਰੋਸ਼ਨਾਈ ਪਈ ਹੈ, ਸੰਗਤ ਦਾ ਇਕੱਲਾ ਇਕੱਲਾ ਬੰਦਾ ਕਿਸ ਢੰਗ ਨਾਲ ਆ ਰਿਹਾ, ਤਾਂ ਤੁਸੀਂ ਜ਼ਰੂਰ ਸਾਨੂੰ ਦੁਆ ਦਿਓਗੇ ਕਿ ਇਹ ਅਦਾਰਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹੇ। ਸੋ ਬਹੁਤ ਬਹੁਤ ਸ਼ੁਕਰੀਆ, ਕੋਈ ਲਫ਼ਜ਼ ਗਲਤ ਬੋਲਿਆ ਗਿਆ ਹੋਵੇ ਮਾਫ਼ੀ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਸਤਿਕਾਰਯੋਗ ਵੀਰ।